ਇਹ ਸਿਆਸਤ ਵਾਲਾ ਕੰਮ ਆ ਜੀ। ਜਿਵੇਂ ਸਿਆਸਤ ਦੇ ਵਿੱਚ ਲੀਡਰ ਪੈ ਜਾਂਦੇ ਆ, ਉਹ ਕਿਸੇ ਨੂੰ ਸਿਆਸਤ ਨਹੀਂ ਦਿੰਦੇ, ਉਹ ਤੁਹਾਨੂੰ ਜਾਂ ਤਾਂ ਗੱਡੀ ਚਲਾਉਣ 'ਤੇ ਰੱਖਣਗੇ, ਜਾਂ ਤੁਹਾਨੂੰ ਕਹਿਣਗੇ ਆ ਚੱਕ 315 ਸਾਡੇ ਨਾਲ ਤੁਰਿਆ ਫਿਰ, ਉਹ ਮੇਰੇ ਵਰਗਾ ਚੌੜਾ ਹੋ ਕੇ ਤੁਰਿਆ ਫਿਰਦਾ। ਇਹੀ ਗੱਲ ਕਬੂਤਰਬਾਜ਼ ਆਖ ਲੱਗਦਾ, ਮੈਂ ਉਹਦਾ ਖੁੱਡਾ ਮਾਰਦਾ, ਮੈਨੂੰ ਸਾਰੇ ਗੁਣਾਂ ਦਾ ਪਤਾ, ਪਰ ਉਹ ਗੁਣ ਨਹੀਂ ਦਿੰਦਾ। ਪੂਰਾ ਟੌਪ ਦਾ ਖਿਡਾਰੀ ਹੈਗਾ, ਨਾਂ ਪੂਰਾ ਚੱਲਦਾ ਹੈਗਾ, ਉਹਦੇ ਤੋਂ ਸਾਡਾ ਬੰਦੇ ਨੇ ਦੋ ਜੋੜੀ ਲਿਆਤੀ। ਅੱਛਾ। ਜੋੜੀ ਇਹਦੇ ਘਰ ਸਾਡੇ ਕਾ ਕੈਂਚੀ ਲਾ ਕੇ, ਕਹਿੰਦਾ ਬਾਈ ਫੱਟੀ ਨਾ ਚੜ੍ਹਦੇ, ਕਹਿੰਦਾ ਬਾਹਲੇ ਚੰਗੇ ਨੇ। ਇਹ ਕਹਾ ਯਾਰ ਪਤਾ ਨਹੀਂ, ਐਡਾ ਟੌਪ ਦਾ ਸਟਾਰ ਆ ਬੰਦਾ, ਯਾਰ ਆਪਾਂ ਨੂੰ ਜੋੜੀ ਦੇਤੀ, ਬਾਹਲੇ ਚੰਗੇ ਦੇਤੇ ਹੋਣਗੇ। ਚਲ ਅਸੀਂ ਕੈਂਚੀ ਲਾ ਕੇ ਉਹਦੀ ਆਦਤ ਫੱਟੀ, ਅਸੀਂ ਵੀ ਨਾ ਚੜ੍ਹਨ ਦਿੱਤੇ, ਵੀ ਬਾਹਲੇ ਚੰਗੇ ਹੋਣਗੇ। ਸਾਡੇ ਇੱਕ ਗਵਾਂਢੀ ਹੁੰਦਾ ਸੀ ਕਰਨੈਲ ਸਿੰਘ ਜਥੇਦਾਰ, ਉਹਦਾ ਇੱਕ ਐਸਾ ਕਬੂਤਰ ਸੀਗਾ ਜੀ, ਉਹਦਾ ਨਾਂ ਸੀ ਬਿੱਲੂ। ਉਹਨੇ ਸਾਰੀ ਦਿਹਾੜੀ ਉੱਡੀ ਜਾਣਾ, ਜਿੰਨਾ ਚਿਰ ਉਹਨੇ ਸਿਰ 'ਤੇ ਰੁਮਾਲ ਨਹੀਂ ਸੀ ਧਰਦਾ, ਉਹਨਾਂ ਚਿਰ ਉਹ ਵਹਿੰਦਾ ਨਹੀਂ ਸੀ। ਅੱਛਾ। ਉਹਨੇ ਵੀਹੇ ਬਣ ਜਾਣਾ ਵਿਚਾਰੇ। ਉਹ ਨਾ ਕਿੱਥੋਂ ਲੱਖ ਰੁਪਈਆ ਦਊਗਾ, ਅੱਜ ਕੱਲ੍ਹ ਦੇ ਵਿੱਚ ਇਹ ਮੇਨ ਗੱਲ ਆ ਕਿ ਜਿਹੜੀ ਅਗਲਾ ਕਹਿੰਦਾ ਯਾਰ ਆਪਾਂ ਨੂੰ ਕਿਹੜਾ ਕਿਸੇ ਨਾਲ ਚੰਗੇ ਖਿਡਾਰੀ ਨਾ ਬਣਦੀ, ਆਪਣਾ ਇਹਦਾ ਕਿਹਨੇ ਸਾਂਭਣਾ ਗਾ। ਉਹ ਅਗਲਾ ਇਸੇ ਗੱਲ ਕਰਕੇ ਘਰੇ ਦਾਣੇ ਪਾ ਲੈਂਦਾ, ਦੋ ਚਾਰ ਦਾਲ ਸਾਲ ਜਦੋਂ ਢੋਲ ਖਾਲੀ ਕਰਨ ਲੱਗ ਜਾਂਦੇ ਨੇ, ਵੱਧ ਜਾਂਦੇ ਨੇ, ਫਿਰ ਪਿੱਛੋਂ ਘਰ ਦੇ ਵੀ ਡੰਡਾ ਮਾਰਦੇ ਨੇ ਯਾਰ ਚੁਕਾ ਦੇ, ਹਜੇ ਤੱਕ ਇਹਨੂੰ ਖੱਟ ਹੈਗੀ ਆ ਤਾਂ, ਉਹ ਖੱਟ ਕਿਉਂ ਨਹੀਂ ਪਾਉਂਦਾ ਹੈਗਾ। ਨਹੀਂ ਉਹ ਖਤਮ ਹੋ ਜਾਂਦੀ ਜਦੋਂ ਆਪਾਂ ਤੀਜੀ ਚੌਥੀ ਪੀੜ੍ਹੀ 'ਚ ਜਾ ਕੇ ਬਦਲਤਾ। ਇਹ ਨਹੀਂ ਪਤਾ ਉਹ ਕਬੂਤਰ ਆਪਦੇ 'ਤੇ ਲੈ ਜੇ ਜਾਂ ਮਦੀਨ ਆਪਦੇ 'ਤੇ ਲੈ ਜੇ। ਨਹੀਂ ਫਿਰ ਉਹੀ ਇਹ ਗੱਲ ਮੈਂ ਤਾਂ ਕਰੀ ਹੈ ਕਿਉਂਕਿ ਜਿਹਦੇ ਵੀ ਖੁੱਡੇ 'ਚ ਜਾਂਦੇ ਆਪਾਂ, ਉਹ ਜਾ ਕੇ ਕਹਿੰਦਾ ਮੇਰੇ ਕੋਲ ਧੰਨੇ ਵਾਲੇ ਬੈਠੇ ਆ, ਹਾਂਜੀ ਮੇਰੇ ਕੋਲ ਫਲਾਣੇ ਬੈਠੇ ਆ, ਮੇਰੇ ਕੋਲ ਫਲਾਣੇ ਬੈਠੇ ਆ, ਅਤੇ ਪਰ ਉਹ ਇੰਨੀ ਲੰਬੀ ਨਸਲ ਚੱਲੀ ਆਉਂਦੀ ਆ, ਉਹ ਹਲੇ ਤੱਕ ਖਤਮ ਹੀ ਨਹੀਂ ਹੋਈ। ਨਹੀਂ ਨਸਲ ਤਾਂ ਇਸ ਤਰ੍ਹਾਂ ਕਰਕੇ ਜੀ, ਜਦੋਂ ਜਿਵੇਂ ਹੁਣ ਲੋਕ ਕਹਿੰਦੇ ਆ ਸਾਂਭ ਆ, ਇੱਕ ਬੰਦਾ ਹੈਗਾ ਜਿਹਨੇ ਤਾਂ 24 ਘੰਟੇ ਦਿਨ ਰਾਤ ਆਪਣੀ ਮਿਹਨਤ ਕਰਨੀ ਆ, ਉਹ ਬੰਦਾ ਕਦੇ ਥੱਕਦਾ ਨਹੀਂ। ਕਬੂਤਰ ਘਰੇ ਵੱਧ ਤੋਂ ਵੱਧ ਡਾਵੋ, ਜਿਵੇਂ ਵੱਡੇ ਕਬੂਤਰ ਵਾ ਕਹਿੰਦੇ ਆ ਘਰੇ ਕਬੂਤਰ ਖਤਮ ਹੋ ਜਾਂਦਾ ਨਾ, ਕਬੂਤਰ ਦੀ ਖੁਰਾਕ ਇਹੋ ਜਿਹੀ ਹੋਵੇ, ਕਬੂਤਰ ਨੂੰ ਜਿਹੜਾ ਥੱਲੋਂ ਖੁਰੇ ਨਾ ਕਬੂਤਰ ਲਾਲ ਹੋਵੇ, ਠੀਕ ਆ। ਆਪਾਂ ਕੋਈ ਬਾਹਲੀ ਵੱਡੀ ਖੁਰਾਕ ਨਹੀਂ ਪਾਉਂਦੇ, ਆਪਾਂ ਸਿੱਧੀ ਘਰ ਦੀ ਇੱਕ ਚੀਜ਼ ਇਹੋ ਜਿਹੀ ਪਾਉਂਦੇ ਹਾਂ ਕਬੂਤਰ ਨੂੰ, ਜਿਹਦੇ ਨਾਲ ਬੰਦਾ ਵੀ ਆਪਦਾ ਪਾਵਰ 'ਚ ਰਹਿੰਦਾ, ਕਿ ਜੇ ਬੰਦਾ ਉਹ ਚੀਜ਼ ਨੂੰ ਪੀਵੇ, ਜੇ ਕਬੂਤਰ ਨੂੰ ਆਪਾਂ ਉਹ ਚੀਜ਼ ਪਿਆਵਾਂਗੇ ਤਾਂ ਕਬੂਤਰ ਵੀ ਪਾਵਰ 'ਚ ਰਹੂ। ਨਹੀਂ ਨਹੀਂ ਇਹ ਤਾਂ ਇੱਕ ਐਵੇਂ ਪੈਸੇ ਬਣਾਉਣ ਵਾਲੀ ਗੱਲ ਹੈ, ਕਈ ਕਹਿੰਦੇ ਨੇ ਜਿਹੜਾ ਅਸਲ ਬੱਚਾ ਹੈ ਉਹ ਤਾਂ ਤੁਹਾਨੂੰ ਦੂਰੋਂ ਬਣਦੇ ਸਾਰ ਹੀ ਪਤਾ ਲੱਗ ਜੂ। ਜਿਵੇਂ ਆਪਾਂ ਬੱਚੇ ਨਹੀਂ ਜਵਾਕ ਖੇਡਦੇ ਫਿਰਦੇ ਹੁੰਦੇ, ਆਪਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਫਲਾਣੇ ਪਰਿਵਾਰ 'ਚੋਂ ਹੈ। ਇਹੀ ਕਬੂਤਰਾਂ ਦਾ ਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਫਤਿਹ ਪ੍ਰੋਡਕਸ਼ਨ, ਮੈਂ ਹਾਂ ਸਤਨਾਮ ਸਿੰਘ ਭੁੱਲਰ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਸ਼ੌਂਕ ਮਿੱਤਰਾਂ ਦਾ। ਦੋਸਤੋ ਕਬੂਤਰਬਾਜ਼ੀ ਆ ਜਿਹੜੀ ਇੱਕ ਬੜੀ ਤਿਲਕਣਬਾਜ਼ੀ ਦੀ ਖੇਡ ਹੈ, ਇਹਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਕਿਸੇ ਤਕੜੇ ਕਬੂਤਰਬਾਜ਼ ਦੇ ਕੋਲ ਹੀ, ਨਾਮਵਾਰ ਕਬੂਤਰਬਾਜ਼ ਦੇ ਕੋਲ ਹੀ ਕੋਈ ਤਕੜੇ ਕਬੂਤਰ ਹੋਣਗੇ। ਅੱਜ ਦੀ ਵੀਡੀਓ ਨੂੰ ਦੇਖ ਕੇ ਤੁਹਾਡਾ ਇਹ ਭੁਲੇਖਾ ਜ਼ਰੂਰ ਦੂਰ ਹੋ ਜਾਊਗਾ, ਅਤੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹ ਕਬੂਤਰ ਦੀ ਜਿਹੜਾ ਸਾਰਾ ਜ਼ਿਲ੍ਹਾ ਘੁੰਮ ਕੇ ਸ਼ਾਮ ਨੂੰ ਘਰ ਵਾਪਸ ਆ ਗਿਆ ਸੀਗਾ। ਸੋ ਇਸੇ ਤਰ੍ਹਾਂ ਦੀਆਂ ਕਈ ਕਹਾਣੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੀਆਂ, ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ। ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਬਾਈ ਦੇ ਕੋਲ ਜਿਹਦੇ ਨਾਲ ਆਪਾਂ ਅੱਜ ਗੱਲਬਾਤ ਕਰਨਾ ਹੈ।
ਹਾਂਜੀ ਦੋਸਤੋ, ਬੈਠੇ ਹੋਏ ਹਾਂ ਜ਼ਿਲ੍ਹੇ ਬਰਨਾਲੇ ਦੇ ਪਿੰਡ ਰੈਸਰ ਦੇ ਵਿੱਚ, ਜਿਹੜਾ ਕਿ ਕਈ ਸ਼ਖਸੀਅਤਾਂ ਦੇ ਕਰਕੇ ਬੜਾ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਵਿੱਚ ਬੜਾ ਮਸ਼ਹੂਰ ਪਿੰਡ ਹੈ। ਜਿਵੇਂ ਕਿ ਮਰਹੂਮ ਕਵੀ ਸੰਤ ਰਾਮ ਦਾਸ ਜੀ ਦਾ ਆਪਾਂ ਜੇ ਨਾਮ ਲੈ ਲਈਏ ਤਾਂ ਉਹਨਾਂ ਦੇ ਨਾਮ ਦੇ ਨਾਲ ਹੀ ਪਿੰਡ ਨੂੰ ਜਾਣਿਆ ਜਾਂਦਾ। ਪਰ ਉਸ ਦੇ ਨਾਲ ਨਾਲ ਇੱਥੋਂ ਦੇ ਜਿਹੜੇ ਲੋਕ ਨੇ ਸ਼ੌਕੀ ਬਹੁਤ ਨੇ, ਚਾਹੇ ਉਹ ਕੁੱਕੜਾਂ ਦਾ ਹੋਵੇ, ਕਬੂਤਰਾਂ ਦਾ ਹੋਵੇ, ਘੋੜਿਆਂ ਦਾ ਹੋਵੇ ਜਾਂ ਕਬੱਡੀ ਦਾ ਹੋਵੇ, ਸ਼ੌਕ ਦੇ ਵਿੱਚ ਇਹ ਪਿੰਡ ਮੋਰੀ ਰਿਹਾ ਹਮੇਸ਼ਾ। ਅਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੀ ਜਿਹੜੀ ਵੀਡੀਓ ਹੈਗੀ, ਇਹਨੂੰ ਜੇ ਤੁਸੀਂ ਅੰਤ ਤੱਕ ਦੇਖੋਗੇ, ਲਾਸਟ ਤੱਕ ਦੇਖੋਗੇ ਤਾਂ ਮੈਨੂੰ ਲੱਗਦਾ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲੂਗਾ ਇਸ ਵੀਡੀਓ ਦੇ ਵਿੱਚੋਂ। ਅਤੇ ਪਹਿਲਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਵੀਰੇ, ਜੇ ਆਪਾਂ ਸ਼ੌਂਕ ਦੀ ਗੱਲ ਕਰੀਏ, ਸ਼ੌਂਕ ਕਿਵੇਂ ਪਿਆ? ਸ਼ੌਂਕ ਵੀਰੇ ਪਹਿਲਾਂ ਛੋਟੇ ਹੁੰਦੇ ਤੁਸੀਂ ਬਚਪਨ 'ਚ, ਬਚਪਨ 'ਚ ਦੇਖਦੇ ਹੁੰਦੇ ਆਪਣੇ ਤਾਏ ਚਾਚੇ ਦੇ ਮੁੰਡਿਆਂ ਦੇ ਰੱਖੇ ਹੋਏ ਸੀਗੇ। ਸਕੂਲੋਂ ਆਉਣਾ, ਸਕੂਲੇ ਆਉਣ ਸਾਰ ਮੰਮੀ ਡੈਡੀ ਨੇ ਰੋਕਣਾ, ਤੂੰ ਕਿੱਥੇ ਜਾਂ, ਲੱਭਦੀ ਫਿਰਦੇ ਹੁੰਦੇ ਸੀਗੇ ਅਸੀਂ ਸਾਰੀ ਸਾਰੀ ਦਿਹਾੜੀ ਕਬੂਤਰਾਂ ਮਗਰ। ਉੱਥੋਂ ਦੇਖਦੇ ਦੇਖਦੇ ਆਪਾਂ ਨੂੰ ਸ਼ੌਂਕ ਪੈ ਗਿਆ ਵੀਰ ਜੀ। ਅਤੇ ਉਦੋਂ ਬਾਅਦ ਦੇ ਵਿੱਚ ਕਿਤੇ ਹਾਂ ਪਿੰਡ ਦੇ ਵਿੱਚ ਆਪਣੇ ਪਹਿਲਾਂ ਸਭ ਤੋਂ ਪਹਿਲਾਂ ਪੁਰਾਣੀਆਂ ਬਾਜ਼ੀਆਂ ਆਪਣੇ ਪਿੰਡ 'ਚ ਬਹੁਤ ਹੁੰਦੀਆਂ ਸੀਗੀਆਂ, ਅਤੇ ਪਿੰਡ 'ਚ ਬਾਜ਼ੀ ਹੁੰਦੀ ਉਹ ਆਪਾਂ ਦੇਖਣਾ ਕਬੂਤਰਾਂ ਦੇ। ਉੱਥੋਂ ਫਿਰ ਸ਼ੌਂਕ ਵੱਧਦਾ 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 ਹੌਲੀ ਹੌਲੀ ਅੱਜ ਇਸ ਮੁਕਾਮ 'ਤੇ ਆਪਾਂ ਪਹੁੰਚ ਗਏ। ਆਪਣਾ ਕੀ ਨਾਮ ਹੈ ਜੀ? ਮੇਰਾ ਨਾਮ ਸਤਨਾਮ ਸਿੰਘ ਜੀ, ਧਾਲੀ ਵਾਲੋ। ਤੁਹਾਨੂੰ ਕਦੋਂ ਸ਼ੁਰੂ ਹੋਇਆ ਜੀ ਸ਼ੌਂਕ? ਸਾਡੇ ਤਾਂ ਤੀਜੀ ਪੀੜ੍ਹੀ ਆ ਗਈ ਜੀ, ਪਹਿਲਾਂ ਸਾਡੇ ਦਾਦਾ ਜੀ ਨੂੰ ਸੀ, ਫਿਰ ਸਾਡੇ ਬਾਪੂ ਜੀ ਨੂੰ ਜੀ, ਗਾਂ ਮੈਨੂੰ ਜੀ, ਹੁਣ ਮੇਰੇ ਭਤੀਜੇ ਕੋਲ ਆ ਜੀ, ਹੁਣ ਵੀ ਆਪਣੇ ਕੋਲ 30-40 ਜਾਨਵਰ ਤਿਆਰ ਬੈਠੇ ਨੇ ਜੀ ਭਾਅ ਜੀ। ਕਿੰਨੇ ਕੁ ਸਾਲ ਹੋ ਗਏ ਉਹਨਾਂ ਦੇ ਰੱਖਿਆ ਨੂੰ? ਇਹਨਾਂ ਨੂੰ ਤਾਂ ਜੀ ਐਂ ਮੰਨ ਲਓ ਵੀ ਚੌਥੀ ਪੀੜ੍ਹੀ ਆ ਗਈ, ਵੀ 40-50 ਸਾਲ ਹੋ ਗਏ ਰੱਖਿਆ ਨੂੰ। ਅਤੇ ਸ਼ੌਂਕ ਇਹੋ ਜਿਹਾ ਵੀ ਇਹ ਸ਼ੌਂਕ ਨੂੰ ਛੱਡ ਨਹੀਂ ਸਕਦੇ ਅਸੀਂ, ਇੱਕ ਨਸ਼ੇ ਦੀ ਤੌਰ 'ਤੇ ਲੱਗ ਚੁੱਕਿਆ ਅਤੇ ਬੱਚਿਆਂ ਨੂੰ ਵੀ ਗਾਹਾਂ ਲੱਗ ਗਿਆ। ਅਤੇ ਵੀਰੇ, ਫਿਰ ਬਾਜ਼ੀਆਂ ਜਿਹੜਾ ਛੱਡਣ ਦਾ ਸਿਲਸਿਲਾ ਸੀਗਾ ਉਹ ਕਿਵੇਂ ਸ਼ੁਰੂ ਹੋਇਆ? ਉਹ ਵੀਰੇ ਜਿਵੇਂ ਆਪਣੇ ਪਹਿਲਾਂ ਇੱਥੇ ਪਿੰਡ 'ਚ ਬਾਜ਼ੀ ਆਉਂਦੇ ਦੇਖਦੇ ਸੀਗੇ, ਦੇਖਦੇ ਦੇਖਦੇ ਚੱਲ ਆਪਣੇ ਕੋਲ ਵੀ 2-4 ਜਾਨਵਰ ਆ ਗਏ ਚੰਗੇ। ਮੇਰਾ ਯਾਰ ਮਿੱਤਰ ਸੀਗਾ ਗਗਨ ਸੀਗਾ ਪੰਡਤਾਂ ਦਾ, ਉਹਦੇ ਘਰ ਇੱਕ ਆਪਣੇ ਕੋਲ ਰੋਜ਼ਾ ਕਬੂਤਰ ਗਿੱਜਾ ਹੁੰਦਾ ਸੀਗਾ, ਵਿਹੜੇ 'ਚ ਹੁੰਦਾ ਸੀਗਾ। ਚੱਲ ਅਸੀਂ ਉਹਨੂੰ ਦੇਖਿਆ ਵੀ ਚੱਲ ਬਾਜ਼ੀ ਅਸੀਂ ਇੱਥੇ ਛੱਡਤਾ ਆਪਣਾ ਕੋਲਡ ਲੋਕ ਉਹਦੀ ਸਤਰੀਆਂ ਕ ਭੜਕਾਇਆ ਕਰਨ, ਅਸੀਂ 2 ਕਬੂਤਰ ਵਿਹੜੇ ਸਿੱਟ ਕੇ ਉਹਨੂੰ ਬਿਠਾ ਕੇ ਲੈ ਆਇਆ ਕਰੀਏ। ਉੱਥੇ ਪਿੰਡ ਵਾਲੇ ਵੀ ਹੈਰਾਨ ਵੀ ਇਹ ਨਾਲੇ ਬਾਜ਼ੀ ਵੀ ਜਿੱਤਦੇ ਆ ਅਤੇ ਕਬੂਤਰ ਆ ਜਿਹੜਾ ਇਹਨਾਂ ਦਾ ਵੀ ਉਹ 2 ਕਬੂਤਰ ਸਿੱਟਣ 'ਤੇ ਹੀ ਬਹਿ ਜਾਂਦਾ ਗਾ। ਅਤੇ ਆਪਣੇ ਉਹ ਕਬੂਤਰ ਨੇ 3 ਸਾਲ ਉੱਥੇ ਲਗਾਤਾਰ ਬਾਜ਼ੀਆਂ ਜਿੱਤੀਆਂ। ਉਦੋਂ ਪਹਿਲਾਂ ਅਸੀਂ ਸੋਨੀ ਨਾਲ ਵੀ, ਚਚਰਾੜੀ ਵਾਲ ਨਾਲ, ਅਤੇ ਸਾਡੇ ਪਿੰਡ ਦੇ ਵਿੱਚ ਆਪਣਾ ਮਿੱਤਰ ਆ ਗਾ ਉਹਨਾਂ ਦਾ ਮਾਮਾ ਜੀ ਨੇ ਉਹ, ਅਤੇ ਉਹਨਾਂ ਨਾਲ ਵੀ ਅਸੀਂ ਉੱਧਰ ਤਲਵੰਡੀ 'ਚ ਜਾਂ ਆਪਣਾ ਹੀਰਾਂ ਗਾ ਅਤੇ ਇੱਧਰ ਕਈ ਪਿੰਡਾਂ ਦੇ ਵਿੱਚ ਆਪਣਾ ਜਗਰਾਉਂ ਸਾਈਡ 'ਤੇ ਅਸੀਂ ਉਦੋਂ ਬਾਜ਼ੀਆਂ ਛੱਡੀਆਂ ਛੋਟੇ ਹੁੰਦੇ, ਅਤੇ ਉਹਨਾਂ ਦੇ ਨਾਲ ਫਿਰ ਵੱਧਦਾ ਵੱਧਦਾ ਬਾਜ਼ੀਆਂ ਦਾ ਰੁਝਾਨ ਉਵੇਂ ਵਧੀ ਗਿਆ। ਕਬੂਤਰਬਾਜ਼ੀ ਇੱਕ ਐਸੀ ਖੇਡ ਆ ਗਈ ਜਿਹਨੂੰ ਸਿੱਖਣ ਦੇ ਲਈ ਉਸਤਾਦ ਦੀ ਜ਼ਰੂਰ ਲੋੜ ਪੈਂਦੀ ਆ। ਹਾਂਜੀ, ਕੋਈ ਉਸਤਾਦ ਬਣਾਇਆ? ਨਹੀਂ, ਹਜੇ ਤੱਕ ਤਾਂ ਆਪਾਂ ਕੋਈ ਬਣਾਇਆ ਨਹੀਂ ਸੀਗਾ, ਅਤੇ ਹੋ ਗਏ 15-16 ਸਾਲ ਆਪਾਂ ਕਬੂਤਰ ਰੱਖਦਿਆਂ ਨੂੰ। ਇਹ ਇੱਕ ਕਾਰਨ ਇਹ ਹੈਗਾ ਉਸਤਾਦ ਬਣਾਉਣ ਦਾ, ਕਿਉਂਕਿ ਕਬੂਤਰ ਨਹੀਂ ਹੁੰਦਾ ਨਾ, ਕਬੂਤਰ ਦੀ ਨਸਲ ਨਹੀਂ ਉੱਡਣਾ ਗਾ। ਕੋਈ ਉਸਤਾਦ ਰੱਬ ਨਹੀਂ, ਆਪਾਂ ਰੱਬ ਨੂੰ ਮੰਨਦੇ ਤਾਂ ਹੈਗੇ ਹਾਂ ਉਸਤਾਦ ਨੂੰ, ਅਤੇ ਜਿਹੜੀ ਨਸਲ ਆ ਕਬੂਤਰ ਦੀ ਇਹਨੇ ਆਪਦਾ ਕੰਮ ਆਪ ਕਰਨਾ ਗਾ। ਜਿਵੇਂ ਆਪਾਂ ਕੋਈ ਬੰਦੇ ਦੀ ਨਸਲ ਲਾ ਦੇਖ ਲਈਏ, ਹੈ ਨਾ, ਆਪਾਂ ਕਹਿੰਦੇ ਹਾਂਗੇ ਵੀ ਆਹ ਯਾਰ ਉਹਨਾਂ ਦਾ ਮੁੰਡਾ ਇੰਨਾ ਕੰਮ ਕਰਦਾ ਗਾ। ਇੱਕ ਹੁੰਦਾ ਵਿਹਲਾ, ਇਹਨੇ 24 ਘੰਟੇ ਖਾਣੀ, ਉਹਦੇ ਪਿਓ ਦਾਦਿਆਂ ਨੇ ਵਿਹਲੀਆਂ ਹੀ ਖਾਧੀਆਂ ਹੁੰਦੀਆਂ ਨੇ, ਅਤੇ ਗਾਹਾਂ ਵਾਲੇ ਜਿਹੜੇ ਹੁਣ ਇੱਕ ਪਿਓ ਦਾਦਿਆਂ ਨੇ ਕੰਮ ਕੀਤਾ ਹੁੰਦਾ ਗਾ, ਉਹ ਗਾਹਾਂ ਲਾਦ ਵੀ ਉਹੋ ਜਿਹੀ ਹੁੰਦੀ ਹੈ। ਕਬੂਤਰਾਂ ਦੀ ਵੀ ਇਹ ਚੀਜ਼ ਇਹੀ ਆ, ਇੰਨਾ ਜਿਹੜਾ ਖੂਨ ਆ ਗਾ ਕਬੂਤਰਾਂ ਦਾ, ਜਿਹੜਾ ਕਬੂਤਰ ਮੁੱਢ ਤੋਂ ਚੰਗਾ ਗਾ ਉਹ ਆਟੋਮੈਟਿਕ ਉੱਡੂਗੇ ਉੱਡੂਗਾ। ਜਿਵੇਂ ਹੁਣ ਆਪਾਂ ਅੱਜ ਦੇ ਟਾਈਮ ਕਹਿੰਦੇ, ਲੋਕ ਕਹਿੰਦੇ ਸਾਂਭਦੇ, ਮੈਂ ਕਹਿੰਦਾ ਸਾਂਭਦੇ ਸਿਰ 'ਤੇ ਕਬੂਤਰ ਨਹੀਂ ਉੱਡਦਾ। ਕਿਉਂ ਨਹੀਂ ਉੱਡਦਾ ਹੈਗਾ? ਕਬੂਤਰ ਨੂੰ ਜਦੋਂ ਆਪਾਂ ਖੁਰਾਕ ਨਹੀਂ ਪਾਉਣੀ, ਹੁਣ ਜੇ ਆਪਾਂ ਬਿਨਾਂ ਖੁਰਾਕ ਵਾਲੇ ਕਬੂਤਰ ਨੂੰ ਡਾਵਾਂਗੇ ਬਾਜੀ, ਉਹਨੇ ਵਿਚਾਰਨੇ ਕੀ ਉੱਡਣਾ ਗਾ? ਉੱਥੇ ਨਸਲ ਉੱਡਦੀ ਅੱਜ ਦੇ ਟਾਈਮ।
ਨਹੀਂ ਉਸਤਾਦ ਦਾ ਮਤਲਬ ਇਹ ਹੁੰਦਾ ਵੀ ਉਸਤਾਦ ਆ ਜਿਹੜਾ ਆਪਾਂ ਨੂੰ ਦਾ ਪੇਜ ਦੱਸਦਾ ਗਾ ਵੀ ਆਪਾਂ ਕਿਹੜੇ ਟਾਈਮ ਕਬੂਤਰ ਨੂੰ ਪਾਣੀ ਦੇਣਾ, ਕਿਹੜੇ ਟਾਈਮ ਸੁੱਕੀਆਂ ਟਾਈਆਂ ਕਰਾਉਣੀਆਂ ਨੇ, ਕਿਹੜੇ ਟਾਈਮ ਆਪਾਂ ਪਾਣੀ ਵਾਲੀਆਂ ਕਰਾਉਣੀਆਂ ਨੇ, ਮਤਲਬ ਉਹ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਫਿਰ ਲੋੜ ਨਹੀਂ ਪੈਂਦੀ ਉਸਤਾਦ ਦੀ? ਨਹੀਂ ਜੀ, ਪੈਂਦੀ ਤਾਂ ਹੈਗੀ ਹੈਗੀ, ਪਰ ਆਪੋ ਆਪਦਾ ਜਿਵੇਂ ਦਿਮਾਗ ਆ ਇਹ, ਚਲੋ ਬਚਪਨ ਤੋਂ ਸਿੱਖਦੀ ਬਸ ਇਹੀ ਗੱਲਾਂ, ਕਹਿੰਦੇ ਨਹੀਂ ਹੁੰਦੇ ਬਦਾਮ ਖਾਣ ਨਾਲ ਨਹੀਂ ਅਕਲ ਆਉਂਦੀ, ਅਕਲ ਆਉਂਦੀ ਆ ਧੱਕੇ ਖਾਣ ਨਾਲ। ਅਸੀਂ ਬਚਪਨ ਤੋਂ ਧੱਕੇ ਇਸੀ ਚੀਜ਼ਾਂ ਵਿੱਚ ਖਾਧੇ ਸੀਗੇ ਵੀ ਕਿਵੇਂ ਡਾਈਆਂ ਕਰਾਉਣੀਆਂ, ਕਿਵੇਂ ਕਬੂਤਰ ਪੱਟਣੇ ਨੇ, ਕਿਵੇਂ ਪਾਣੀ ਲਾਉਣੇ ਨੇ, ਕਿਹੜੀ ਖੁਰਾਕ ਦੇਣੀ ਆ, ਕਦੋਂ ਕਬੂਤਰ ਨੂੰ ਸਾਫ਼ ਕਰਨੇ ਆਗੇ, ਕਦੋਂ ਆਪਾਂ ਜੀਆਂ ਵਾਲੀ ਕੋਈ ਦਵਾਈ ਲਾਉਣੀ ਆ, ਇਹ ਆਪਾਂ ਬਚਪਨ ਤੋਂ ਇਹ ਗੱਲਾਂ ਆਪਦੇ ਆਪ ਹੀ ਨੋਟ ਕਰ ਰਹੇ ਹਾਂ ਬਾਈ ਜੀ, ਇਸੇ ਲਈ ਆਪਾਂ ਕੋਈ ਉਸਤਾਦ ਨਹੀਂ ਧਾਰਿਆ। ਅਤੇ ਬਾਜੀਆਂ ਬੂਜੀਆਂ ਕਿੰਨੀਆਂ ਕੁ ਦੇਖ ਲਈਆਂ ਅੱਜ ਤੱਕ? ਅੱਜ ਤੱਕ ਤਾਂ ਜੀ ਕੋਈ ਗਿਣਤੀ ਤਾਂ ਹੈ ਨਹੀਂ ਗੀ, ਨਾ ਹੀ ਹਜੇ ਤੱਕ ਕਿਵੇਂ ਛੱਡਣ ਤੋਂ ਬਿਨਾਂ ਜਦੋਂ ਛੱਡੀਆਂ ਛੱਡ ਲਈਆਂ ਉਹ ਤਾਂ ਗੱਲ ਵੱਖਰੀ ਆ। ਹਾਂ, ਊਂ ਕਿੰਨੀਆਂ ਕੁ ਬਾਜੀਆਂ ਦੇਖ ਲਈਆਂ? ਊਂ ਤਾਂ ਜੀ ਦੇਖੋ 16-17 ਸਾਲ ਹੋ ਗਏ ਦੇਖੀ ਜਾਂਦੇ ਹਾਂਗੇ, ਅਤੇ ਕੋਈ ਆਪਾਂ ਅੰਦਾਜ਼ਾ ਜਾਂ ਨਹੀਂ ਲਾਇਆ, ਹੋਊਗੀ 100-150 ਤੋਂ ਉੱਪਰ ਹੀ ਲੰਘ ਗਈ ਹੋਊਗੀ ਬਾਜੀ, ਦੇਖੀ ਜਾਂਦੇ ਹਾਂ। ਅਤੇ ਬਾਜੀਆਂ ਫਿਰ ਜਿਹੜੀਆਂ ਹੈਗੀਆਂ ਨੇ ਕਹਿਰ ਦੀਆਂ ਛੱਡਦੇ ਹੋ ਜਾਂ ਦੂਸਰਾ ਛੱਡਦੇ ਹੋ? ਕਹਿਰ ਵੀ ਛੱਡ ਲਈ ਦੀ ਹੈ ਜੀ, ਦੂਸਰ ਵੀ ਛੱਡ ਲਈ ਦੀ ਆ, ਊਂ ਤਾਂ ਅਸੀਂ ਕਹਿਰ ਹੀ ਛੱਡ ਕੇ ਰਾਜੀ ਹਾਂ, ਕਿਉਂਕਿ ਆਪਣੇ ਕਬੂਤਰ ਜਿਹੜੇ ਸਾਰੇ ਲੋ ਵਾਲੇ ਨੇ, ਦੂਸਰ ਵਾਲਾ ਆਪਾਂ ਨਹੀਂ ਉਹ ਨਹੀਂ ਕਰਦੇ। ਦੂਸਰ ਦੇ ਵਿੱਚ ਕਾਰਨ ਇਹ ਹੈਗਾ, ਕਬੂਤਰ ਰਹੇ ਵੀ 10-15 ਜਾਂਦੇ ਨੇ, ਕੁਛ ਬਣਦਾ ਵੀ ਹੈ ਨਹੀਂ ਗਾ, ਕਬੂਤਰ ਰਾਤ ਨੂੰ ਹੱਥ ਵੀ ਨਹੀਂ ਲੱਗਦੇ ਹੈਗੇ, ਫਿਰ ਉਹਨਾਂ ਨਾਲ ਤਾਂ ਜਾਨਵਰ ਗਵਾਉਂਦੇ ਹਾਂਗੇ, ਨਾਲੇ ਪੱਲੇ ਨਹੀਂ ਕੁਛ ਪੈਂਦਾ ਹੈਗਾ। ਅਤੇ ਫਿਰ ਜਿਹੜਾ ਪਾਣੀ ਲਾਉਣਾ ਹੁੰਦਾ ਕਬੂਤਰ ਨੂੰ ਸਾਂਭਣ ਵੇਲੇ, ਉਹ ਕੌਣ ਤਿਆਰ ਕਰਦਾ? ਉਹ ਜੀ ਆਪਣੇ ਜਿਵੇਂ ਯਾਰ ਮਿੱਤਰ ਨੇ, ਜੀਤਾ ਚੰਦਨ ਵਾਲੀਆ ਹੋ ਗਿਆ ਬਾਈ, ਪਾਲਾ ਝਾਣਕੇ ਹੋ ਗਿਆ, ਕਾਕਾ ਹੋ ਗਿਆ, ਜਾਂਟੀ ਜੌਂਦ ਹੋ ਗਿਆ, ਕੂਚਾ ਹੋ ਗਿਆ, ਆਪਣੀ ਕਿਸੇ ਨਾਲ ਇੱਦਾਂ ਨਹੀਂ ਹੈਗਾ ਵੀ ਦੁਸ਼ਮਣੀ ਆ ਕਿਸੇ ਨਾਲ, ਸਾਰੇ ਆਪਣੇ ਇੰਨੇ ਕੁ ਯਾਰ ਮਿੱਤਰ ਨੇ, ਜੇ ਅੱਜ ਆਪਾਂ ਪਿੰਜਰਾ ਲੈ ਕੇ ਬਾਗ ਜੇ ਬਾਈ ਆਪਾਂ ਕਬੂਤਰ ਸਾਂਭਣਾਗਾ, ਕਹਿਣਗੇ ਭਾਅ ਜੀ ਤਾਂ ਕੋਈ ਚੱਕਰ ਨਹੀਂ ਬਾਈ, ਤੇਰਾ ਕਬੂਤਰ ਸਾਂਭਾਂਗੇ ਪਹਿਲ ਦੇ ਆਧਾਰ 'ਤੇ, ਆਪਣਾ ਪਹਿਲ ਦੇ ਆਧਾਰ 'ਤੇ ਜਦੋਂ ਸਾਂਭਦੇ ਨੇ ਉਹ। ਫਿਰ ਕਬੂਤਰ ਬਣਾਏ ਕਿਵੇਂ? ਵੱਡੀ ਸਭ ਤੋਂ ਵੱਡੀ ਪਰੇਸ਼ਾਨੀ ਦੀ ਗੱਲ ਇਹੀ ਹੁੰਦੀ ਆ ਵੀ ਬੰਦੇ ਨੂੰ ਕਬੂਤਰ ਬਣਾਉਣੇ ਪੈਂਦੇ ਆ, ਫਿਰ ਬਾਜੀ ਛੱਡੀ ਜਾਂਦੇ ਆ। ਇਹ ਜੀ ਐਂ ਗਾ, ਪਹਿਲਾਂ ਹੁੰਦੇ ਸੀਗੇ ਹਾਂ 50-50 ਕਬੂਤਰ ਇਕੱਠੇ ਹੋ ਜਾਂਦੇ ਸੀ, ਉਹਨਾਂ ਦੇ ਵਿੱਚੋਂ ਆਪਾਂ ਦੇਖਦੇ ਸੀ ਵੀ ਇਹ ਕਬੂਤਰ ਕਿੰਨਾ ਉੜਦਾ, ਕਿਵੇਂ ਉੜਦਾ, ਇਹ ਕੀ ਕਰਦਾ, ਜਾਂ ਮੱਚ ਕੇ ਬਹਿੰਦਾ ਜਾਂ ਨਹੀਂ ਬਹਿੰਦਾ, ਜ਼ੋਰ ਲਾਉਂਦਾ ਜਾਂ ਰੱਖਦਾ ਹੈਗਾ ਜ਼ੋਰ, ਉਹਦੇ ਹਿਸਾਬ ਨਾਲ ਹੌਲੀ 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 ਕਬੂਤਰ ਸਾਂਡਦੇ ਆਪਾਂ ਇਹ ਕਬੂਤਰ ਬਣਾਏ। ਜਿਵੇਂ ਕਹਿ ਦਿੰਦੇ ਆ ਵੀ ਆਹ ਜਸਵੀਰ ਬਾਦਲ ਵਾਲੇ ਆ ਗਿਆ, ਕਿੱਕਰ ਮਾਸਟਰ ਵਾਲੇ ਆ ਗਏ, ਆਹ ਧੰਨੇ ਵਾਲੇ ਆ ਗਏ। ਦੇਖੋ ਬਾਈ ਜੀ, ਇੱਕ ਗੱਲ ਆ ਗਈ, ਨਾ ਤਾਂ ਧੰਨੇ ਨੇ ਕੋਈ ਅੰਡੇ ਆਪ ਧਰ ਕੇ ਆਪ ਕਬੂਤਰ ਉਹਨੂੰ ਜਨਮ ਦਿੱਤਾ ਗਾ, ਨਾ ਕਿਸੇ ਸੁਖਬੀਰ ਬਾਦਲ ਨੇ ਦਿੱਤਾ ਗਾ, ਨਾ ਕਿਸੇ ਕਿੱਕਰ ਮਾਸਟਰ ਨੇ ਦਿੱਤਾ ਗਾ, ਇਹ ਕਬੂਤਰ ਵੀ ਕਿਸੇ ਤੋਂ ਆਪਾਂ ਹੁਣ ਜਿਵੇਂ ਆਪਣੇ ਕੋਲ ਆਹ ਜਾਨਵਰ ਦੋ ਬੈਠੇ ਨੇ, ਆਪਾਂ ਇਹਨਾਂ ਨਾਲ ਗਾਹਾਂ ਦੀ ਗਾਹਾਂ ਮਦੀਨਾ ਲਾ ਕੇ ਆਪਾਂ ਨੂੰ ਜਦੋਂ ਉਹਨਾਂ ਦਾ ਰਿਜ਼ਲਟ ਵਧੀਆ ਆਉਣ ਲੱਗ ਗਿਆ, ਆਪਾਂ ਉਹ ਮਦੀਨ ਨਾਲ ਹੋਰ ਬੱਚੇ ਲੈ ਲਾਂਗੇ, ਉਹੀ ਆਪਣੇ ਕਬੂਤਰ ਵੱਜਣ ਲੱਗ ਜਾਣੇ ਨੇ। ਕਬੂਤਰ ਬੰਦੇ ਨੇ ਥੋੜ੍ਹੀ ਤਿਆਰ ਕੀਤੇ, ਕਬੂਤਰ ਕਬੂਤਰਾਂ ਦੀ ਤਿਆਰ ਹੋਏ ਨੇ ਇਹ। ਫਿਰ ਕਦੇ ਕਬੂਤਰ ਨਾ ਇਕੱਲਾ ਨਾ ਬਣਾਇਆ ਬੰਦੇ ਦਾ ਕਬੂਤਰਾਂ ਨੇ, ਕਬੂਤਰ ਬੰਦੇ ਨੇ ਤਿਆਰ ਨਹੀਂ ਕੀਤੇ, ਕਬੂਤਰ ਨਾ ਬਣਾਉਂਦੇ ਆ। ਜਦੋਂ ਕਦੇ ਬਾਜੀ 'ਤੇ ਜਾਂਦੇ ਹੋ, ਕਦੇ ਇਹ ਨਹੀਂ ਕਹਿੰਦੇ ਲੋਕ ਵੀ ਯਾਰ ਜਵਾਕ ਜਾ ਕੇ ਇਹਨਾਂ ਨੂੰ ਤਾਂ ਹੁੰਡਾ ਲਾਂਗੇ? ਹੋਈ ਆ ਜੀ, ਇਹ ਮੇਰੇ ਨਾਲ ਚੁੰਘਾਂ ਹੋ ਗਈ ਸੀ, ਮੇਰਾ ਕਬੂਤਰ ਸੀਗਾ ਅਤੇ ਆਪਣਾ ਕੌਰੀ ਸੀਗਾ ਸੈਦੋ ਵਾਲਾ, ਅਤੇ ਡਿੱਖਾਂ ਵਾਲੇ ਸੀਗੇ ਇਹਨਾਂ ਦੇ, ਸੀਗੇ ਇੱਕ ਪਾਸੇ ਚਾਰ ਕਬੂਤਰ ਸੀਗੇ ਅਤੇ ਪੰਜਵਾਂ ਕਬੂਤਰ ਆਪਣਾ ਸੀਗਾ, ਅਤੇ 4:45 ਆਪਣੇ ਵਿਹੜੇ ਕਰਕੇ ਨਾ ਕਬੂਤਰ ਗੁੱਝ ਮਾਰਦਾ ਸੀਗਾ, ਉਹ 1-2 ਗੁੱਝਾਂ ਵੀ ਵਿਹੜੇ 'ਚ ਵੜੂਗਾ, ਉਹਨਾਂ ਨੂੰ ਇਹ ਗੱਲ ਹੋ ਗਈ ਵੀ ਇਹਦਾ ਜਵਾਕ ਜਿਹਦਾ ਗੁੱਝਾਂ ਮਾਰਨ ਲੱਗ ਗਿਆ ਅਤੇ ਵੀ ਤਾਂ ਵਿਹੜੇ 'ਚ ਵੜਿਆ ਲੈ, ਅਤੇ ਮੈਂ ਕੌਰੀ ਸਾਲ ਪਹਿਲਾਂ ਸਾਰੀ ਦਿਹਾੜੀ ਤਾਂਸ ਖੇਡੀ ਗਏ, ਕੌਰੀ ਸਾਡੇ ਨਾਲ ਬੈਠਾ ਰਿਹਾ, ਮੈਂ ਯਾਰ ਬਾਈ ਕਰ ਲਈ ਆਪਾਂ ਸਾਂਝੀ, ਕੌਰੀ ਕਹਿੰਦਾ ਨਾ ਯਾਰ ਬਾਈ, ਅਤੇ ਮੈਂ ਕਿਹਾ ਬਾਈ ਕਾਹ ਤੋਂ, ਕਹਿੰਦਾ ਡਿੱਖਾਂ ਨੂੰ ਪੁੱਛ ਲਾ, ਮੈਂ ਜਦੋਂ ਡਿੱਖਾਂ ਵਾਲੇ ਕੋਲ ਗਿਆ ਉਹ ਕਹਿੰਦਾ ਕੌਰੀ ਨੂੰ ਪੁੱਛ ਲਾ, ਮੈਂ ਫਿਰ ਕੌਰੀ ਕੋਲ ਗਿਆ, ਕਹਿੰਦਾ ਯਾਰ ਤੇਰੇ ਨਾਲ ਤਾਂ ਕਰ ਨਹੀਂ, ਤੇਰੇ ਤਾਂ ਬੈਠੀ ਜਾਂਦਾ ਗਾ, ਮੈਂ ਠੀਕ ਆ ਬਾਈ ਨਾ ਕਰ, ਸਕੂਲ ਦੇ ਉੱਤੇ ਬੈਠੇ ਮੈਂ ਵਿਚਾਲੇ ਜਾ ਕੇ ਦੋਵਾਂ ਦੇ ਬਹਿ ਗਿਆ, ਮੈਨੂੰ ਪਤਾ ਸੀ ਆਪਦੇ ਜਾਨਵਰ ਬਾਰੇ, ਉਹਨੇ ਜਦੋਂ 4:45 ਮਾਰਿਆ ਚੱਕਰ
ਛੇਕ ਵਜੇ ਉੱਧਰੋਂ ਕਵਰੀ ਆਵੇ ਉੱਠਿਆ, ਉੱਧਰੋਂ ਡਿੱਖਣ ਵਾਲਾ ਆਵੇ, ਕਹਿੰਦਾ ਬਾਈ ਛੋਟੇ ਭਾਈ ਹੁਣ ਕਰਨਾ ਲਈਏ ਕਰ ਲਾ ਜੀ ਸਾਂਝੀ ਕਰ ਲਾ। ਮੈਂ ਕਿਹਾ ਬਾਈ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਮੇਰਾ ਕਬੂਤਰ ਇਹ ਇੰਨਾ ਕਿ ਇਹਨੂੰ ਉਹ ਚੰਡਿਆ ਹੋਇਆ ਕਬੂਤਰ ਆ ਵੀ ਇਹਦਾ ਆਪਾਂ ਨੂੰ ਇਕੱਲਾ ਇਕੱਲਾ ਮੈਂ ਖੰਭ ਦੱਸ ਦੂੰਗਾ। ਅਤੇ ਉਹੀ ਗੱਲ ਉਹ ਜਦੋਂ 6:30 ਮੇਰੇ ਕੋਲ ਆ ਗਏ, ਫਿਰ 6:30 ਨੂੰ ਉਹਨਾਂ ਨੇ ਦੇਖਿਆ, ਜਦੋਂ ਉਹਨਾਂ ਨੇ 6:30 ਲੱਗ ਗਏ ਕੋਠਿਆਂ 'ਚ ਵੱਜਣ, ਮੈਨੂੰ ਕਹਿੰਦੇ ਬਾਈ ਸਾਂਝੀ ਹੋਊਗੀ। ਮੈਂ ਬਾਈ ਮੈਂ ਕਬੂਤਰ ਨਹੀਂ ਗਵਾਉਣਾ, ਮੈਂ ਪੈਸੇ ਪਿੱਛੇ ਨਹੀਂ ਛੱਡਿਆ ਹੋਇਆ, ਮੈਂ ਆਪਾਂ ਤਾਂ ਸੌਂਕ ਨੂੰ ਛੱਡਿਆ ਸੀਗਾ, ਮੈਂ ਕਬੂਤਰ ਨਹੀਂ ਗਵਾਉਣਾ ਹੋਊਗੀ ਸਾਂਝੀ ਯਾਰ। ਕਈ ਵਾਰੀ ਦਬਣਾ ਹੀ ਪੈ ਜਾਂਦਾ, ਦਬਣਾ ਹੀ ਪੈ ਜਾਂਦਾ, ਜਾਨਵਰ ਨਹੀਂ ਫਿਰ ਛੱਡਣਾ ਚਾਹੁੰਦੇ ਹੁੰਦੇ ਜੀ, ਜਾਨਵਰ ਦਾ ਹੀ ਮੁੱਲ ਹੁੰਦਾ ਜੀ। ਜਾਨਵਰ ਹੀ ਜੇ ਆਪਣਾ ਗਵਾ 'ਚ ਗਿਆ ਫਿਰ ਆਪਾਂ ਇਕੱਲੇ ਪੈਸੇ ਪਿੱਛੇ ਨਹੀਂ ਨਾ ਜਾ ਸਕਦੇ। ਇਹ ਵੀ ਗੱਲ ਕਹਿੰਦੇ ਵੀ ਕਬੂਤਰਬਾਜ਼ ਭਾਈ ਨੂੰ ਭਾਈ ਵੀ ਕਬੂਤਰ ਚੰਗਾ ਨਹੀਂ ਦਿੰਦਾ। ਹਾਂਜੀ ਹਾਂਜੀ ਹਾਂਜੀ, ਕਬੂਤਰ ਦਾ ਮੋਹ ਹੀ ਇੰਨਾ ਹੁੰਦਾ, ਮੋਹ ਹੀ ਕਬੂਤਰ ਦਾ ਤਾਂ ਬੱਚਿਆਂ ਨਾਲੋਂ ਵੱਧ ਜਾਂਦਾ ਜੀ। ਪਹਿਲੀ ਗੱਲ ਤਾਂ ਛੇਤੀ ਕੋਈ ਜਾਨਵਰ ਨਹੀਂ ਆਪਦੇ ਦਿਖਾਉਂਦਾ ਯਾਰ ਮਿੱਤਰ ਨੂੰ, ਕਬੂਤਰਬਾਜ਼ ਵੀ ਇੰਨਾ ਬੇਈਮਾਨ ਹੋ ਜਾਂਦੇ ਨੇ ਅਤੇ ਗੀਜੇ ਜਾਂ ਅੰਡੇ ਪਾ ਕੇ ਬਦਲ ਕੇ ਲੈ ਜਾਂਦੇ ਨੇ ਵੀ ਸਾਡੇ ਕੋਲ ਨਸਲ ਤਿਆਰ ਹੋਵੇ। ਇਹ ਤਾਂ ਇਸ ਤਰ੍ਹਾਂ ਕਰਕੇ ਵੀ ਛੇਤੀ ਕਬੂਤਰਬਾਜ਼ ਕਿਸੇ ਨੂੰ ਕਬੂਤਰ ਨਹੀਂ ਦਿਖਾਉਂਦਾ, ਉਹਦੇ ਕੋਲੇ ਬੈਠਾ ਰਹੂੰ ਨਾ ਚਾਹ ਨਾ ਪਾਣੀ ਪੀਣ ਨਹੀਂ ਜਾਂਦਾ ਜਿੰਨਾ ਚਿਰ ਉਹਨੂੰ ਦੁਬਾਰੇ ਜਿੰਦਾ ਨਹੀਂ ਲਾਉਂਦਾ। ਇਸ ਕਰਕੇ ਪਹਿਲਾਂ ਜਦੋਂ ਆਪਾਂ ਬੈਠੇ ਕਬੂਤਰੀ ਦੀ ਗੱਲ ਕਰਦੇ ਸੀ ਇੱਕ ਦੀ, ਹਾਂਜੀ ਉਹ ਕਿਵੇਂ ਸੀ ਗੱਲ? ਉਹ ਸਾਡੀ ਇਸ ਤਰ੍ਹਾਂ ਸੀਗਾ ਜੀ, ਅਸੀਂ ਕਬੂਤਰੀ ਜਲਾਲ ਚਲੇ ਗਏ ਜੀ ਬਾਜੀ 'ਤੇ। ਜਦੋਂ ਅਸੀਂ ਬਾਜੀ 'ਤੇ ਗਏ ਸਾਡੇ ਕੋਲ ਮਿੱਡੂ ਮਾਣ ਵਾਲਾ ਲੱਖਾ, ਊਂ ਤਾਂ ਮੈਂ ਉਹਦਾ ਮਾਸੜ ਲੱਗਦਾ ਸੀਗਾ, ਉਹਨੂੰ ਪਤਾ ਨਹੀਂ ਸੀ ਉਹਦੀ ਭੈਣ ਬੇਹੀ ਵੀ ਸੀਗੀ ਜਲਾਲ। ਅੱਛਾ। ਅਤੇ ਸਾਨੂੰ ਉਹ ਟਿੱਚਰਾਂ ਕਰਨ ਅਤੇ ਸੀਗੇ ਸਾਰੇ ਗਾਮੀਆਂ ਵਾਲੇ ਵੀ ਸੀਗੇ, ਅਤੇ ਸਾਨੂੰ ਕਹਿੰਦੇ ਆਹ ਬਕਤ ਕਿੱਥੋਂ ਲੈ ਕੇ ਆਉਂਦੀ ਆ। ਮੈਨੂੰ ਹਾਂ ਇੱਕ ਚੜ੍ਹੇ ਕੁੱਤਰੇ ਵੀ ਇਹ ਕੀ ਕਰੀ ਜਾਂਦੇ ਮੈਨੂੰ ਟਿੱਚਰਾਂ ਜੀਆਂ, ਮੈਨੂੰ ਆਪਦੇ ਜਾਨਵਰ 'ਤੇ ਭਰੋਸਾ ਸੀਗਾ। ਚਲੋ ਜੀ ਜਦੋਂ ਅਸੀਂ ਸੜਤੇ ਉੱਥੇ ਥਾਈ 'ਚ ਜਾ ਕੇ, ਉਦੋਂ ਬਾਅਦ ਦੇ ਵਿੱਚ ਹਨੇਰੀ ਆ ਗਈ 11:00, ਸਾਰੇ ਕਹਿੰਦੇ ਵੀ ਆਪਾਂ ਅੱਜ ਜਾਨਵਰ ਲਾ ਲਈਏ ਵੀ ਆਪਾਂ ਕੱਲ੍ਹ ਨੂੰ ਦੁਬਾਰੇ ਬਾਜੀ ਛੱਡਾਂਗੇ। ਅਜੇ ਕਿਹਾ ਵੀ ਨਹੀਂ, ਅਸੀਂ ਅੱਧੇ ਬੰਦੇ ਉੱਧਰ ਹੋ ਗਏ ਕਬੂਤਰਬਾਜ਼ ਜਿਹੜੇ ਹੁਣ ਆਪਣੇ ਉੱਡਦੀ ਮੀਂਹ 'ਚ ਸੀਗੇ ਜੀ। ਜਦੋਂ 5 ਤੱਕ ਆਪਣੀ ਕਬੂਤਰੀ ਉੱਡੀ ਉਹ ਮੇਰੇ ਕੋਲ ਆ ਗਏ, ਜਦੋਂ ਅਸੀਂ ਘਰ ਆਏ ਰਿਸ਼ਾਲੀ ਕੋਲ, ਉਹ ਕਹਿਣ ਲੱਗ ਗਏ ਵੀ ਮਾਸੜ ਜੀ ਇਹ ਬਕਤ ਤਾਂ ਸਾਨੂੰ ਦੇ ਜਾ। ਮੈਂ ਕਿਹਾ ਨਹੀਂ ਇਹ ਤਾਂ ਬਕਤ ਹੀ ਨਹੀਂ, ਕੀ ਕਰਨਾ ਤੁਹਾਡੇ ਕੋਲ? ਅਤੇ ਮਤਲਬ ਕਿ ਸਾਡੇ ਕੋਲ ਇੰਨਾ ਕੁ ਖਿਹੜੇ ਪੈ ਗਏ ਵੀ ਉਹ ਇੱਥੋਂ ਸਾਡੇ ਤੋਂ ਫਿਰ ਜੋੜੀ ਲੈ ਕੇ ਗਏ ਕਬੂਤਰਾਂ ਦੀ, ਮਿੱਟੂ ਮਾਣ ਵਾਲਾ ਲੱਖਾ, ਹਾਂਜੀ ਵੀ ਨਸਲ ਚਾਹੀਦੀ ਆ। ਅਤੇ ਚਲੋ ਫਿਰ ਸਾਨੂੰ ਵੀ ਉਹ ਦੇ ਕੇ ਗਏ। ਇਸ ਕਰਕੇ ਚਲੋ ਤਿਉਹ ਬਣ ਗਿਆ ਵੀ ਛੇਤੀ ਕਬੂਤਰਬਾਜ਼ ਕਬੂਤਰਬਾਜ਼ ਨੂੰ ਇਹ ਚੰਗਾ ਨਹੀਂ ਸਮਝਦਾ ਵੀ ਇਹ ਪਤਾ ਨਹੀਂ ਉਈ ਲਈ ਫਿਰਦੇ ਆ। ਹੁਣ ਕਿਹਨਾਂ ਕੋਲ ਇਹੋ ਜਿਹਾ ਜਾਨਵਰ ਹੈ ਜਿਹੜਾ 10 ਪਿੰਡ ਗਾਹ ਕੇ ਜਿਵੇਂ ਪੰਚਾਇਤਾਂ ਦੇ ਸਰਵੇ ਕਰਦੇ ਫਿਰਦੇ ਨੇ ਵੋਟਾਂ ਵੇਲੇ, ਇਹ ਸਰਵਾ ਕਰਕੇ 10 ਦਿਨਾਂ ਬਾਅਦ ਮੁੜਿਆ। ਹਲੋ ਸਾਹਿਬ ਇਹੋ ਜਿਹੇ ਵੀ ਜਾਨਵਰ ਨੇ, ਇਸ ਕਰਕੇ ਘਰ ਆਇਆ ਜੀ 10 ਦਿਨਾਂ ਬਾਅਦ। ਬਥੇਰੇ ਲੋਕਾਂ ਨੇ ਛਾਤਰੀਆਂ ਲਾਈਆਂ ਵੀ ਫੜ ਦਈਏ, 10 ਦਿਨਾਂ ਬਾਅਦ ਇਹਨੇ ਆ ਕੇ ਆਪਦੇ ਘਰ ਦਾਣਾ ਪਾਣੀ ਸਕਿਆ। ਚਲੋ ਕਦੇ ਬਾਹਰ ਅੰਦਰ ਸਕਦਾ ਸੀ, ਇਹ ਨਹੀਂ ਹੈਗਾ ਵੀ ਕਿਸੇ ਦੇ ਖੋਡੇ 'ਚ ਨਹੀਂ ਵੜਿਆ। ਇਸ ਕਰਕੇ ਕਬੂਤਰਾਂ ਦੀ ਨਸਲਾਂ ਹੁੰਦੀਆਂ ਅੱਡੋ ਅੱਡੀ। ਆਪਣੇ ਕੋਲ ਕਿੰਨਾ ਕੁ ਟਾਈਮ ਹੋ ਗਿਆ ਰੱਖਿਆ ਨੂੰ? ਸਾਡੇ ਦਾ ਜੀ ਪਹਿਲਾਂ ਦੱਸ, ਹਾਂਜੀ ਹਾਂ ਆਪਣੇ ਕੋਲ ਹੋ ਗਿਆ 4ਥੀ ਪੀੜ੍ਹੀ ਹੋ ਗਈ ਜੀ। ਨਸਲਾਂ ਕਿਹੜੀਆਂ ਕਿਹੜੀਆਂ ਨੇ ਸਾਡੇ ਕੋਲ? ਤਾਂ ਨਸਲਾਂ ਕੁਛ ਤਾਂ ਸੀਗੇ ਜੀ ਜੀਤੇ ਚੰਨਾਲੀਏ ਦੇ, ਅਤੇ ਕਾਕੇ ਦੇ ਉਹ ਸਾਂਝੇ ਜਾਨਵਰ ਸੀ। ਇਹਨਾਂ ਦੇ ਖੋਡੇ 'ਚ ਕੋਈ ਬਿਮਾਰੀ ਪੈ ਗਈ ਸੀ, ਇਹ ਸਾਡੇ ਕੋਲ ਛੱਡ ਕੇ ਕੁਛ ਤੋਂ ਹੋ ਰਹੇ ਸੀਗੇ ਜੀ, ਕੁਛ ਸਾਡੇ ਕੋਲ ਧੰਨੇ ਵਾਲੇ ਸੀਗੇ ਜੀ, ਕੁਛ ਗਾਮੀਆਂ ਨੇ ਵਾਲਿਆਂ ਦੇ, ਅਤੇ ਬਾਕੀ ਅਸੀਂ ਜਿਵੇਂ ਤੁਹਾਨੂੰ ਦੱਸ ਕੇ ਅੱਡੇ ਨੇ ਫਿਰ ਅਸੀਂ ਨਸਲ ਆਪਦੀ ਤਿਆਰ ਕਰੀ। ਇੱਕ ਮੇਰੇ ਕੋਲ ਡੁੱਡਾ ਕਬੂਤਰ ਆ ਜੀ, ਉਹਦੇ ਨਿੱਕੇ ਹੁੰਦੇ ਨਾ ਕਿਤੇ ਵਾਲ ਲੱਤ ਨੂੰ ਘੁੰਮ ਗਏ, ਉਹਦੀ ਲੱਤ ਵੱਢੀ ਗਈ। ਮੈਂ ਹੁਣ ਕਬੂਤਰਬਾਜ਼ ਮੈਨੂੰ ਡੁੱਡੇ ਦੇ ਨਾਂ ਉਹਦੀ ਜਾਣਦੇ ਨੇ ਆਮ ਵੀ ਜਿਹੜਾ ਰੈਸਰੀ ਹੈ ਸਤਨਾਮ ਕੋਲ ਡੁੱਡਾ ਕਬੂਤਰ ਆ ਵੀ ਉਹਦੀ ਨਸਲ ਸਾਨੂੰ ਮਿਲ ਜਾਏ। ਇੱਕ ਦਿਨ ਸਾਨੂੰ 50,000 ਵੀ ਦੇ ਰਿਹਾ ਟੇ ਵੀ ਸਾਨੂੰ ਦੇ ਦਿਓ ਜੀ। ਮੈਂ ਕਿਹਾ ਵੀ ਪੈਸੇ ਵੱਟੇ ਨਹੀਂ ਇਹ ਜਾਨਵਰ ਮਿਲਣਾ, ਤੁਹਾਨੂੰ ਬੱਚਿਆਂ ਨੂੰ ਦੇ ਦਿੰਦਾ। ਮੈਂ ਦਿੱਤਾ ਸੀ ਪਿੰਡ 'ਚ ਹੀ। ਉਹ ਬੰਦੇ ਨੇ ਕੀ ਕੀਤਾ ਜੀ, 6-7 ਝੋਲੀਆਂ ਆਂਡੇ ਧਰਾਏ, ਬੱਚੇ ਉਹ ਕਢਾ ਲਿਆ ਕਰੇ ਗੋਲੇ ਕਬੂਤਰਾਂ ਤੋਂ, ਸਾਨੂੰ ਆ ਕੇ ਕਹਿ ਦਿਆ ਕਰੇ ਵੀ ਇਹ ਤਾਂ ਆਂਡੇ ਨਹੀਂ ਧਰਦਾ।
ਚਲੋ ਉਹਦੇ ਦਾਦਾ ਜੀ ਨੇ ਕਿਤੇ ਇੱਕ ਦਿਨ ਘਰੇ ਕਲੇਸ਼ ਪੈ ਗਿਆ, ਉਹਨੇ ਮੈਨੂੰ ਸੱਦਿਆ, ਮੈਨੂੰ ਕਹਿੰਦਾ ਪੁੱਤਰ ਆਪਦਾ ਕਬੂਤਰ ਲੈ ਜਾ। ਮੈਂ ਕਿਹਾ ਵੀ ਤੁਸੀਂ ਬੱਚੇ ਲੈਣ ਨੂੰ ਲੈ ਕੇ ਆਉਂਦਾ ਸੀ, ਵੀ ਚੱਲ ਕੋਈ ਨਹੀਂ ਲੈ ਲਓ ਇੱਕ ਅੱਧੀ ਝੋਲੀ। ਕਹਿੰਦਾ ਸਾਡੇ ਮੁੰਡੇ ਨੇ ਤਾਂ 7 ਝੋਲੀਆਂ ਲੈ ਲਈਆਂ ਆਂਡੇ। ਕਹਿੰਦਾ ਜਦੋਂ ਧਰਾ ਲੈਂਦਾ ਇਹਨੂੰ ਚੱਕ ਕੇ ਕਹਿੰਦਾ ਗੋਲੇ ਥੱਲੇ ਧਰ ਦਿੰਦਾ, ਉਹ ਆਂਡੇ ਬਣ ਦਿੰਦਾ। ਮਤਲਬ ਕਿ ਉਹਦੇ ਮਨ 'ਚ ਬਈ ਬੰਦੀ ਆ ਗਈ ਬੰਦੇ ਦੀ। ਫਿਰ ਉਹਨੇ ਸਾਡੇ ਕੋਲ 6 ਮਹੀਨੇ ਆ ਕੇ ਆਂਡੇ ਨਾ ਧਰਾਏ ਜੀ। ਦੁਬਾਰੇ ਜਦੋਂ ਅਸੀਂ ਜੋੜੀ ਮਿਲਾਈ, ਦੁਬਾਰਾ ਸਾਨੂੰ ਉਹਨੂੰ ਦਵਾਈਆਂ ਦੇਣੀਆਂ ਪਈਆਂ, ਇਲਾਜ ਨੂੰ ਦੇ ਕੇ ਜੋ ਦਵਾਈ ਸੀਗੀ। ਮੇਰੇ ਬਾਪੂ ਜੀ ਨੇ ਉਹਦੀ ਬਹੁਤ ਮਿਹਨਤ ਕਰਕੇ ਦੁਬਾਰੇ ਅਸੀਂ ਬੱਚਿਆਂ 'ਤੇ ਲਾਇਆ। ਹੁਣ ਸਾਡੇ ਕੋਲ ਡੁੱਡੇ ਦੀ ਨਸਲ ਹੈ। ਹਰ ਇੱਕ ਬੰਦੇ ਨੂੰ ਇਹ ਪਤਾ ਵੀ ਡੁੱਡੇ ਦੀ ਨਸਲ ਹੈ, ਉਹ ਇਹੀ ਜੀ ਹੈ। ਜੇ ਵਿਹੜੇ 'ਚੋਂ ਸੜਤੇ ਤਾਂ ਵਿਹੜੇ ਜੀ ਬੈਠਣਗੇ, ਜੇ ਕੋਠੇ ਤੋਂ ਉੱਡਗੜੇ ਤਾਂ ਕੋਠੇ 'ਤੇ, ਜੇ ਸਦਰੀ ਤੋਂ ਉੱਡੇ ਤਾਂ ਸਦਰੀ 'ਤੇ। ਉਹ ਨਸਲ ਐਸੀ ਹੈ, ਮਾਰਵੇ ਸੱਕ ਜਾਣ, ਉਹ ਆਥਣ ਤੋਂ ਬਿਨਾਂ ਬਹਿੰਦੇ ਨਹੀਂ ਜੀ। ਘਰੇ ਇੰਨਾ ਉੱਡਦੇ ਨੇ। ਹੁਣ ਅਸੀਂ ਤਾਂ ਆਪ ਤਾਂ ਸਿਆਣੇ ਜੋ ਇਹ ਕਰਕੇ ਘੱਟ ਜਾਂਦੇ ਹਾਂ ਬਾਜੀਆਂ 'ਤੇ ਵੀ ਮੂਹਰੇ, ਚਲੋ ਜਵਾਕ ਬਰਾਬਰ ਦੇ ਹੋਏ ਵੀ ਨੇ, ਅਸੀਂ ਯਾਰ ਮਿੱਤਰਾਂ ਨੂੰ ਫਿਰ ਉਹ ਦੇ ਦਿੰਦੇ ਹਾਂ ਜੀ ਬੱਚੇ ਦੇ ਦਿੰਦੇ ਵੀ ਛੱਡ ਬੱਚੇ। ਹਾਂ ਨਾ, ਆਪ ਤਿਆਰ ਕਰਕੇ ਘਰੋਂ। ਅੱਛਾ ਹਾਂ, ਸਾਡੇ ਨਾਲ ਕਈਆਂ ਨੇ ਕੀ ਕੀਤਾ, ਹੁਣ ਅਸੀਂ ਦੇਣੋਂ ਹਟ ਗਏ। ਸਾਡੇ ਜਾਨਵਰ ਜਦੋਂ ਜਿੱਤ ਜਾਂਦੇ ਸੀ, ਅਗਲਾ ਪੈਸੇ ਫੜ ਕੇ ਜੇਬ 'ਚ ਪਾ ਲਿਆਉਂਦਾ ਸੀ ਅਤੇ ਜਾਨਵਰ ਉੱਥੇ ਹੀ ਛੱਡੇ ਹੁੰਦੇ ਸੀ ਸਾਡੇ ਜਾਨਵਰ। ਹਾਂ ਜੀ, ਕਹਿੰਦੇ ਹਨੇਰਾ ਹੋ ਗਿਆ ਜੀ ਚਾਚਾ, ਸਾਨੂੰ ਐਂ ਹੋ ਗਿਆ। ਉਹਨਾਂ ਨੂੰ ਪੈਸੇ ਦਾ ਮਤਲਬ ਸੀ। ਹੁਣ ਅਸੀਂ ਜਾਨਵਰ ਆਪਦੇ ਘਰੋਂ ਕਿਸੇ ਨੂੰ ਦਿੰਦੇ ਨਹੀਂ। ਜਿਵੇਂ ਇਹ ਆ, ਹੁਣ ਇਹ ਪੱਕੇ ਬੰਦੇ ਆ, ਇਹਨਾਂ ਨੂੰ ਜਾਨਵਰ ਐਕਤੀ ਕਹਿੰਦਾ ਵੀ ਆਪਾਂ ਨੂੰ ਤਿਆਰ ਬੈਠੇ ਨੂੰ ਦੇਵਾਂਗੇ। ਅਤੇ ਆਪਣੇ ਕੋਲ ਡੁੱਡਾ ਕਬੂਤਰ ਬਹੁਤ ਪੁਰਾਣਾ ਕਬੂਤਰ ਹੈ, 20 ਸਾਲ ਦਾ। ਉਹਦੀ ਨਸਲ ਚੱਲੀ ਜਾਂਦੀ, ਉਹਦੀ ਨਸਲ ਸਾਡੇ ਕੋਲ ਹੁਣ ਚੱਲੀ ਜਾਂਦੀ ਹੈ ਜੀ, ਘਰੇ ਦਿਹਾੜੀ ਮਾਰਦਾ। ਹਾਂਜੀ ਹਾਂਜੀ ਹਾਂਜੀ, ਜਿੱਥੋਂ ਉੱਡ ਖੜਿਆ ਉਹਨੇ ਉੱਥੇ ਹੀ ਬੈਠਣਾ ਆ ਕੇ ਨਸਲ ਐਸੀ ਹੈ। ਪਹਿਲੀ ਡਾਈ 'ਤੇ ਹੀ 2-3 ਘੰਟੇ ਬੱਚੇ ਉਹਦੇ ਮਾਰ ਜਾਂਦੇ ਨੇ, ਉਦੋਂ ਬਾਅਦ ਫਿਰ ਦੂਜੇ ਦਿਨ ਤੱਕ ਕਹਿੰਦੇ ਬਸ ਹੁਣ ਤੂੰ ਪੈ ਜਾ, ਪਰੇ ਹੋ ਜਾ। ਹਾਂਜੀ ਹਾਂਜੀ, ਉਹ ਐਸੀ ਨਸਲ ਆ, ਜੇ ਅਸੀਂ ਥੱਲਿਓਂ ਉੱਡ ਗਿਆ ਤਾਂ ਕੋਠੇ ਦੇ ਹੱਥ ਨਹੀਂ ਲਾ ਦਈਏ, ਉਹ ਬਹਿੰਦਾ ਨਹੀਂ। ਇਹ ਨਸਲਾਂ ਦਾ ਡੋਡੀ ਫਰਕ ਹੁੰਦਾ ਜੀ। ਹੁਣ ਅਗਲਾ ਕਹਿ ਦਿੰਦਾ ਵੀ ਕਬੂਤਰਬਾਜ਼ ਨੂੰ ਸਿਹਤੀ ਦਿੰਦਾ ਨਹੀਂ। ਮੈਂ ਇਹਦੀ ਆਦਤ ਆ ਵੀ ਚਲੋ ਕੋਈ ਨਹੀਂ ਆਇਆ, ਕੋਈ ਇਹਨੂੰ ਦੇ ਦਿਓ। ਉਹ ਮਿੱਡੂ ਮਾਨ ਵਾਲੇ ਨੂੰ ਹੁਣ ਵੀ ਉਹਨਾਂ ਨੂੰ ਦੇ ਕੇ ਆਉਣਾ ਜੋੜਾ। ਅੱਛਾ ਜੀ। ਹਾਂਜੀ ਹਾਂਜੀ, ਲੱਖੇ ਨੂੰ। ਅਤੇ ਵੀਰੇ ਬਾਜ਼ੀਆਂ ਫਿਰ ਕਿੱਥੇ ਕਿੱਥੇ ਛੱਡੀਆਂ? ਅਸੀਂ ਜੀ ਪਹਿਲਾਂ ਤਲਵੰਡੀ ਛੱਡੀ ਸੀ, ਇੱਕ ਹੀਰਾਂ ਛੱਡੀ ਸੀ। ਉਸ ਤੋਂ ਬਾਅਦ ਸਾਡਾ 3 ਸਾਲ ਲਗਾਤਾਰ ਜਿੱਤਿਆ ਗੋਲਡ, ਅਤੇ 2 ਵਾਰ ਸਾਡਾ ਸਾਪੇ ਜਿੱਤਿਆ, ਉਹੀ ਕਬੂਤਰ ਜਿਹੜਾ ਗੋਲਡ ਜਿੱਤਿਆ ਸੀ ਉਹਦਾ ਬੱਚਾ ਜਿੱਤਿਆ। ਅਤੇ ਭੂਤ ਨੇ ਛੱਡੀ ਸੀ ਆਪਣੇ, ਅਤੇ ਛੋਟੇ ਝਾਣ ਕੇ ਕਲਾਲਿਓਂ 2 ਵਾਰ ਜਿੱਤੀ ਆਪਾਂ, ਅਤੇ ਵੱਡੇ ਝਾਣ ਕੇ ਆਪਣਾ ਠੀਕਰੀ ਵਾਲ 2 ਸਾਲ ਆਪਾਂ ਲਗਾਤਾਰ ਜਿੱਤਦੇ ਰਹੇ ਹਾਂ। ਅਤੇ ਇੱਕ ਵਾਰ ਆਪਣਾ ਕਬੂਤਰ ਭੱਜ ਗਿਆ ਸੀਗਾ, ਅਤੇ ਚੁੰਘਾ ਹੋ ਗਿਆ। ਆਪਾਂ ਨੇੜੇ ਹੁਣ ਛੱਡਣ ਲੱਗ ਗਏ, ਪਹਿਲਾਂ ਹੀ ਜਾਂਦੇ ਹੁੰਦੇ ਦੂਰ, ਅਤੇ ਹੁਣ ਆਪਣੀਆਂ ਇੱਧਰ ਛੱਡਾਂਗੇ ਮਾਨਸਾ ਏਰੀਏ 'ਚ, ਮੋਰ ਦੇ ਬਾਈਕ ਨਹੀਂ ਉੱਧਰ। ਅਤੇ ਇੱਕ ਵੀਰੇ ਮੈਂ ਨਾ ਕਬੂਤਰੀ ਦੀ ਹਿਸਟਰੀ ਸੁਣੀ ਸੀ ਤੇਰੀ ਦੀ, ਜਿਹਦੇ ਕਰਕੇ ਪਤਾ ਲੱਗਿਆ ਸੀਗਾ ਵੀ ਉਹ ਬੱਚਿਆਂ ਤੋਂ ਚੱਕ ਕੇ ਡਾਤੀ ਸੀ ਅਤੇ ਬਾਜੀ ਜਿੱਤੀ ਸੀ, ਜਿਹਦੇ ਕਰਕੇ ਆਪਾਂ ਨੂੰ ਖਾਸ ਜਿਹੜੀ ਹੈਗੀ ਵੀਡੀਓ ਬਣਾ ਰਹੇ ਹਾਂ, ਅਤੇ ਉਹਦਾ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸੋ। ਉਹ ਬਾਈ ਜੀ ਕਬੂਤਰੀ ਆਏ ਸੀਗੀ, ਪਹਿਲਾਂ ਆਪਾਂ ਬੱਚਾ ਹੁੰਦੀ ਛੱਡੀ ਸੀਗੀ ਜਵਲਾਂ, ਜਵਲਾਂ ਮੀਂਹ ਪੈ ਗਿਆ ਸੀ ਉਦੋਂ ਆਪਣੀ ਆਈ ਸੀ ਹਿੱਸੇ 'ਚ, ਅਤੇ ਉਦੋਂ ਬਾਅਦ ਦੇ ਵਿੱਚ ਅਸੀਂ ਕੱਟ ਲਈ ਘਰੇ ਕਬੂਤਰੀ, ਉਹ ਕੱਟ ਲਈ। ਚਲੋ ਫਿਰ ਪਹਿਲਾਂ ਸੀਗਾ ਬੱਚਾ, ਫਿਰ ਉਦੋਂ ਬਾਅਦ ਕਬੂਤਰੀ ਬਣ ਗਈ। ਚਲੋ ਇਹ 5-6 ਸਾਲ ਬੱਚਿਆਂ 'ਚ ਪਾਈ ਰੱਖੀ, ਅਤੇ ਉਦੋਂ ਬਾਅਦ ਦੇ ਵਿੱਚ ਚਲੋ ਘਰੇ ਕਬੂਤਰ ਹੋਰ ਵੀ ਉੱਡਣ ਲੱਗ ਗਏ। ਉਹਨੂੰ ਮੈਂ ਬੱਚਿਆਂ ਤੋਂ ਐਂ ਜੋੜਿਆ ਲੱਗਿਆ ਹੋਇਆ ਸੀਗਾ ਨਾਲ ਛੱਡ ਦਿਆ ਕਰਾਂ ਵੀ ਫਿਰ ਲੈਣ ਦੇ। ਚਲੋ ਇੱਕ ਦਿਨ ਮੇਰਾ ਯਾਰ ਮਿੱਤਰ ਕਹਿੰਦਾ ਯਾਰ ਆਪਾਂ ਕਬੂਤਰੀ ਕਹਿੰਦਾ ਦੁਬਾਰੇ ਛੱਡੀਏ। ਮੈਂ ਯਾਰ ਦੁਬਾਰੇ ਬੱਚਿਆਂ 'ਚ ਯਾਰ, ਮੈਂ ਕਿਹਾ ਇੰਨਾ ਟਾਈਮ ਹੋਊਗਾ, ਆਪਾਂ ਕੋਈ ਮੁੜੱਪਾਂ ਵਾਲੀ ਵੀ ਨਹੀਂ ਲਾਈ। ਉਦੋਂ ਅਸੀਂ ਬਚਪਨ 'ਚ ਹੀ ਹੁੰਦਾ ਸੀਗਾ, ਐਡੀ ਜ਼ਿਆਦਾ ਨੌਲੇਜ ਨਹੀਂ ਸੀਗੀ। ਮੈਂ ਯਾਰ ਨਾ ਆਪਾਂ ਨੂੰ ਕੋਈ ਖੁਰਾਕ ਪਾਈ ਆ। ਕਹਿੰਦਾ ਯਾਰ ਉੱਡੂਗੀ। ਮੈਂ ਯਾਰ ਉੱਡੂਗੀ ਤਾਂ ਸਹੀ, ਕਿਉਂਕਿ ਉਹ ਘਰੇ ਵੀ ਲੋ ਦੇ ਵਿੱਚ ਜਮ੍ਹਾਂ ਖਤਮ ਹੋ ਕੇ ਬਹਿੰਦੀ ਹੁੰਦੀ ਸੀ, ਬਹਿੰਦੀ ਵੀ 3-4 ਵਜੇ। ਜਿਹੜਾ ਕਬੂਤਰ 3-4 ਵਜੇ ਖਤਮ ਹੋ ਕੇ ਬਹਿੰਦਾ ਨਾ, ਉਹ ਕਬੂਤਰ ਕਦੇ ਬਾਹਰ ਮਾਰ ਨਹੀਂ ਖਾਂਦਾ। ਇਸ ਗੱਲ ਆ ਬਾਕੀ ਆ ਗਈ। ਉਦੋਂ ਬਾਅਦ ਦੇ ਵਿੱਚ ਅਸੀਂ ਚਲੋ ਉਹਨੂੰ ਲੈ ਗਏ ਜੀਤੇ ਬਾਈ ਕੋਲੇ। ਜੀਤਾ ਬਾਈ ਦੇਖ ਕੇ ਫੜ ਕੇ ਪਿੰਜਰਾ, ਕਹਿੰਦਾ ਆਹ ਕਬੂਤਰੀ ਛੱਡਣੀ ਆ।
ਲਿਬੜੀ ਜੀ ਭਾਈ। ਮੈਂ ਕਿਹਾ ਹਾਂ ਬਾਈ। ਕਹਿੰਦਾ ਯਾਰ ਹਰੀਆਂ ਬਿੱਠਾਂ ਮਾਰੀ ਜਾਂਦੀ ਆ, ਕਹਿੰਦਾ ਬੂਨ ਚੱਕਦੀ ਨਹੀਂ, ਕਹਿੰਦਾ ਬੂਥਾਂ ਨਹੀਂ ਚੱਕਦੀ ਯਾਰਾ, ਤੂੰ ਨਾਲੇ ਮੇਰੀ ਬੇਇੱਜ਼ਤੀ ਕਰਾਵੇਂਗਾ। ਹਾਂਜੀ ਮੈਂ ਕਿਹਾ ਬਾਈ ਬੇਇੱਜ਼ਤੀ ਨਹੀਂ ਹੋਣਾ ਦਿੰਦਾ। ਮੈਂ ਕਿਹਾ ਆਪਣੀ ਕਬੂਤਰੀ 'ਤੇ ਹੀ ਮਾਣ ਆ ਗਾ, ਮੈਂ ਕਿਹਾ ਪਰਖੀ ਇੰਨੀ ਕੁ ਹੋਈ ਹੋਈ ਆਪਣੀ ਕਬੂਤਰੀ ਦੀ। ਅਤੇ ਕਹਿੰਦਾ ਯਾਰ ਰੈਸਰੀਆ ਉੱਡਣੀ ਨਹੀਂ ਹੈਗੀ, ਹਰੀਆਂ ਬਿੱਠਾਂ ਮਾਰਦੇ ਆ, ਜੀਤਾ ਐਡਾ ਟੌਪ ਦਾ ਖਿਡਾਰੀ ਆ, ਉਹਨੇ ਮੈਨੂੰ ਜਦੋਂ ਕਹਿਤੀ ਗੱਲ ਕਹਿੰਦਾ ਉੱਡਣੀ ਨਹੀਂ ਹੈਗੀ। ਮੈਂ ਕਿਹਾ ਯਾਰ ਬਾਈ ਤੂੰ ਉੱਡਣੀ ਨਾ ਉੱਡਣੀ, ਪੈਸੇ ਸਾਡੇ, ਕਬੂਤਰੀ ਸਾਡੀ, ਮੈਂ ਕਿਹਾ ਉੱਥੇ ਛੱਡ ਕੇ ਆਊਂਗਾ ਇੱਕ ਵਾਰ ਕਰਦੇ ਗੱਲ। ਅਤੇ ਮੈਂ ਕਿਹਾ ਤੂੰ ਇੱਕ ਵਾਰ ਸਾਂਭ ਦੇ। ਕਹਿੰਦਾ ਯਾਰ ਤੇਰੇ ਕਹਿਣ ਦੇ ਮੈਂ ਸਾਂਭ ਤਾਂ ਦਿੰਦਾ, ਕੋਈ ਚੱਕਰ ਨਹੀਂ। ਚਲੋ ਉਹਨੇ ਸਾਂਭਤੀ, ਆਪਾਂ ਠੀਕਰੀ ਵਾਲ ਛੱਡਤੀ, ਉਦੋਂ ਪਤਾ ਨਹੀਂ 85 ਕਬੂਤਰ ਉੱਡੇ ਸੀਗੇ। ਚਲੋ ਠੀਕਰੀ ਵਾਲ ਛੱਡਤੀ, ਉਹੀ ਗੱਲ 3:30 ਪੌਣੇ 4 ਵਜੇ ਨੂੰ ਮੇਰਾ ਰਹਿ ਗਿਆ ਅਤੇ ਕਾਕੇ ਦਾ ਰਹਿ ਗਿਆ, ਕਾਕੇ ਦੀ ਕਬੂਤਰੀ ਰਹਿ ਗਈ। ਚਲੋ ਕਾਕੇ ਵਾਲੀ ਵੀ ਗੁੰਮ 'ਤੇ ਗੁੱਝ ਮਾਰ ਕੇ ਗੇਰਾਂ ਬਹਿੰਦੀ ਬਹਿੰਦੀ ਪੈਰ ਕੱਢਦੀ ਕੱਢਦੀ ਤਾਂ ਖੜ ਗਈ ਆਪਣੀ ਲੋਅ ਦੇ ਵਿੱਚ, ਐਂ ਮਰਦੀ ਫਿਰੇ ਪੂਰੀ ਨੀਵੀਂ ਨੀਵੀਂ ਫਿਰੇ। ਅਤੇ ਮੇਰੇ ਕੋਲ ਗੁਰਪਿਆਰ ਆ ਗਿਆ ਕਾਕੇ ਦਾ ਮੁੰਡਾ, ਕਹਿੰਦਾ ਜੀ ਤਾਂ ਆਪਾਂ ਸਾਂਝੀ ਕਰ ਲਈਏ। ਮੈਂ ਵੀ ਦੇਖਿਆ ਚਲੋ ਉਹਨਾਂ ਵਾਲੀ ਕਬੂਤਰੀ ਰੱਬ 'ਚ ਬੜੀ ਖੜੀ। ਮੈਂ ਯਾਰ ਹੁਣ ਸਾਂਝੀ ਕਰ ਲਈ, ਇੱਕ ਤਾਂ ਬੱਚਿਆਂ ਲਈ ਆ, ਹੁਣ ਐਡੇ ਐਡੇ ਬੱਚੇ ਕੱਢੇ ਹੋਏ ਸੀ ਉਹਦੇ ਘਰ। ਅਤੇ ਮੈਂ ਕਿਹਾ ਇੱਕ ਕਬੂਤਰੀ ਹਰੀਆਂ ਬਿੱਠਾਂ ਹੀ ਮਾਰਦੀ ਆ, ਨੰਬਰ 2 'ਤੇ ਆਪਾਂ ਕੋਈ ਸਾਫ਼ ਨਹੀਂ ਕੀਤੀ ਹੋਈ, ਨੰਬਰ 3 'ਤੇ ਆਪਾਂ ਕੋਈ ਡਾਈ ਨਹੀਂ ਕਰਾਈ, ਉਹ ਨਸਲ 'ਤੇ ਇੰਨਾ ਮਾਣ ਸੀ ਆਪਾਂ ਨੂੰ। ਅਤੇ ਮੈਂ ਡਾਈ ਵੀ ਨਹੀਂ ਕਰਾਈ ਹੈਗੀ, ਅਤੇ ਆਪਾਂ ਕੋਈ ਪਾਣੀ ਵਾਲਾ ਵੀ ਸਿਸਟਮ ਪੂਰਾ ਨਹੀਂ ਹੈਗਾ। ਆਪਾਂ ਤਾਂ ਜਦੋਂ ਜੀ ਕਰਦਾ ਹੀ ਸੁੱਕੀ ਡਾਂਦੇ ਖੁੱਡੇ 'ਚੋਂ ਕੱਢ ਕੇ, ਇਹ ਨਹੀਂ ਪਤਾ 12 ਵਜੇ ਛੱਡਤੀ, ਇਹ ਨਹੀਂ ਪਤਾ 1 ਵਜੇ ਛੱਡਤੀ। ਅਤੇ ਜਦੋਂ ਮੈਂ ਕਿਹਾ ਚੱਲ ਸੋਚੀ, ਮੈਂ ਕਿਹਾ ਯਾਰ ਕਰ ਲਾ ਸਾਂਝੀ, ਸਾਂਝੀ ਕੀਤੀ ਨਹੀਂ ਅਤੇ ਕਾਕੇ ਦੀ ਕਬੂਤਰੀ ਆ ਕੇ ਠੀਕਰੀ ਵਾਲ ਗੁੰਮ 'ਚ ਉਹਦੀ ਵੜ ਗਈ ਆਪਣੀ। ਫਿਰ ਵੀ ਉਹ ਤੋਂ 1.5 ਮਿੰਟ ਵੱਧ ਚੱਕਰ ਦੇ ਕੇ ਟਾਵਰ ਦੇ ਵਿੱਚ ਪੱਲੇ ਨਹੀਂ ਲੱਗੇ ਕਬੂਤਰੀ ਦੇ, ਥੱਲੇ ਜਾ ਕੇ ਡਿੱਗ ਪਈ, ਐਂ ਪੈਰ ਨਾ ਲੱਗਣ ਕਬੂਤਰੀ ਦੇ। ਉੱਥੇ ਫਿਰ ਆਪਣੇ ਸਾਰੇ ਏਰੀਏ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਸੀਗਾ, ਫਿਰ ਜੀਤਾ ਵੀ ਬਾਈ ਟੌਪ ਦਾ ਖਿਡਾਰੀ ਹੈਗਾ, ਉਹਨੇ ਵੀ ਦੱਸਿਆ ਰੈਸਰਾਂ ਦੀ ਕਬੂਤਰੀ ਯਾਰ ਬੱਚਿਆਂ ਤੋਂ ਹਰੀਆਂ ਬਿੱਠਾਂ ਮਾਰਦੀ, ਕਣਕ 'ਤੇ ਇੰਨੀ ਕਬੂਤਰੀ ਉੱਡ ਗਈ। ਅਤੇ ਉਹ ਗੱਲ ਆਪਣੀ ਕਬੂਤਰੀ ਇਹ ਸੀਗੀ। ਅਤੇ ਇੱਕ ਨਾ ਵੀਰੇ ਜਿਹੜੀ ਕਬੂਤਰਬਾਜ਼ੀ ਹੈਗੀ, ਇਹਦੇ ਵਿੱਚ ਕੋਈ ਤਕੜਾ ਮਾੜਾ ਨਹੀਂ ਹੈਗਾ, ਨਾ ਹੀ ਕੋਈ ਨਵਾਂ ਪੁਰਾਣਾ ਹੈਗਾ, ਇਹਦੇ ਵਿੱਚ ਬੰਦੇ ਦਾ ਤਜਰਬਾ ਬਸ ਵੱਡੀ ਚੀਜ਼, ਤਜਰਬਾ ਗੀ। ਅਤੇ ਇੱਕ ਵੀਰੇ ਆਪਾਂ ਗੱਲ ਸੁਣੀ ਸੀਗੀ, ਜਿਹੜਾ ਕਬੂਤਰ 10-12 ਪਿੰਡਾਂ ਨੂੰ ਕਹਿੰਦੇ ਜ਼ਿਲ੍ਹਾ ਘੁੰਮ ਕੇ ਆ ਗਿਆ ਸੀ ਵਾਪਸ, ਉਹਦੀ ਵੀ ਥੋੜ੍ਹੀ ਜਿਹੀ ਆਪਾਂ ਗੱਲਬਾਤ ਦੱਸੀਏ। ਹਾਂਜੀ ਬਾਈ, ਉਹ ਕਬੂਤਰ ਸੀਗਾ ਆਪਣਾ ਉਹੀ ਕਬੂਤਰੀ ਦਾ, ਅਤੇ ਉਹ ਆਪਣਾ ਘਰ ਬੱਚਾ ਗਜਾ ਲਿਆ ਜਦੋਂ ਆਪਣਾ ਪਹਿਲਾਂ ਉਹ ਕਬੂਤਰੀ ਯਾਰ ਮਿੱਤਰ ਲੈ ਗਿਆ ਸੀਗਾ ਪਿੰਡ 'ਚ, ਉਹਨੇ ਆਪਦਾ ਕਬੂਤਰ ਲਾਇਆ ਸੀ ਆਪਣੇ ਪਿੰਡ, ਕਬੂਤਰ ਜਿੱਤਿਆ ਸੀਗਾ ਆਪਣਾ ਕਿਲ੍ਹਾ ਰਾਏਪੁਰ ਵਾਲੇ ਜੱਗੇ ਦਾ, ਉਹ ਇਕੱਲਾ ਰਿਹਾ ਸਾਂਝੀ 'ਚ ਆਇਆ, ਇਕੱਲਾ ਰਿਹਾ ਸੀ ਨਾ ਉਹ, ਅਤੇ ਇਕੱਲਾ ਰਿਹਾ ਸੀਗਾ, ਉਹ ਕਬੂਤਰ ਨਾਲ ਲਾ ਕੇ ਆਪਣੀ ਕਬੂਤਰੀ ਤੋਂ ਬੱਚਾ ਕਢਵਾਇਆ ਸੀਗਾ। ਚਲੋ ਉਹਦਾ ਇਰਾਦਾ ਬਣਿਆ ਵੀ ਆਪਣੇ ਨੂੰ ਆਪਾਂ ਬਾਜ਼ੀ ਛੱਡਾਂਗੇ। ਚਲੋ ਮੈਂ ਡਾਈਆਂ ਕਰਵਾਉਂਦਾ ਸੀ, ਉਹਦੀਆਂ ਡਾਈਆਂ ਕਰਵਾਉਂਦੇ, ਦੂਜੇ ਕੁ ਪਾਣੀ 'ਤੇ ਉਹ ਨਿਕਲ ਗਿਆ, ਇੱਕ ਨਾਲ ਪਿੰਡ ਦੇ ਵਿੱਚੋਂ ਕਬੂਤਰੀ ਸੀ। ਚਲੋ ਅਸੀਂ ਦੇਖਣ ਵਗ ਗਏ, ਚੰਦਨ ਵਾਲ ਵਗ ਗਏ, ਚੰਦਨ ਵਾਲ ਫਿਰੇ, ਉਦੋਂ ਗਾਹ ਇਹ ਦੋਵੇਂ ਹੀ ਨਿਕਲ ਗਏ ਇਕੱਠੇ ਸੀਨੀ ਵਾਲ, ਇਹ ਉਹ ਕਬੂਤਰੀ ਦਾ ਸੀਨੀ ਵਾਲ ਛੱਡ ਗਿਆ ਅਤੇ ਆਪ ਨਿਕਲ ਗਿਆ ਸੀਨੀ ਵਾਲ ਤੋਂ ਕਲਾਲੇ। ਚਲੋ ਅਸੀਂ ਵੀ ਮੋਟਰ ਹੈਂਡ ਮਗਰ ਰੱਖਿਆ, ਕਲਾਲਿਓ ਫਿਰ ਵੱਗ ਗਿਆ ਛੋਟੇ 'ਚ ਹਾਣ ਕੇ, ਛੋਟੇ 'ਚ ਹਾਣ ਕੇ ਵੀ ਆਪਣੇ ਮਿੱਤਰ ਨੇ ਕਲਾਲੇ, ਵੀ ਉਹਨਾਂ ਨੇ ਦੱਸਿਆ ਚਲੋ ਛੋਟੇ ਉਹਨੂੰ ਕਾਲਾ ਕਹਿੰਦਾ ਵੀ ਆਪਣੇ ਇੱਥੇ ਆ ਗਿਆ ਜੀ ਤਾਂ ਆ ਜਾ। ਚਲੋ ਮੈਂ ਜਦੋਂ ਉੱਥੇ ਗਿਆ, ਉੱਥੇ ਪਹੁੰਚਦਿਆਂ ਨੂੰ ਕਹਿੰਦਾ ਯਾਰ ਬਾਈ ਉਹ ਤਾਂ ਗੇੜਾ ਹੀ ਨਹੀਂ ਕਹਿੰਦਾ ਬਣਦਾ, ਕਹਿੰਦਾ ਲੰਬਾ ਹੀ ਲੰਘਦਾ, ਕਹਿੰਦਾ ਵੱਡੇ 'ਚ ਹਾਣ ਕੇ ਨੂੰ ਹੋ ਗਿਆ। ਵੱਡੇ 'ਚ ਹਾਣ ਕੇ ਗਏ ਉੱਥੇ ਆਪਣੇ ਮਿੱਤਰ ਸੀਗੇ, ਉਹ ਕਹਿੰਦੇ ਬਾਈ ਹਾਂ ਹੁਣੀ ਲੰਘਿਆ ਗਿਆ ਇੱਧਰ ਨੂੰ, ਕਹਿੰਦੇ ਫਿਰ ਛੋਟੇ 'ਚ ਹਾਣ ਕੇ ਨੂੰ ਮੁੜ ਗਿਆ। ਚਲੋ ਜੀ ਫਿਰ ਛੋਟੇ 'ਚ ਹਾਣ ਕੇ ਆ ਗਏ, ਛੋਟੇ 'ਚ ਹਾਣ ਕੇ ਆਏ ਤਾਂ ਕਾਲਾ ਆਪਣਾ ਮਿੱਤਰ ਜਿਹੜਾ ਛੋਟੇ 'ਚ ਹਾਣ ਕੇ ਆਉਂਦਾ, ਉਹ ਕਹਿੰਦਾ ਤੇਰੇ ਪਿੰਡ ਨੂੰ ਵੱਗ ਗਿਆ। ਚਲੋ ਇਹ ਮੁੰਡਾ ਸੀਗਾ ਆਪਣਾ ਇੱਥੇ, ਮੈਂ ਕਿਹਾ ਵੀ ਦੇਖ ਨਿਗਾਹ ਮਾਰ 2:30 ਦਾ ਟਾਈਮ, ਅਤੇ ਕਹਿੰਦਾ ਵੀ ਹਾਂ ਆ ਗਿਆ ਬਾਈ ਕਬੂਤਰ। ਚਲੋ ਅਸੀਂ ਜਦੋਂ ਨੂੰ ਪਿੰਡ ਆਏ, ਉਦੋਂ ਬਾਅਦ 'ਚ ਇੱਥੋਂ ਸਿੱਧੇ ਹੀ ਲੰਘ ਗਏ ਆਪਣਾ ਕੈਰਿਆਂ ਨੂੰ।
ਕੈਰੇ ਵਗ ਚੱਲ ਪਿਆ, ਫਿਰ ਚੱਲ ਪਿਆ ਕੈਰੇ। ਜਦੋਂ ਵਗ ਗਿਆ ਸੀ ਕੈਰੇ ਵਗ ਗਿਆ, ਉੱਥੇ ਵੀ ਆਪਣਾ ਯਾਰ ਮਿੱਤਰ ਸੀ, ਉਹ ਕਹਿੰਦਾ ਬਾਈ ਉਹ ਤਾਂ ਐਂ ਆਉਂਦਾ ਐਂ ਲੰਘ ਜਾਂਦਾ, ਕਹਿੰਦਾ ਗੋਲ ਤਾਂ ਗੇੜੇ ਹੀ ਨਹੀਂ ਪਾਉਂਦਾ। ਮੈਂ ਯਾਰ ਬੜਾ ਹੈਰਾਨ ਕੀਤਾ, ਘਰੇ ਗੋਲ ਉੱਡਦਾ ਕਿ ਇਹਦੀ ਮਾਂ ਵੀ ਇੰਨਾ ਸਾਫ ਉੱਡੀ ਯਾਰ, ਇਹਨੇ ਅੱਜ ਕੀ ਕੀਤਾ। ਅਤੇ ਬਾਕੀ ਖੂਨ ਖੂਨ ਦੀ ਗੱਲ ਆ ਜਾਂਦੀ ਆ ਬਈ, ਜਦੋਂ ਗਰਮ ਹੋਵੇ ਨਾ ਕਬੂਤਰ ਕੋਈ ਬਾਹਲਾ, ਉਹ ਛੇਤੀ ਖੜ੍ਹਦਾ ਨਹੀਂ ਹੁੰਦਾ ਹੈਗਾ। ਅਤੇ ਉਦੋਂ ਬਾਅਦ ਦੇ ਵਿੱਚ ਅਸੀਂ ਕੈਰਿਆਂ ਤੋਂ, ਉਹ ਕਹਿੰਦਾ ਵੀ ਨਾਈ ਵੱਲ ਨੂੰ ਵੱਗ ਗਿਆ, ਇਹ ਰਹੀ ਨਾਈ ਵੱਲ ਵੱਗ ਗਏ, ਨਾਈ ਵੱਲ ਸਾਨੂੰ ਦੇਖ ਗਿਆ, ਉੱਥੇ ਚਲਾਂ ਫਿਰੇ ਪੂਰਾ ਉੱਚਾ ਖੜ੍ਹਾ ਡੂੰਘਾ। ਉਦੋਂ ਬਾਅਦ ਦੇ ਵਿੱਚ ਅਸੀਂ ਦੇਖਦੇ ਦੇਖਦੇ ਸਾਡੇ ਠੀਕਰੀ ਵਾਲਾ ਗਿਆ, ਠੀਕਰੀ ਵਾਲਾ ਗਿਆ, ਉਦੋਂ ਬਾਅਦ ਦੇ ਵਿੱਚ ਸੰਘੇੜੇ ਵੱਗ ਗਿਆ ਮੰਗਰੀ। ਅਸੀਂ ਸੰਘੇੜੇ ਜਾ ਕੇ ਦੇਖਿਆ, ਸੰਘੇੜੇ ਪੂਰਾ ਰੱਬ 'ਚ ਵੜਿਆ ਖੜ੍ਹਾ ਸੰਘੇੜਿਓਂ। ਉਦੋਂ ਬਾਅਦ 'ਚ ਤੁਰ ਪਿਆ ਬਰਨਾਲੇ ਵੱਗ ਗਿਆ, ਬਰਨਾਲੇ ਆਪਣੇ ਚੱਲ ਯਾਰ ਮਿੱਤਰ ਸੀ, ਉਹਨਾਂ ਨੂੰ ਫੋਨ ਕੀਤਾ, ਚੱਲ ਬਰਨਾਲਾ ਵੱਡਾ ਵਾਲਾ ਗਾ, ਹੁਣ ਦੇਖਿਆ ਨਹੀਂ, ਉੱਥੇ ਦੇਖਿਆ ਨਹੀਂ, ਅਤੇ ਚੱਲ ਦੇਖਦੇ ਦੇਖਦੇ ਸੀਗਾ ਯਾਰ ਖੜ੍ਹ ਕੇ ਖਾ ਲਈਏ ਕੁਛ। ਸਵੇਰ ਦਾ ਭੁੱਖੇ ਤਾਂ ਆਏ ਸੀਗੇ, ਅਤੇ ਮਗਰ ਸਵੇਰ ਤੋਂ ਹੀ ਲੱਗ ਗਏ ਸੀ, ਪਿੱਸੀ ਰਹੇ ਪਿੱਸੀ ਰਹੇ। ਅਤੇ ਸਾਰੀ ਦਿਹਾੜੀ ਰੋਟੀ ਨਹੀਂ ਖਾਧੀ, ਕਬੂਤਰ ਪਿੱਸੇ ਸੀ ਸਾਰੀ ਦਿਹਾੜੀ। ਅਤੇ ਚੱਲ ਮਖਾਂ ਯਾਰ ਖਾਲਾ ਯਾਰ ਲੱਭਣਾ ਉਹ ਲੱਭ ਜੂ ਯਾਰ, ਮਖਾਂ 4-5 ਵੱਜਣ ਵਾਲਿਆ ਗੋਪੀ ਯਾਰ, ਮਖਾਂ ਕੁਛ ਖਾ ਲਈਏ ਯਾਰ, ਮੈਂ ਲੱਭਣਾ ਉਹ ਲੱਭ ਜੂ। ਦੇਖਦੇ ਦੇਖਦੇ ਸਾਡੇ ਮੈਂ ਨਿਗਾਹ, ਹੁਣ ਤੈਨੂੰ ਪਤਾ ਹੀ ਆ ਜਿਹੜੇ ਕਬੂਤਰ ਵੱਜਦਾ ਕਬੂਤਰ ਗਵਾਚਾ, ਉਹਦੀ ਨਿਗਾਹ ਤਾਂ ਹੀ ਰਹੂਗੀ, ਖਾਣ 'ਚ ਸੁਰਤ ਨਹੀਂ ਆਉਂਦੀ ਮੇਰੀ, ਐਂ ਨਿਗਾਹ ਵੱਜ ਗਈ ਤਾਂ ਹਾਂ ਖੜ੍ਹਾ। ਮੈਂ ਗੋਪੀ ਆ ਗਿਆ ਉਹ ਸੜਦੇ ਖਾਣ ਨੂੰ ਰਹਿਣ ਦੇ, ਫਿਰ ਚੱਕ ਲਿਆ ਮੋਟਰਸਾਈਕਲ, ਚੱਲ ਉਹ ਕਹਿੰਦਾ ਯਾਰ ਖਾ ਤਾਂ ਲਈਏ, ਇਹਨੇ ਕਿਹੜਾ ਹੁਣ ਇੱਥੇ ਬਹਿ ਜਾਣਾ ਗਾ। ਅਤੇ ਚੱਲ ਮਖਾਂ ਯਾਰ ਰਹਿਣ ਦੇ ਖਾਣ ਨੂੰ, ਮੈਂ ਤੂੰ ਪਿੱਛੇ ਬਹਿ ਜਾ, ਮੈਂ ਪਿੱਛੇ ਬੈਠੀ ਖਾਈ ਚੱਲੀ। ਚਲੋ ਅਸੀਂ ਮਗਰ ਲੱਗਦੇ ਲੱਗਦੇ ਆਪਣਾ ਆਈ ਟੀ ਆਈ ਚੌਂਕ ਨੀ ਨੂੰ ਲੰਘ ਗਿਆ, ਆਈ ਟੀ ਆਈ ਚੌਂਕ ਤੋਂ ਗਾਹਾਂ ਧਰਾਉਂਦੇ ਲੰਘ ਗਿਆ। ਮਖਾਂ ਯਾਰ ਗੋਪੀ ਹੁਣ ਤਾਂ ਯਾਰ ਸਾਰੀ ਦਿਹਾੜੀ ਆਪਣੀ ਵੀ ਬਸ ਹੋ ਗਈ, ਮਖਾਂ ਆਉਣਾ ਹੋਊ ਜਰਾ ਜੂ, ਹੁਣ ਨਹੀਂ ਮਖਾਂ ਹੱਥ ਲੱਗਦਾ ਹੈਗਾ। ਮੈਂ ਮੁੜ ਆਏ ਪਈ ਅਸੀਂ, ਮੁੜ ਆਏ ਅਤੇ ਡੀਕਦੇ ਡੀਕਦੇ 6:45 ਉਹ ਸੀ, ਉਹ ਜਿਹੜੀ ਕਬੂਤਰੀ ਦੇ ਨਾਲ ਭੱਜੀ ਸੀ, ਅਸੀਂ ਕਿਹਾ ਚਲੋ ਉਹ ਬਹਿ ਜੂਗੀ ਆਪਣੀ ਚੰਦ ਨਾਲ ਫਿਰਦੀ ਸੀ, ਉਹ ਅਸੀਂ ਕਿਹਾ ਚਲੋ ਉਹਨੂੰ ਬਿਠਾ ਲੈਂਦੇ ਹਾਂ। 7:00 ਡੈਡੀ ਘਰੋਂ ਫੋਨ ਆ ਗਿਆ, ਕਹਿੰਦਾ ਜਿਹੜਾ ਆਪਣਾ ਕਬੂਤਰ ਸਵੇਰ ਦਾ ਲੱਭਦਾ ਫਿਰਦਾ, ਕਹਿੰਦਾ ਆਹ ਖੜ੍ਹਾ ਕੇ ਦੇਖ। ਮੈਂ ਕਹਿੰਦਾ ਆਹੀ ਆ। ਅਤੇ ਮੈਂ ਜਦੋਂ ਆਇਆ 7:30-7:30 ਰੱਬ 'ਚ ਖੜ੍ਹਾ ਪੂਰਾ, ਅਤੇ ਮੈਂ ਕਿਹਾ ਉਹੀ ਆ, ਚੱਲਦਾ ਵਾਤਾਵਰ ਰਾਤ ਨੂੰ ਲਾਈਆਂ ਲਾਈਟਾਂ ਲੂਟਾਂ ਲਾ ਕੇ ਇਹਨੂੰ 7:45 ਬਹਿ ਗਿਆ, ਇਹ ਆਪਣਾ ਉਹੀ ਕਬੂਤਰੀ ਦਾ ਇਹ ਬੱਚਾ ਸੀਗਾ। ਅਤੇ ਵੀਰੇ ਇਹ ਗੱਲ ਤੋਂ ਆਪਾਂ ਨੂੰ ਇੱਕ ਚੀਜ਼ ਜਿਹੜੀ ਹੈਗੀ ਆ ਸਾਬਤ ਹੁੰਦੀ ਆ ਵੀ ਨਸਲਾਂ ਮੁੱਲ ਲੈ ਕੇ ਨਹੀਂ ਬਣਦੀਆਂ, ਨਸਲਾਂ ਧੱਕੇ ਖਾ ਕੇ ਬਣਦੀਆਂ ਨੇ, ਠੀਕ ਹੈ ਨਾ। ਅਤੇ ਬਾਈ ਨੇ ਆਪਣੇ ਜਿਵੇਂ ਦੱਸਿਆ, ਅਤੇ ਇੱਕ ਵੀਰੇ ਜਿਵੇਂ ਨਵੇਂ ਕਬੂਤਰਬਾਜ਼ ਹੁੰਦੇ ਯਾਰ, ਉਹ ਡਰਦੇ ਰਹਿੰਦੇ ਆ ਵੀ ਯਾਰ ਐਂ ਕਰਕੇ ਵੀ ਆਪਾਂ ਬੰਦੇ ਡਰਦੇ ਆ, ਬਾਜ਼ੀ ਛੱਡਣ ਤੋਂ ਵੀ ਡਰਦੇ ਆ ਵੀ ਉੱਥੇ ਤਕੜੇ ਤਕੜੇ ਕਬੂਤਰਬਾਜ਼ ਆਏ ਹੋਏ ਹੈਗੇ, ਉਹਨਾਂ ਦੇ ਲਈ ਕੋਈ ਸੁਨੇਹਾ? ਉਹ ਬਾਈ ਇਹ ਆਪਣੇ ਮਨ 'ਚ ਇੱਕ ਵਹਿਮ ਹੈਗਾ, ਜੇ ਤਾਂ ਆਪਣਾ ਨਾ ਪਤਾ ਕਾਰਨ ਕੀ ਆ, ਜਿਵੇਂ ਹੁਣ ਲੋਕ ਕਹਿੰਦੇ ਆ ਸਾਂਭ ਆ, ਇੱਕ ਬੰਦਾ ਹੈਗਾ ਜਿਹੜੇ ਤਾਂ 24 ਘੰਟੇ ਦਿਨ ਰਾਤ ਆਪਣੀ ਮਿਹਨਤ ਕਰਨੀ ਆ, ਉਹ ਬੰਦਾ ਕਦੇ ਥੱਕਦਾ ਨਹੀਂ। ਕਬੂਤਰ ਘਰੇ ਵੱਧ ਤੋਂ ਵੱਧ ਡਾਵੋ, ਜਿਵੇਂ ਵੱਡੇ ਕਬੂਤਰ ਵਾ ਕਹਿੰਦੇ ਆ ਘਰੇ ਕਬੂਤਰ ਖਤਮ ਹੋ ਜਾਂਦਾ ਨਾ, ਕਬੂਤਰ ਦੀ ਖੁਰਾਕ ਇਹੋ ਜਿਹੀ ਹੋਵੇ, ਕਬੂਤਰ ਨੂੰ ਜਿਹੜਾ ਥੱਲੋਂ ਖੁਰੇ ਨਾ ਕਬੂਤਰ ਲਾਲ ਹੋਵੇ, ਠੀਕ ਆ। ਆਪਾਂ ਕੋਈ ਬਾਹਲੀ ਵੱਡੀ ਖੁਰਾਕ ਨਹੀਂ ਪਾਉਂਦੇ, ਆਪਾਂ ਸਿੱਧੀ ਘਰ ਦੀ ਇੱਕ ਚੀਜ਼ ਇਹੋ ਜਿਹੀ ਪਾਉਂਦੇ ਹਾਂ ਕਬੂਤਰ ਨੂੰ, ਜਿਹਦੇ ਨਾਲ ਬੰਦਾ ਵੀ ਆਪਦਾ ਪਾਵਰ 'ਚ ਰਹਿੰਦਾ ਕਿ ਜੇ ਬੰਦਾ ਉਹ ਚੀਜ਼ ਨੂੰ ਪੀਵੇ, ਜੇ ਕਬੂਤਰ ਨੂੰ ਆਪਾਂ ਉਹ ਚੀਜ਼ ਪਿਆਵਾਂਗੇ ਤਾਂ ਕਬੂਤਰ ਵੀ ਪਾਵਰ 'ਚ ਰਹੂਗਾ। ਅਤੇ ਜਿਹੜਾ ਕਾਰਨ ਇਹ ਆ, ਇੱਕ ਤਾਂ ਬਾਈ ਸਭ ਤੋਂ ਵੱਡਾ ਹੈਗਾ ਉਹਦਾ ਲੱਕ, ਕਿਸਮਤ, ਠੀਕ ਆ। ਕਿਸਮਤ ਤੋਂ ਬਿਨਾਂ ਬਾਈ ਕੋਈ ਬੰਦਾ ਜਿੱਤ ਨਹੀਂ ਸਕਦਾ, ਕੋਈ ਉਹਨੂੰ ਹਰਾ ਨਹੀਂ ਸਕਦਾ ਜਿੱਥੇ ਕਿਸਮਤ ਸਾਥ ਦੇਗੀ। 2 'ਤੇ ਬਾਈ ਕਬੂਤਰਾਂ ਦੀਆਂ ਨਸਲਾਂ, ਜਿਹੜੀ ਕਬੂਤਰ ਦੀ ਆਪਦੀ ਨਸਲ ਆਪਦੇ ਪਰਖੀ ਆਪਦੇ ਹੱਥੀ ਪਰਖ ਕੇ ਕਰੋ, ਕਿਸੇ 'ਤੇ ਵਿਸ਼ਵਾਸ ਨਾ ਕਰੋ। ਜਿਵੇਂ ਮੈਂ ਅੱਜ ਇਹ ਤੋਂ ਚੱਕ ਕੇ ਕਬੂਤਰ ਛੱਡਤਾ, ਇਹ ਕਹੇ ਯਾਰ ਮੇਰਾ ਤਾਂ ਘਰ 6-6 ਉੱਡਦਾ, ਉਹ 'ਤੇ ਵਿਸ਼ਵਾਸ ਨਹੀਂ। ਜਿਹੜਾ ਆਪਦਾ ਥੱਲੇ ਬਹਿ ਕੇ ਮੱਚ ਕੇ ਆਪ ਵੀ ਉਨਾ ਮੱਚੋ ਨਾਲ, ਕਬੂਤਰ ਦਾ ਇਕੱਲਾ ਇਕੱਲਾ ਗੇੜਾ ਇਕੱਲਾ ਜਦੋਂ ਆਉਂਦਾ ਗਾ ਉਹਨੂੰ ਦੇਖੋ ਹੀ ਨਹੀਂ ਵੀ ਹੱਡੀ ਤੋਂ ਕੀ ਕੀਤਾ, ਥੱਲੋਂ ਕਾਲਾ ਹੋਇਆ ਜਾਂ ਨਹੀਂ ਹੋਇਆ, ਜਿਹੜੀ ਆਪਾਂ ਇਹਨੂੰ ਪਹਿਲਾਂ ਕਿਹਾ ਜਿਹਾ ਸੀ ਅੱਜ ਦੇ ਟਾਈਮ ਕਿਹਾ ਜਿਹਾ, ਕਿੰਨਾ ਕੁ ਜ਼ੋਰ ਲਾਉਂਦਾ ਜਾਨਵਰ ਕਿੰਨਾ ਕੁ ਨਹੀਂ ਲਾਉਂਦਾ ਜਾਨਵਰ, ਉਹ ਹਿਸਾਬ 'ਤੇ ਕਬੂਤਰ ਨੂੰ ਛੱਡੋ। ਹੁਣ ਇੱਕ ਇਹ ਵੀ ਗੱਲ ਹੈਗੀ ਆ, ਜਿਵੇਂ ਲੋਕ ਕਹਿੰਦੇ ਨੇ ਵੀ ਹਾਂ 10 ਵਜੇ ਤੱਕ ਘਰੇ ਉੱਡਦਾ, ਉਹ ਕਬੂਤਰਾਂ ਦਾ ਵੀ ਜਿਵੇਂ ਆ ਚਲੋ ਕੋਈ ਪਰਖਣ ਵਾਲੀ ਗੱਲ ਹੁੰਦੀ, ਉਹਨੂੰ ਆਪਾਂ ਲਾਂਭ ਪਿੰਡ ਛੱਡ ਕੇ ਦੇਖ ਲਓ ਵੀ ਬਾਹਰ ਕੀ ਕਰਦਾ ਨਹੀਂ ਕੀ ਕਰਦਾ।
ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਜਿਵੇਂ ਆਪਾਂ ਕਹਿੰਦੇ ਹਾਂ ਤੁਸੀਂ ਗੱਲ ਕੀਤੀ ਆ ਕਿ ਨਵੇਂ ਕਬੂਤਰਬਾਜ਼ ਨੇ, ਇਹ ਗੱਲ ਨੂੰ ਆਪਾਂ ਡਰ ਜਾਂਦੇ ਨੇ ਵੀ ਯਾਰ ਮੂਹਰੇ ਵੱਡੇ ਵੱਡੇ ਕਬੂਤਰਬਾਜ਼ ਨੇ, ਉੱਥੇ ਬਾਈ ਵੱਡੇ ਵੱਡੇ ਕਬੂਤਰਬਾਜ਼ ਵੀ ਨਾ ਹਰ ਜਾਂਦੇ ਨੇ ਜਦੋਂ ਕਿਸਮਤ ਸਾਥ ਨਹੀਂ ਦਿੰਦੀ ਹੈਗੀ। ਇਹ ਹਮੇਸ਼ਾ ਰੱਬ ਨੂੰ ਧਿਆ ਕੇ ਚੜ੍ਹਦੀ ਜਿੱਤ ਵੱਲ ਆਪਾਂ ਜਾਵਾਂਗੇ, ਕੋਈ ਨਾ ਕੋਈ ਆਪਣਾ ਰੱਬ ਰਾਹ ਕੋਈ ਨਾ ਕੋਈ ਕੱਢੂਗਾ। ਜ਼ਰੂਰ ਛੱਡੋ ਵੀਰੇ, ਇਹ ਚੀਜ਼ ਆ ਨਾ, ਇਹਨੂੰ ਛੱਡੇ ਤੋਂ ਹੀ ਪਤਾ ਲੱਗਣਾ, ਛੱਡੇ ਤੋਂ ਹੀ ਤੁਹਾਡਾ ਨਾਂ ਬਣਨਾਗਾ, ਅਤੇ ਉੱਦਾਂ ਘਰ ਬੈਠਿਆਂ ਤੋਂ ਕੋਈ ਫਾਇਦਾ ਨਹੀਂ। ਜਿਵੇਂ ਆਪਾਂ ਦੇਖਦੇ ਹਾਂ ਜੀ ਪੁਰਾਣੇ ਕਬੂਤਰਬਾਜ਼ ਹੁੰਦੇ ਆ, ਉਹਨਾਂ ਕਬੂਤਰ ਦੀ ਬੈਠੇ ਦੀ ਪਰਖ ਕਰ ਲੈਂਦੇ ਆ। ਹਾਂਜੀ ਹਾਂਜੀ। ਅਤੇ ਐਵੇਂ ਦੀਆਂ ਕੋਈ ਪੰਜ ਚਾਰ ਗੱਲਾਂ ਜਿਹੜੀਆਂ ਹੈਗੀਆਂ ਆਪਣੇ ਦਰਸ਼ਕਾਂ ਨੂੰ ਜਿਹੜੇ ਨਵੇਂ ਕਬੂਤਰਬਾਜ਼ ਆ ਗਏ ਉਹਨਾਂ ਦੇ ਲਈ? ਇਹ ਕਬੂਤਰਾਂ ਦੀ ਅੱਡੋ ਡੀ ਜਿਵੇਂ ਆਪਾਂ ਕਹਿੰਦੇ ਵੀ ਨਸਲਾਂ, ਜਿਵੇਂ ਮੇਰੇ ਕੋਲ ਖੁੱਡੇ 'ਚ ਹੋਰ ਕਬੂਤਰ, ਉਹਦਾ ਸਿਰ ਕੋਈ ਵੱਡਾ ਛੋਟਾ ਜਾਂ ਕੋਈ ਨਾ ਕੋਈ ਚੀਜ਼ ਦਾ ਉਹਨੂੰ ਵਿੱਚੋਂ ਫੜ ਲੈਂਦੇ ਆ ਕਬੂਤਰਬਾਜ਼, ਵੀ ਇਹਦੇ ਕੋਲ ਕਬੂਤਰ ਦੀ ਆਹ ਨਸਲ ਤਿਆਰ ਆ। ਜਿਵੇਂ ਹੁਣ ਗਾਮੀ ਵਾਲਿਆਂ ਦੇ ਆ, ਉਹਨਾਂ ਦੇ ਸਿਰ ਛੋਟੇ ਆ, ਠੀਕ ਹੈ ਨਾ, ਕਿਸੇ ਦੇ ਲਾਲ ਸਿਰੇ ਨੇ, ਉਹ ਅਗਲਾ ਕਹਿੰਦਾ ਵੀ ਆਹ ਨਸਲ ਤਾਂ ਗਾਮ ਫਲਾਨੇ ਦੀ ਹੈ ਕਬੂਤਰਬਾਜ਼ ਦੀ, ਇਸ ਕਰਕੇ ਉਹ ਨਿਸ਼ਾਨੀ ਆਉਂਦੇ, ਉਹ ਆਪਦੇ ਦੇ ਬੱਚੇ ਲੈ ਕੇ ਜਾਂਦੇ ਨੇ, ਉਹਨਾਂ ਦੀ ਫਿਰ ਦੂਰੋਂ ਹੀ ਪਛਾਣ ਆ ਜਾਂਦੀ ਹੈ। ਜੇ ਆਪਾਂ ਚੱਕ ਕੇ ਤੁਸੀਂ ਮੈਨੂੰ ਕਹਿ ਦਿਓ ਵੀ ਆਹ ਡੋਡੇ ਦਾ ਬੱਚਾ ਹੈ, ਤੁਹਾਨੂੰ ਤਾਂ ਉਹਨਾਂ ਦਾ ਪਤਾ ਨਹੀਂ, ਜਿਹੜਾ ਕਬੂਤਰਬਾਜ਼ ਆ ਉਹ ਵੜਨ ਸਾਰ ਦੱਸ ਦੂ ਵੀ ਇਹ ਮੈਨੂੰ ਅਸਲੀ ਬੱਚਾ ਦੇ ਰਿਹਾ ਡੋਡੇ ਦਾ ਜਾਂ ਮੈਨੂੰ ਨਕਲੀ ਦੇ ਰਿਹਾ। ਇਸ ਕਰਕੇ ਕਬੂਤਰਬਾਜ਼ਾਂ ਨੂੰ ਫਰਕ ਹੁੰਦੇ, ਦੂਜੇ ਬੰਦੇ ਨੂੰ ਨਹੀਂ ਪਤਾ ਲੱਗਦਾ। ਜਿਵੇਂ ਆਪਾਂ ਇਹ ਦੇਖਦੇ ਹਾਂ ਵੀ ਜਿਵੇਂ ਤੁਸੀਂ ਕਹਿੰਦੇ ਸਾਡੇ ਕੋਲ ਡੋਡੇ ਕਬੂਤਰ ਦੀ ਨਸਲ ਆ, ਹਾਂਜੀ, ਆਪਾਂ ਉਹ ਕਬੂਤਰ ਦੇ ਬੱਚੇ ਲਏ, ਹਾਂਜੀ ਹਾਂਜੀ, ਬੱਚੇ ਗਾਹਾਂ ਜਾ ਕੇ ਕਿਸੇ ਹੋਰ ਨਾ ਪਾਤੇ, ਹਾਂਜੀ, ਉਹ ਗਾਹਾਂ ਹੋਰ ਵਾਲੇ ਹੋਰ ਨਾ ਪਾਤੇ, ਹਾਂਜੀ, ਫਿਰ ਉਹ ਡੁੱਡੇ ਵਾਲੀ ਜਿਹੜੀ ਨਸਲ ਆ ਉਹਨਾਂ ਦੇ ਵਿੱਚ ਰਹਿੰਦੀ ਹੈ ਜਾਂ ਉਹ ਖਤਮ ਹੋ ਜਾਂਦੀ? ਨਹੀਂ, ਉਹ ਖਤਮ ਹੋ ਜਾਂਦੀ ਜੀ, ਜਦੋਂ ਆਪਾਂ ਤੀਜੀ ਚੌਥੀ ਪੀੜ੍ਹੀ 'ਚ ਜਾ ਕੇ ਬਦਲਤਾ, ਇਹ ਨਹੀਂ ਪਤਾ ਉਹ ਕਬੂਤਰ ਆਪਦੇ 'ਤੇ ਲਏ ਜੇ ਜਾਂ ਮਦੀਨ ਆਪਦੇ 'ਤੇ ਲਏ ਜੀ। ਨਹੀਂ ਫਿਰ ਉਹੀ ਇਹ ਗੱਲ ਮੈਂ ਤਾਂ ਕਰੀ ਆ ਕਿਉਂਕਿ ਜਿਹਦੇ ਵੀ ਖੁੱਡੇ 'ਚ ਜਾਂਦੇ ਆਪਾਂ ਉਹ ਜਾ ਕੇ ਕਹਿੰਦਾ ਮੇਰੇ ਕੋਲ ਧੰਨੇ ਵਾਲੇ ਬੈਠੇ ਆ, ਹਾਂਜੀ, ਮੇਰੇ ਕੋਲ ਫਲਾਨੇ ਬੈਠੇ, ਮੇਰੇ ਕੋਲ ਫਲਾਨੇ ਬੈਠੇ ਆ, ਅਤੇ ਪਰ ਉਹ ਇੰਨੀ ਲੰਬੀ ਨਸਲ ਚੱਲੀ ਆਉਂਦੀ ਆ, ਉਹ ਹਾਲੇ ਤੱਕ ਖਤਮ ਹੀ ਨਹੀਂ ਹੋਈ। ਨਹੀਂ, ਨਸਲ ਤਾਂ ਇਸ ਤਰ੍ਹਾਂ ਕਰਕੇ ਆ ਜੀ, ਜਦੋਂ ਆਪਾਂ ਉਹਦੇ ਨਸਲ ਦਾ ਜੇ ਜੋੜਾ ਮਿਲੂਗਾ ਉਹਦੇ ਹੀ ਉਸੇ ਖੁੱਡੇ 'ਚੋਂ, ਫਿਰ ਤਾਂ ਨਸਲ ਤਿਆਰ ਹੋਊ। ਜਿਵੇਂ ਆਪਣੇ ਹੁੰਦਾ, ਆਪਣੇ ਪਰਿਵਾਰ ਦੇ ਵਿੱਚ ਕੋਈ ਬੱਚਾ ਹੋਣ ਵਾਲਾ ਹੁੰਦਾ, ਆਪਾਂ ਕਈ ਵਾਰ ਜਿਹੜਾ ਕੋਈ ਆਮ ਮੱਥੇ ਲੱਗਦਾ ਰਹਿੰਦਾ ਹੈ, ਆਪਣੇ ਪਿੰਡ ਦੇ ਵਿੱਚ ਸੀਗਾ ਇੱਕ, ਉਹਨਾਂ ਜਦੋਂ ਕੋਈ ਬੱਚਾ ਹੋਣ ਵਾਲਾ ਹੁੰਦਾ ਸੀ, ਉਹ ਕਹਿ ਦਿੰਦੇ ਸੀ ਵੀ ਤੁਸੀਂ ਤੇਲ ਚੋਦੋ, ਉਹਨਾਂ ਦੇ ਸੀਰੀ ਦੇ ਬੱਚੇ ਚਲੇ ਗਏ। ਅੱਛਾ, ਹਾਂ, ਇਹ ਹੀ ਬੱਚਿਆਂ ਦਾ, ਇਹਨਾਂ ਦੇ ਜਾਨਵਰਾਂ ਦਾ ਗੁੱਡੇ 'ਚ ਬੈਠੇ ਹੁੰਦੇ ਆ, ਜਦੋਂ ਉਹਨਾਂ ਦੇ ਮੱਥੇ ਲੱਗੀ ਜਾਂਦੇ ਫਿਰ ਉਹਨਾਂ ਦੀ ਜਾਣਾ ਹੁੰਦਾ ਉਹਨਾਂ ਨੂੰ। ਹਾਂ, ਇਸੇ ਕਰਕੇ ਜਿਹੜੀਆਂ ਚੰਗੀਆਂ ਨਸਲਾਂ ਨੇ ਉਹ ਨਾ ਤਾਂ ਕੋਈ ਸੇਧੀ ਦਿੰਦਾ ਹੁੰਦਾ, ਅਤੇ ਬਾਕੀ ਨਸਲ ਜੇ ਆਪਾਂ ਮਿਲਾਵਾਂਗੇ ਫਿਰ ਉਹੀ ਉਹਦੇ 'ਤੇ ਜਾਊਗਾ। ਜੇ ਗਾਹਾਂ ਆਪਾਂ ਤੋੜ ਮਰੋੜ ਕਰੀ ਜਾਵਾਂਗੇ, ਤੀਜੀ ਉੱਥੇ ਪੀੜ੍ਹੀ 'ਤੇ ਜਾ ਕੇ ਬਦਲ ਜਾਂਦੀ ਹੈ, ਇੱਕ ਨੌਂ ਰਹਿ ਜਾਂਦਾ, ਉਹਦੇ ਨਾਲ ਚੰਗੀ ਕਬੂਤਰੀ ਦਾ ਕਬੂਤਰ ਮਿਲ ਜਾਂਦਾ, ਅਗਲਾ ਕਹਿੰਦਾ ਇਹ ਫਲਾਨੇ ਵਾਲੀ ਨਸਲ ਹੈ, ਉਹ ਨੌਂ ਉਹਦਾ ਰਹਿ ਜਾਂਦਾ ਅਤੇ ਗਾਹਾਂ ਮਿਲ ਜਾਂਦੀ, ਸਾਗਲਾਂ ਮਿਲ ਜਾਂਦੀਆਂ। ਆਹੀ ਕਈ ਕਬੂਤਰਬਾਜ਼ ਐਂ ਵੀ ਕਰਦੇ ਆ ਵੀ ਮਤਲਬ ਨਵੇਂ ਖਿਡਾਰੀਆਂ ਨੂੰ ਚੱਕ ਚੱਕ ਕਿਸੇ ਨੂੰ ਲੱਖ ਤਾਂ ਦਿੱਤਾ, ਕਿਸੇ ਨੂੰ 50,000 ਤਾਂ ਦਿੱਤਾ ਵੀ ਆਹ ਦੇਖੋ ਜੀ ਆਹ ਧੰਨੇ ਵਾਲਾ ਆ ਗਿਆ, ਸਾਡੇ ਕੋਲ ਕਿੱਕਰ ਮਾਸਟਰ ਆ ਗਿਆ, ਸਾਡੇ ਕੋਲ ਮੀਰ ਆਬ ਆ ਗਿਆ, ਆਹ ਸਾਡੇ ਕੋਲ ਰਾਜਨ ਵਾਲਾ ਆ ਗਿਆ। ਨਹੀਂ ਨਹੀਂ, ਇਹ ਤਾਂ ਇੱਕ ਐਵੇਂ ਪੈਸੇ ਬਣਾਉਣ ਵਾਲੀ ਗੱਲ ਹੈ। ਕਈ ਕਹਿੰਦੇ ਨੇ ਜਿਹੜਾ ਅਸਲ ਬੱਚਾ ਹੈ ਉਹ ਤਾਂ ਤੁਹਾਨੂੰ ਦੂਰੋਂ ਬਣਦੇ ਸਾਰ ਹੀ ਪਤਾ ਲੱਗ ਜੂ, ਜਿਵੇਂ ਆਪਾਂ ਬੱਚੇ ਨਹੀਂ ਜਵਾਕ ਖੇਡਦੇ ਫਿਰਦੇ ਹੁੰਦੇ, ਆਪਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਫਲਾਨੇ ਪਰਿਵਾਰ 'ਚੋਂ ਹੈ। ਇਹੀ ਕਬੂਤਰਾਂ ਦਾ ਗਾ, ਕਬੂਤਰ ਜਿਹੜਾ ਅਸਲ ਨਸਲ ਦਾ ਉਹਦਾ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਕਿਹੜੀ ਨਸਲ ਦਾ, ਅਤੇ ਊਂ ਕੋਈ ਪਤਾ ਨਹੀਂ ਲੱਗਦਾ ਵੀ ਕਿਸੇ ਨਾਲ ਮਿਲਾ ਕੇ ਆਪਾਂ ਕਹਿ ਦਈਏ ਕਬੂਤਰੀ ਦਾ ਕੋਕੜ ਹੁੰਦੀ ਹੈ ਅਤੇ ਕਬੂਤਰ ਆਪਾਂ ਚੰਗਾ ਮਿਲਾ ਦਈਏ ਉਹਦੀ ਕਿਵੇਂ ਨਸਲ ਬਣ ਜੂ। ਬਾਕੀ ਗੱਲ ਇਹ ਵੀ ਆ ਨਾ ਬਾਈ ਜੀ, ਚੰਗਾ ਕਬੂਤਰ ਕੋਈ ਵੀ ਖਿਡਾਰੀ ਆ ਨਾ ਜਮ੍ਹਾਂ ਨਹੀਂ ਦਿੰਦਾ ਹੈਗਾ, ਸਾਡੇ ਨਾਲ ਖੁਦ ਹੋਈ ਹੈ। ਕਿਸੇ ਆਪਣੇ ਪੂਰਾ ਟੌਪ ਦਾ ਖਿਡਾਰੀ ਹੈਗਾ, ਨਾਂ ਪੂਰਾ ਚੱਲਦਾ ਹੈਗਾ, ਉਹਦੇ ਤੋਂ ਸਾਡਾ ਬੰਦੇ ਨੇ ਦੋ ਜੋੜੀ ਲਿਆਤੀ। ਅੱਛਾ, ਜੋੜੀ ਇਹਦੇ ਘਰ ਸਾਡੇ ਕੈਂਚੀ ਲਾ ਕੇ, ਕਹਿੰਦਾ ਬਾਈ ਫੱਟੀ ਨਾ ਚੜ੍ਹਦੇ, ਕਹਿੰਦਾ ਬਾਹਲੇ ਚੰਗੇ ਨੇ।
ਹੈਗਾ ਯਾਰ, ਪਤਾ ਨਹੀਂ ਐਡਾ ਟੋਪ ਦਾ ਸਟਾਰ ਆ ਬੰਦਾ ਯਾਰ, ਆਪਾਂ ਨੂੰ ਜੋੜੀ ਦੇਤੀ, ਬਾਹਲੇ ਚੰਗੇ ਦੇਤੇ ਹੋਣਗੇ। ਚਲੋ ਅਸੀਂ ਕੈਂਚੀ ਲਾ ਕੇ ਉਹਦੀ ਆਦਤ ਫੱਟੀ, ਅਸੀਂ ਬਿਨਾਂ ਚੜ੍ਹਨ ਦਿੱਤੇ ਵੀ ਬਾਹਲੇ ਚੰਗੇ ਹੋਣਗੇ। ਉਹ ਕੁਦਰਤੀ ਕਿਤੇ ਬੱਬੂ ਮਹਿਲਾ ਨਾਲ ਕਿਹੜਾ ਪਿੰਡ ਸੀ, ਉੱਥੇ ਗਏ ਸੀ ਮਹਿਲ ਕਲਾਂ ਕੋਲੇ ਪਿੰਡ ਸੀਗਾ, ਉੱਥੇ ਜਦੋਂ ਵੱਗ ਗਏ ਉਹ ਬੰਦੇ ਕੋਲੇ, ਅਤੇ ਚਲ ਅਸੀਂ ਤਾਂ ਬੱਚੇ ਬੁਲਾਉਣ ਨੂੰ ਇੱਕ ਜੋੜੀ ਉਹ ਤੋਂ ਮੰਗੀ ਵੀ ਯਾਰ ਕੋਈ ਡੱਗ ਜੀ ਹੈਗੀ ਆ ਯਾਰ ਕੋਈ ਜੋੜੀ, ਅਤੇ ਉਹ ਹਾਂ ਜਲਾਲ ਦੀ ਵਾਲ, ਜਲਾਲ ਦੀ ਵਾਲ ਗਏ ਜਦੋਂ ਵੀ ਯਾਰ ਬੱਚੇ ਬੁਲਾਉਣ ਨੂੰ ਇੱਕ ਡੱਗ ਜੀ ਜੋੜੀ ਦੀ ਸਾਨੂੰ। ਉਹ ਕਹਿੰਦਾ ਯਾਰ ਤੁਸੀਂ ਲੇਟ ਹੋ ਗਏ ਯਾਰ, ਕੱਲ੍ਹ ਕਹਿੰਦਾ ਬੰਦਾ ਲੈ ਗਿਆ, ਚਲ ਆਪਾਂ ਨਾ ਤਾਂ ਹੁਣ ਕੀ ਲੈਣਾ ਗਾ, ਟੋਪ ਦਾ ਖਿਡਾਰੀ ਆ ਉਹ, ਬੇਤੀ ਉਹਦੀ ਵੀ ਆ, ਆਪਾਂ ਨੂੰ ਪਤਾ ਗਾ ਉਹ ਬੰਦਾ ਜੇ ਇੰਟਰਵਿਊ ਸੁਣੂਗਾ ਉਹਨੂੰ ਆਪਦੇ ਆਪ ਨੂੰ ਬਸਰਮੀ ਆਊਗੀ। ਹਾਂ ਹਾਂ ਉਹ ਜਦੋਂ ਸਾਨੂੰ ਜਦੋਂ ਅਸੀਂ ਪੁੱਤਿਆ ਅਸੀਂ ਪੁੱਛਿਆ ਜੇ ਕਰ ਐਂ ਕਰਕੇ, ਕਹਿੰਦਾ ਯਾਰ ਉਹ ਬੰਦਾ ਲੈ ਗਿਆ, ਇਹ ਕਿਹਾ ਕਿਹੋ ਜਿਹੇ ਸੀ, ਕਹਿੰਦਾ ਕਾਲਾ ਜਿੰਨਾ ਕਬੂਤਰ ਅਤੇ ਕਬੂਤਰੀ ਖੱਟੀਆਂ ਦੀ ਸੀ ਹੈ ਨਾ, ਖੱਟੀਆਂ ਦੀ ਕਬੂਤਰੀ, ਕਹਿੰਦਾ ਇਹੋ ਜਿਹੇ ਭੈਣ ਨਾ ਸੋਚਿਆ ਵੀ ਉਹ ਤਾਂ ਆਪਾਂ ਨੂੰ ਦੇ ਗਿਆ, ਸਾਨੂੰ ਤਾਂ ਐਂ ਕਹੇਗਾ ਵੀ ਬਾਹਲੇ ਚੰਗੇ ਨੇ ਕੈਂਚੀ ਲਾ ਕੇ ਰੱਖਿਓ। ਇਹ ਬਾਈ ਸਾਨੂੰ ਉੱਥੋਂ ਅਕਲ ਆ ਗਈ, ਕਿਸੇ ਦੇ ਮਰਜ਼ੀ ਖੁੱਡੇ ਸਾਫ਼ ਕਰ ਲਓ, ਜਿਹਦੀਆਂ ਮਰਜ਼ੀ ਬਿੱਠਾਂ ਹੂੰਝ ਲਓ, ਜਿਹਦੇ ਮਰਜ਼ੀ ਅੱਗੇ ਪਿੱਛੇ ਤੁਰ ਲਓ, ਕੋਈ ਬਾਈ ਨਾ ਚੰਗਾ ਦੇਵੇ ਨਾ ਕੋਈ ਗੁਣ ਦੇਵੇ, ਆਪਦੇ ਦਿਲੋਂ ਕੋਈ ਖਿਡਾਰੀ ਗੁਣ ਨਹੀਂ ਦਿੰਦਾ ਹੈਗਾ। ਬਹੁਤ ਇਹੋ ਜਿਹੇ ਚੇਲਿਆਂ ਦੇ ਅਤੇ ਗੁਰੂਆਂ ਦੇ ਰੌਲੇ ਪਏ ਨੇ ਵੀ ਜਿਹੜੇ ਆਪਦੇ ਜਾਂ ਤਾਂ ਕੋਈ ਕਬੂਤਰਾਂ ਨੂੰ ਲੈ ਕੇ ਹੋ ਜਾਂਦਾ ਗਾ ਚੰਗਾ ਮਾੜਾ ਦਿੱਤਾ, ਜਾਂ ਕੋਈ ਆਪਣਾ ਸਾਂਭ ਦੇ ਵਿੱਚ ਬਾਅਦ ਘਾਟ ਦੱਸਤੀ, ਅਸੀਂ ਇਹ ਗੱਲਾਂ ਕਰਕੇ ਕੋਈ ਆਪਣਾ ਗੁਰੂ ਨਹੀਂ ਧਾਰਿਆ। ਗੁਰ ਤਾਂ ਜਮੀ ਨਹੀਂ ਕੋਈ ਦੇ ਰਿਹਾ ਜੀ, ਗੁਰ ਤਾਂ ਤੁਸੀਂ ਸਾਡੀ ਕਿੰਨੀ ਰਿਸ਼ਤੇਦਾਰੀ ਹੈ, ਚਾਹੇ ਪਿਓ ਪੁੱਤ ਵਾਲਾ ਰਿਸ਼ਤਾ, ਇਹ ਸਿਆਸਤ ਵਾਲਾ ਕੰਮ ਆ ਜੀ। ਜਿਵੇਂ ਸਿਆਸਤ ਦੇ ਵਿੱਚ ਲੀਡਰ ਪੈ ਜਾਂਦੇ ਆ, ਉਹ ਕਿਸੇ ਨੂੰ ਸਿਆਸਤ ਨਹੀਂ ਦਿੰਦੇ, ਉਹ ਤੁਹਾਨੂੰ ਜਾਂ ਤਾਂ ਗੱਡੀ ਚਲਾਉਣ 'ਤੇ ਰੱਖਣਗੇ, ਜਾਂ ਤੁਹਾਨੂੰ ਕਹਿਣਗੇ ਆ ਚੱਕ 315 ਸਾਡੇ ਨਾਲ ਤੁਰਿਆ ਫਿਰ, ਉਹ ਮੇਰੇ ਵਰਗਾ ਚੌੜਾ ਹੋ ਕੇ ਤੁਰਿਆ ਫਿਰਦਾ। ਇਹੀ ਗੱਲ ਕਬੂਤਰਬਾਜ਼ ਆਖ ਲੱਗਦਾ, ਮੈਂ ਉਹਦਾ ਖੁੱਡਾ ਮਾਰਦਾ, ਮੈਨੂੰ ਸਾਰੇ ਗੁਣਾਂ ਦਾ ਪਤਾ, ਪਰ ਉਹ ਗੁਣ ਨਹੀਂ ਦਿੰਦਾ। ਇਹ ਕਬੂਤਰਬਾਜ਼ ਦੇ ਵਿੱਚ ਸਭ ਤੋਂ ਵੱਡਾ ਗੁਣ ਹੈ ਵੀ ਉਹ ਆਪਦਾ ਗੁਣ ਕਿਸੇ ਨੂੰ ਦਿੰਦਾ ਨਹੀਂ, ਮਰਨ ਤੱਕ ਵੀ ਉਹ ਲਿਖਤੀ ਰੂਪ 'ਚ ਆਪਦੇ ਪਰਿਵਾਰ ਨੂੰ ਇੱਕ ਨੂੰ ਦੇ ਜੂ ਵੀ ਜਿਹੜਾ ਗਾਹਾਂ ਗੱਲ ਨਹੀਂ ਕਰਦਾ, ਨਹੀਂ ਕਿਸੇ ਨੂੰ ਬੋਲ ਕੇ ਨਹੀਂ ਦੱਸਦੇ ਵੀ ਆਪਣਾ ਵਹਿਮ ਹੀ ਹੈ ਵੀ ਵਹਿਮ ਹੈ, ਇਹ ਵਹਿਮ ਹੈ ਜੀ। ਮੈਂ ਕਹਿੰਦਾ ਜੀ ਬਹੁਤ ਵੱਡਾ, ਮੈਂ ਇਹ ਦੇਖਿਆ, ਸਾਡੇ ਤਾਂ ਹੁਣ ਚੌਥੀ ਪੀੜ੍ਹੀ ਆ ਗਈ ਇਹ ਕਬੂਤਰਾਂ ਦੀ, ਅਸੀਂ ਆਪਦੀ ਆਪ ਨਸਲ ਤਿਆਰ ਕਰਨੀ ਪਈ, ਅਤੇ ਨਹੀਂ ਅਸੀਂ ਤਾਂ ਲੋਕਾਂ ਦੇ ਮਗਰ ਤੁਰੇ ਫਿਰਦੇ ਖੁੱਡੇ ਸੰਭਰ ਦੀ, ਪਰ ਸਾਡੇ ਖੂਨ 'ਚ ਇਹ ਨਹੀਂ ਵੀ ਕਿਸੇ ਦਾ ਖੁੱਡਾ ਸੰਭਰੀਏ, ਜੇ ਕਰਨੀ ਤਾਂ ਤਿਆਰ ਆਪਦੇ ਉਹ ਕਰੇ। ਸਾਡੇ ਇੱਕ ਗਵਾਂਢੀ ਹੁੰਦਾ ਸੀ ਕਰਨੈਲ ਸਿੰਘ ਜਥੇਦਾਰ, ਉਹਦਾ ਇੱਕ ਐਸਾ ਕਬੂਤਰ ਸੀਗਾ ਜੀ, ਉਹਦਾ ਨਾਂ ਸੀ ਬਿੱਲੂ। ਉਹਨੇ ਸਾਰੀ ਦਿਹਾੜੀ ਉੱਡੀ ਜਾਣਾ, ਜਿੰਨਾ ਚਿਰ ਉਹਨੇ ਸਿਰ 'ਤੇ ਰੁਮਾਲ ਨਹੀਂ ਸੀ ਧਰਦਾ ਉਹਨਾਂ ਚਿਰ ਉਹ ਵਹਿੰਦਾ ਨਹੀਂ ਸੀ। ਅੱਛਾ, ਉਹਨੇ ਬੀਹੇ ਵੜ ਜਾਣਾ, ਵਿਚਾਰੇ ਨੇ ਹੰਭ ਜਾਣਾ, ਉਦੋਂ ਤਾਂ ਕੋਈ ਬਾਜੀਆਂ ਵੀ ਨਹੀਂ ਛੁੱਟਦੀਆਂ ਵੀ ਉਹ ਵੀ ਨਸਲਾਂ ਨੇ, ਅਤੇ ਹੁਣ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਗੁਰਤਾ ਕਿਹਨੇ ਦੇਣਾ, ਆਪਣੇ ਏਰੀਏ ਦੇ ਵਿੱਚ ਕਿੰਨੇ ਕਬੂਤਰਬਾਜ਼ ਆ, ਕੋਈ ਕਹਿੰਦਾ ਮੈਨੂੰ ਸਾਂਪ ਪਾ ਦੇ ਤੈਨੂੰ ਗੁਰ ਦੇ ਦੂੰ ਇੱਕ, ਕੋਈ ਕਹਿੰਦਾ ਮੈਨੂੰ ਕੜਾ ਪਾ ਦੇ। ਇਹ ਗੁਰ ਨਾ ਤਾਂ ਕੋਈ ਕੜੇ ਨਾ ਦੇਵੇ ਨਾ ਸਾਂਪ ਨਾ, ਇਹਦਾ ਆਪ ਧੱਕੇ ਖਾਣੇ ਪੈਣਗੇ ਵੀ ਕਿਹੜੀ ਚੰਗੀ ਕਬੂਤਰੀ, ਚੰਗਾ ਕਬੂਤਰ ਮਿਲਾਓ ਅਤੇ ਉਹਦੇ ਬੱਚੇ ਲਓ, ਪਹਿਲੀ ਝੋਲੀ ਤਾਂ ਨਹੀਂ ਚੰਗੇ ਆਉਂਦੇ, ਦੂਜੀ ਝੋਲੀ ਤੁਹਾਨੂੰ ਆਪ ਹੀ ਦੱਸਣ ਲੱਗ ਜੂ ਵੀ ਮੇਰੀ ਜਿਹੜੀ ਨਸਲ ਆ ਕਹੀ ਤਿਆਰ ਹੋਈ ਹੈ। ਇਸ ਕਰਕੇ ਕਿਸੇ ਦੇ ਖੁੱਡੇ ਸੰਭਰਨ ਦੀ ਵਾਲਾ ਲੋੜ ਨਹੀਂ ਹੈਗੀ, ਇਹਦਾ ਆਪ ਧੁੱਪੇ ਮੱਚਣਾ ਪੈਂਦਾ। ਕਈ ਵਾਰ ਤਾਂ ਰੋਟੀ ਨਹੀਂ ਮਿਲਦੀ ਜਦੋਂ ਬੱਚਾ ਛੱਡੀਦਾ, ਐਂ ਝਾਕੀ ਜਾਂਦਾ ਤਾਹਾਂ ਨੂੰ, ਥੱਲੇ ਨਹੀਂ ਧੋਣ ਲੱਗਦੀ। ਇੱਕ ਕਬੂਤਰਬਾਜ ਦੀ ਇਹ ਦੇਖ ਲਿਓ, ਨਾ ਤਾਂ ਸਾਰੀ ਉਮਰ ਧੋਣ ਦੁਖੇ, ਨਾ ਉਹਦੀ ਨਿਗਾਹ ਘਟੇ, ਉਹ ਤੁਹਾਨੂੰ ਬੱਦਲਾਂ 'ਚ ਦੱਸ ਦੂ ਵੀ ਫਲਾਣੇ ਥਾਂ 'ਤੇ ਫਲਾਨੀ ਅੱਖਾਂ ਦਾ ਕਬੂਤਰ ਫਿਰਦਾ, ਅੜਾਈ ਤੋਂ ਹੀ ਦੱਸ ਦਿੰਦਾ ਉਹ, ਨਹੀਂ ਤਾਂ 30-40 ਸਾਲਾਂ ਤੋਂ ਬਾਅਦ ਅਗਲਾ ਕਹਿੰਦਾ ਤੁਸੀਂ ਕਦੇ ਦੇਖ ਲਿਓ। ਇਹ ਪਾਣੀ ਧਰ ਕੇ ਬੱਠਲ 'ਚ ਉਹਨੂੰ ਦੱਸਦੇ ਵੀ ਕਿਹੜੇ ਦੇ ਕਬੂਤਰ ਉੱਡ ਰਿਹਾ, ਹੋਰ ਬਾਜੀ ਦੇ ਕਿੱਥੋਂ ਪਤਾ ਲੱਗਦਾ, ਹੁਣ ਦੂਜੇ ਬੰਦੇ ਨੂੰ ਤਾਂ ਦੀਦੇ ਨਹੀਂ ਕਬੂਤਰ। ਇਸ ਕਰਕੇ ਕਬੂਤਰ ਬੱਦਲਾਂ 'ਚ ਵੀ ਦੱਸ ਦਿੰਦੇ ਆ
ਕਿਹੜੇ ਅੱਖਾਂ ਦਾ ਕਿਹੜੇ ਬੰਦੇ ਨਾਲ ਉੱਡਦਾ, ਕਿਉਂਕਿ ਡਾਈਆਂ ਵੀ ਅੱਡੋ ਅੱਡੀ ਹੁੰਦੀਆਂ। ਨਵੇਂ ਬੰਦੇ ਬਹੁਤ ਸਵਾਲ ਕਰਦੇ ਨੇ ਵੀ ਤੁਸੀਂ ਕਿਵੇਂ ਪਛਾਣ ਲੈਂਦੇ ਵੀ ਖੱਟੀਆਂ ਦਾ ਆਹ ਅੱਖਾਂ ਨੇ, ਵੀ ਤੁਹਾਨੂੰ ਉੱਪਰ ਕਿਵੇਂ ਦਿਖ ਜਾਂਦਾ। ਉਹ ਕੋਈ ਐਡੀ ਵੱਡੀ ਗੱਲ ਨਹੀਂ, ਗੱਲ ਤਾਂ ਆਪਣੇ ਤਾਂ ਹੁਣ ਸਾਹਮਣੇ ਆਪਣੇ ਹੱਥੀ ਡਾਏ ਹੁੰਦੇ, ਆਪਾਂ ਨੂੰ ਪਤਾ ਇਹਦੀਆਂ ਅੱਖਾਂ ਕਿਹੜੀਆਂ ਨੇ, ਹਾਂ ਕਿਹੜੀਆਂ ਅੱਖਾਂ ਨੇ, ਉਹ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਗਾ। ਨੰਬਰ 2 'ਤੇ ਜਿਹੜੀ ਆਹ ਗੱਲ ਆਈ ਸੀਗੀ ਕਬੂਤਰਬਾਜ਼ੀ ਦੀ ਆਪਣਾ ਉਸਤਾਦ ਵਾਲੀ, ਅੱਜ ਕੱਲ੍ਹ ਬਾਈ ਪੈਸਾ ਬਣਾਉਣ ਲੱਗ ਗਏ ਲੋਕ, ਬਾਜ਼ੀਆਂ 'ਤੇ ਦੇਖ ਲਿਓ, ਬਾਜ਼ੀਆਂ 'ਤੇ ਪੈਸਾ ਬਣਾਉਂਦੇ ਨੇ। ਕਬੂਤਰ ਹੁੰਦਿਆਂ 70 ਦੱਸਣਗੇ 45, ਉਹਨੇ ਤਾਂ ਜਿਹਦਾ ਕਬੂਤਰ ਸਾਲ ਸਾਲ ਸਾਂਭਦਾ ਗਾ, ਬਦਾਮ ਪਾਉਂਦਾ ਗਾ, ਉਹਨੂੰ ਉਨੇ ਰੁਪਏ ਨਹੀਂ ਬਣਦੇ ਜਿੰਨੇ ਪਿੰਡ ਵਾਲੇ ਬਣਾ ਕੇ ਲੈ ਜਾਂਦੇ, ਐਂਟਰੀ ਵਾਲੇ ਬਣਾ ਲੈਂਦੇ ਨੇ ਜੀ, ਐਂਟਰੀ ਵਾਲੇ। ਕਾਰਨ ਕੀ ਆ, ਉੱਥੇ 60 ਕਬੂਤਰ ਹੁੰਦੇ ਆ, ਦੱਸਦੇ ਨੇ 40-22 ਬਣ ਕੇ। ਮੇਰੀ ਇਹ ਸਾਰੀਆਂ ਕਬੂਤਰਬਾਜ਼ਾਂ ਨੂੰ ਬੇਨਤੀ ਹੈ ਜਿਹੜੇ ਆਪਦੀਆਂ ਬਾਜ਼ੀਆਂ ਕਰਾਉਂਦੇ ਨੇ, ਵੀ ਜਿੰਨਾ ਵੀ ਕਬੂਤਰ ਹੁੰਦੇ ਨੇ ਸਾਰੇ ਕਬੂਤਰਬਾਜ਼ਾਂ ਨੂੰ ਨਿਰਪੱਖ ਦੱਸਿਆ ਜਾਵੇ ਵੀ ਕਿੰਨੇ ਕਬੂਤਰ ਨੇ, ਬਕਾਇਦਾ ਇਹ ਚੀਜ਼ ਨੂੰ 2 ਜਾਂ 3 ਵਾਰ ਬਾਜ਼ੀ ਦੇ ਵਿੱਚ ਧਿਆਨ 'ਚ ਲਿਆਤਾ ਜਾਵੇ। ਕਈ ਵਾਰ ਪਿੰਡਾਂ 'ਚ ਮੈਂ ਅਸੀਂ ਇਹ ਗੱਲ ਦੇਖੀ ਆ ਜ਼ਰੂਰ ਵੀ ਕਬੂਤਰ 40 ਹੁੰਦਾ, 60 ਹੁੰਦੇ ਨੇ, 10 ਦੇ 40 ਨੇ, 20 ਕਬੂਤਰਾਂ ਦਾ ਐਂ ਲਾ ਲਓ ਹਿਸਾਬ, ਜੇ 2000 ਆਪਾਂ ਮੁੱਢ ਰੱਖੀਏ ਤਾਂ 40,000 ਰੁਪਈਆ ਹੋ ਗਿਆ। 40,000 ਉੱਥੇ ਆਪਣੇ ਵਰਗੇ ਦਾ ਕਬੂਤਰ ਛੱਡਿਆ ਹੁੰਦਾ ਹੈਗਾ, ਉਹ 7 'ਚ ਸਾਂਝਾ ਆ ਜਾਂਦਾ ਹੈਗਾ, ਉਹਨੂੰ ਰੁਪਈਆ 5,000 ਮਿਲਦਾ, ਜਿਹੜਾ ਬਾਜ਼ੀ ਕਰਾਉਣ ਵਾਲਾ ਉਹ 40,000 ਬਣਾ ਕੇ ਹੋ ਜਾਂਦੇ ਨੇ। ਇਹ ਕੰਮ ਬਾਹਲਾ ਚੱਲ ਪਿਆ। ਨੰਬਰ 2 'ਤੇ ਜਿਹੜੀ ਉਸਤਾਦਾਂ ਵਾਲੀ ਗੱਲ ਆ, ਜੇ ਮਾੜਾ ਮੋਟਾ ਲੈ ਕੇ ਗੁਣ, ਹਾਂ ਚੱਲ ਨਾਂ ਵੀ ਵਿੱਚ ਕਮਾਏ ਆ ਬੱਚ ਬੰਦਿਆਂ ਦੇ ਬਹੁਤ, ਉਹ ਪੈਸਾ ਹੁਣ 1,00,000 ਰੁਪਈਆ ਮੰਗਦੇ ਨੇ, 1,25,00,000 ਰੁਪਈਆ ਮੰਗਦੇ ਨੇ। ਉੱਥੇ ਜਿਹੜਾ ਗਰੀਬ ਦਾ ਸ਼ੌਂਕ ਆ ਬਾਈ ਜੀ, ਉਹ ਖਤਮ ਆ ਬਿਲਕੁਲ। ਉਹ ਨਾ ਕਿੱਥੋਂ 1,00,000 ਰੁਪਈਆ ਦਊਗਾ। ਅੱਜ ਕੱਲ੍ਹ ਦੇ ਵਿੱਚ ਇਹ ਮੇਨ ਗੱਲ ਆ ਕਿ ਜਿਹੜੀ ਅਗਲਾ ਕਹਿੰਦਾ ਯਾਰ ਆਪਾਂ ਨੂੰ ਕਿਹੜਾ ਕਿਸੇ ਨਾਲ ਚੰਗੇ ਖਿਡਾਰੀ ਨਾ ਬਣਦੀ, ਆਪਣਾ ਜਿਹੜਾ ਕਿਹਨੇ ਸਾਂਭਣਾ ਗਾ। ਉਹ ਅਗਲਾ ਇਸੇ ਗੱਲ ਕਰਕੇ ਘਰੇ ਦਾਣੇ ਪਾ ਲੈਂਦਾ, 2-4 ਸਾਲ ਜਦੋਂ ਢੋਲ ਖਾਲੀ ਕਰਨ ਲੱਗ ਜਾਂਦੇ ਨੇ, ਵੱਧ ਜਾਂਦੇ ਨੇ, ਫਿਰ ਪਿੱਛੋਂ ਘਰ ਦੇ ਵੀ ਡੰਡਾ ਮਾਰਦੇ ਨੇ ਯਾਰ ਚੁਕਾ ਦੇ, ਹਜੇ ਤੱਕ ਇਹਨੂੰ ਖੱਟ ਹੈਗੀ ਆ। ਤਾਂ ਉਹ ਖੱਟ ਕਿਉਂ ਨਹੀਂ ਪਾਉਂਦਾ ਹੈਗਾ ਜੇ ਉਹਨੂੰ ਕੋਈ ਚੰਗਾ ਗੁਰੂ ਨਹੀਂ ਮਿਲਦਾ, ਜੇ ਬੰਦਾ ਆਪ ਨਹੀਂ ਮਿਹਨਤ ਕਰਦਾ ਉਹਨੂੰ ਆਪਦਾ ਗੁਰੂ 'ਤੇ ਗੱਲ ਛੱਡਦਾ ਗਾ, ਉਹਨੂੰ ਗੁਰੂ ਕੋਈ ਚੰਗਾ ਨਹੀਂ ਮਿਲਦਾ ਹੈਗਾ, ਇਸੇ ਕਰਕੇ ਨਾਲੇ ਉਹਨਾਂ ਦਾ ਸ਼ੌਂਕ ਮਰ ਜਾਂਦਾ, ਨਾਲੇ ਘਰੋਂ ਨੁਕਸਾਨ ਕਰਦੇ ਨੇ। ਇਹ ਗੁਰੂ ਆਪਣੇ ਅੱਜ ਕੱਲ੍ਹ ਜੋ ਵੀ ਖਿਡਾਰੀ ਵੀਰ ਨੇ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਜਿਹੜਾ ਆਪਣਾ 1,00,000 ਰੁਪਈਆ ਜਾਂ 50,000, ਕੋਈ ਕਹਿੰਦਾ ਮੈਨੂੰ ਸਾਂਭ ਪਾ ਦਿਉ, ਕੋਈ ਕਹਿੰਦਾ ਮੈਨੂੰ ਚੈਨੀ ਦੇ ਦਿਉ, ਕੋਈ ਮੋਟਰਸਾਈਕਲ ਮੰਗਦਾ, ਕੋਈ ਗੱਡੀ ਮੰਗਦਾ ਗਾ, ਅਤੇ ਉਹਦੇ ਨਾਲ ਜਿਹੜੇ ਦੂਜੇ ਗਰੀਬਾਂ ਦਾ ਵੀ ਸ਼ੌਂਕ ਹੈਗਾ ਉਹ ਮਰ ਜਾਂਦਾ। ਤਕੜੇ ਬੰਦੇ ਤਾਂ ਦੇ ਕੇ ਆਪਦਾ ਗੁਣ ਲੈ ਲੈਂਦੇ ਨੇ, ਆਪਦੇ ਕਬੂਤਰ ਸਾਂਭ ਲੈਂਦੇ ਨੇ, ਗਾਹਾਂ ਬਾਜ਼ੀਆਂ ਸੱਟ ਲੈਂਦੇ ਨੇ, ਅਤੇ ਗਾਹਾਂ ਚੱਲ ਉਹਨਾਂ ਕੋਲ ਪੈਸਾ ਹੁੰਦਾ ਗਾ। ਜਿਹੜਾ ਕੋਈ ਮਾੜਾ ਬੰਦਾ ਗਾ ਉਹ ਪਹਿਲਾਂ ਤਾਂ ਗੁਰੂ ਕੰਨੀ ਦੇਖੀ ਜਾਂਦਾ ਮੇਰਾ ਕੋਈ ਕਬੂਤਰ ਸਾਂਭੂ, ਪਤਾ ਹੀ ਨਾ ਸਾਂਭੂਗਾ, ਇਸੇ ਕਰਕੇ ਉਹ ਬਾਜ਼ੀ 'ਤੇ ਹੁਣ ਵਿਚਾਰੇ ਛੱਡ ਵੀ ਨਹੀਂ ਸਕਦੇ ਹੈਗੇ। ਬਾਈ ਜੀ ਮੁਕਦੀ ਗੱਲ ਇਹ ਆ ਵੀ ਅਰਜਨ ਨੇ ਬਾਹਰ ਖੜ੍ਹੇ ਨੇ ਜਿੱਥੇ ਤੀਰ ਦੇ ਨਿਸ਼ਾਨੇ ਲਾਉਣੇ ਸਿੱਖ ਲਏ ਸੀਗੇ, ਉਹ ਜਿਨ੍ਹਾਂ ਦੀਆਂ ਉਂਗਲਾਂ ਫੜ ਫੜ ਕੇ ਗੁਰੂ ਸਿਖਾਉਂਦਾ ਸੀਗਾ ਉਹਨਾਂ ਤੋਂ ਨਹੀਂ ਸੀ ਲੱਗੇ। ਇਹ ਸਿੱਖਣਾ ਤੁਹਾਡੇ ਸਿਰ ਦੇ ਉੱਪਰ ਹੈਗਾ ਵੀ ਤੁਸੀਂ ਕਿਵੇਂ ਸਿੱਖਣਾ ਗਾ, ਠੀਕ ਹੈ ਨਾ। ਜੇ ਤੁਹਾਡੇ ਵਿੱਚ ਸਿੱਖਣ ਦਾ ਜਜ਼ਬਾ ਨਹੀਂ ਹੈਗਾ ਤਾਂ ਕੋਈ ਮਰਜ਼ੀ ਬੰਦਾ ਚਾਹੇ ਤੁਹਾਡਾ ਹੱਥ ਫੜ ਕੇ ਕੋਈ ਲਿਖਣਾ ਸਿਖਾਈ ਜਾਵੇ ਤੁਸੀਂ ਲਿਖ ਨਹੀਂ ਸਕਦੇ, ਪਰ ਤੁਹਾਡੇ ਵਿੱਚ ਜਜ਼ਬਾ ਚਾਹੀਦਾ। ਅਤੇ ਵੀਰੇ ਆਪਾਂ ਕਬੂਤਰ ਦਿਖਾ ਦਈਏ ਆਪਣੇ ਦਰਸ਼ਕਾਂ ਨੂੰ। ਹਾਂ ਬਾਈ, ਆਹ ਕਬੂਤਰਾ ਜੀ ਆਪਣਾ ਬਾਈ ਜੀ, ਅਤੇ ਇਹ ਕਬੂਤਰ ਨੂੰ ਹੋ ਗਏ ਆਪਣੇ ਕੋਲ 16-17 ਸਾਲ। ਅੱਛਾ, ਇਹ ਆਪਣਾ ਕੀ ਹਿਸਟਰੀ ਆ ਵੀਰੇ? ਇਹਦੀ ਹਿਸਟਰੀ ਬਾਈ ਜੀ, ਬੱਚੇ ਆ ਇਹਦੇ ਜਿਹੜੇ ਦੂਜੀ ਜਾਂ ਤੀਜੀ ਡਾਈ ਨੂੰ ਲੋ ਦੇ ਵਿੱਚ, ਵੱਡੇ ਕਬੂਤਰਾਂ ਨੂੰ ਐਂ ਕਹਿੰਦੇ ਆ ਵੀ ਪਰੇ ਹਜੋ ਪਹਿਲੀ ਦੂਜੀ ਡਾਈ 'ਚ ਗਜਾਉਣ 'ਤੇ, ਗਜਾਉਣ 'ਚ ਹੀ ਇੱਕ ਤਾਂ ਹੁੰਦੇ ਵੀ ਹਾਂ ਆਪਾਂ ਕਬੂਤਰ ਨੂੰ ਇਹ ਕਹਿੰਦੇ ਹਾਂ ਨਾ ਵੀ ਆਪਣਾ ਤਿਆਰ ਹੋ ਗਿਆ ਆਪਾਂ ਨੂੰ ਬਾਜ਼ੀ ਲਈ ਆਪਾਂ ਡਾਈਆਂ ਕਰਾਉਂਦੇ ਹਾਂ, ਉਹ ਨਹੀਂ। ਜਿਹੜਾ ਆਪਾਂ ਪਹਿਲੇ ਦਿਨ ਘਰੇ ਹੈਗਾ, ਤੀਜੇ ਇੱਕ ਦਿਨ ਛੱਡ ਕੇ ਜਾਂ ਦੂਜੇ ਦਿਨ ਨੂੰ 2:30 ਵਜੇ ਦਾ ਬੱਚਾ ਬੈਠਾ ਸੀ, ਉਸ ਤੋਂ ਬਾਅਦ ਮੈਂ 2 ਦਿਨ ਬੰਦ ਕਰਕੇ ਛੱਡਿਆ, 4:30-5 ਵਜੇ ਬੱਚਾ ਬੈਠਾ ਸੀ। ਉਸ ਤੋਂ ਬਾਅਦ ਦੇ ਵਿੱਚ ਆਪਣੇ ਮਨ ਨੂੰ ਹੀ ਇੰਨਾ ਸੈੱਟ ਲੱਗ ਗਿਆ ਕਬੂਤਰ ਆਪਣੇ ਘਰ ਹੀ ਮਰੂਗਾ, ਸਾਂਭ ਲੈ ਲੱਗ ਗਿਆ ਵੀ ਰਿਜ਼ਲਟ ਵਧੀਆ, ਬਾਹਲਾ ਵਧੀਆ ਜੀ। ਇਹਦੀਆਂ ਘਰੇ ਆਪਣੀਆਂ ਕਬੂਤਰੀਆਂ ਬਹੁਤ ਉੱਡੀਆਂ ਨੇ,
ਇਹ ਆਪਣੇ ਕੋਲ ਆਇਆ ਸੀਗਾ ਬਾਈ ਜੀ ਪਿੰਡਾਂ 'ਚੋਂ ਨਿਕਲ ਕੇ ਬਾਹਰੋਂ ਹੀ, ਇਹ ਆਇਆ ਸੀ ਬੱਚਾ ਹੁੰਦਾ। ਇਹ ਹੋ ਗਿਆ ਅੱਜ ਦੇ ਟਾਈਮ ਚਾਰ ਪੰਜ ਦੀ ਗੱਲ ਆ। ਅਤੇ ਉਦੋਂ ਬਾਅਦ ਦੇ ਵਿੱਚ ਇਹਦਾ ਕਾਰਨ ਰੱਖਿਆ ਕਿਉਂ, ਇਹ ਆਪ ਵੀ ਜਦੋਂ 3-4 ਸਾਲਾਂ ਬਾਅਦ ਉੱਡਿਆ ਕੈਂਚੀ ਲੱਗੀ 'ਤੇ, ਕੈਂਚੀ ਲੱਗੀ ਦੀ 3:30 ਵਜੇ ਲੋਅ 'ਚ ਡਿੱਗ ਗਿਆ ਸੀ ਸਪਾਈਦੇ 'ਚ। ਹਾਂ, ਇਹ ਫਿਰ ਆਪਣਾ ਜਿਹੜਾ ਗੱਗਾ ਰੈਸਰ ਵਾਲਾ ਉਹਨੇ ਫੜ ਕੇ ਦਿੱਤਾ ਸੀਗਾ ਸਿੰਧੀ ਡਾਕਟਰ ਕੇ ਸਪਾਈਦੇ ਤੋਂ, ਆਪਾਂ ਨੂੰ ਬਾਅਦ ਦੇ ਵਿੱਚ ਤੋਂ ਆਪਣੇ ਘਰੋਂ ਉੱਡ ਗਿਆ ਸੀਗਾ। ਇਹ ਕਬੂਤਰ ਫਿਰ ਆਪਾਂ ਨੂੰ ਮਨ ਨੂੰ ਲੱਗ ਗਿਆ, ਜਿਵੇਂ ਕਹਿੰਦੇ ਨਾ ਇਹੀ ਚੀਜ਼ਾਂ ਤੋਂ ਆਪਾਂ ਪਰਖ ਕੇ ਕਬੂਤਰ ਵੀ ਆਪ ਕੀ ਕਰਦਾ ਅਤੇ ਗਾਹਾਂ ਬੱਚਾ ਨਹੀਂ ਕਰਨਾ, ਇੱਥੋਂ ਹੀ ਆਪਾਂ ਨਸਲ ਸਾਰੀ ਤਿਆਰ ਕਰਨੀ ਹੈ। ਆਹ ਕਬੂਤਰ ਆ ਬਾਈ ਜੀ ਆਪਣਾ, ਇਹ ਵੀ 14-15 ਸਾਲ ਪੁਰਾਣਾ ਗਾ। ਇਹ ਲਿੱਤਾ ਸੀ ਆਪਾਂ ਕਾਕੇ ਤੋਂ ਚੰਦਨ ਵਾਲੇ ਤੋਂ, ਇਹਦੇ ਬੱਚੇ ਵੀ ਜਮ੍ਹਾਂ ਸੇਮ ਚੀਜ਼ ਹੀ ਆ ਇਹ, ਅਤੇ ਇਹਦੇ ਬੱਚੇ ਵੀ ਜਿਹੜੇ ਪਹਿਲੀ ਦੂਜੀ ਲੜਾਈ ਨੂੰ ਹੀ, ਇਹ ਵੀ 2.5-3, 2.5-3-4 ਇੱਦਾਂ ਹੀ ਜ਼ੋਰ ਇੰਨਾ ਲਾਉਂਦੇ ਨੇ, ਨਾ ਕੋਈ ਬਾਹਲੇ ਉੱਚੇ ਜਾਂਦੇ ਨੇ, ਜਮ੍ਹਾਂ ਮੱਚ ਕੇ ਡਿੱਗਦੇ ਨੇ, ਰਗੜੇ ਮਾਰ ਮਾਰ ਜਿਵੇਂ ਕਹਿੰਦੇ ਨੇ ਹੁੰਦੇ ਲੋਹ ਦੇ ਵਿੱਚ ਰਗੜੇ ਮਾਰਨ ਵਾਲਾ ਜਿਹੜਾ ਕਬੂਤਰ ਹੈਗਾ ਜਮ੍ਹਾਂ ਖਤਮ ਹੋ ਕੇ ਡਿੱਗਦਾ, ਉਹ ਕਬੂਤਰ ਕਾਮਯਾਬ ਹੁੰਦਾ ਹੈਗਾ। ਇਹ ਵੀ ਉਹ ਉਹਨਾਂ ਦੇ ਕਬੂਤਰ ਆਪਣਾ ਕਾਕੇ ਜਾਣੇ ਕਬੂਤਰਾਂ 'ਚੋਂ, ਇਹ ਵੀ ਆਪਾਂ ਉਦੋਂ ਫਿਰ ਉਦੋਂ ਬਾਅਦ ਦੇ ਵਿੱਚ ਬਾਈ ਨੂੰ ਕਹਿਤਾ, ਮੈਂ ਕਿਹਾ ਬਾਈ ਇਹ ਆਪਣੇ ਘਰ ਹੀ ਮਰੂਗਾ, ਆਪਣੇ ਘਰ ਹੀ ਜੰਮਿਆ ਸੀ ਹੋਊਗਾ, ਤੁਹਾਡੇ ਘਰ ਤੋਂ ਆਇਆ ਸੀਗਾ, ਆਪਣੇ ਘਰ ਮਰੂ ਹੁਣ। ਅਤੇ ਉਸੇ ਫਿਰ ਇਦੂ ਬਾਅਦ 'ਚ ਇਹ ਵੀ ਆਪਾਂ ਰੱਖ ਲਿਆ ਸੀਗਾ। ਉਹ ਕਬੂਤਰ ਵੀ ਦਿਖਾ ਦੇ ਵੀਰੇ ਜਿਹੜਾ ਆਪਾਂ ਘੁੰਮ ਕੇ ਆਇਆ ਕਈ ਪਿੰਡਾਂ ਦੇ ਵਿੱਚ, ਆਪਾਂ ਪਹਿਲਾਂ ਹਿਸਟਰੀ ਦੱਸੀ। ਪਹਿਲਾਂ ਦੇਖੋ ਲੰਬਾ ਦੇਖੋ ਕਿੰਨਾ ਗਾ, ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਆਮ ਕਬੂਤਰਾਂ ਦੇ ਨਾਲੋਂ ਕਬੂਤਰ ਦੀ ਲੰਬਾਈ ਵੀ ਹੈਗੀ ਆ, ਦੇਖਣ ਨੂੰ ਵੀ ਕਬੂਤਰ ਦੱਸਦਾ। ਕਬੂਤਰ ਬਾਈ ਮੋਰ ਵੀ ਆਇਆ ਸੀ ਘਰ, ਉਹਨੇ ਪਹਿਲਾਂ ਚੱਕਿਆ ਕਹਿੰਦਾ ਕਬੂਤਰ ਕਿੱਥੋਂ ਲਿਆ ਤਾਂ ਮੈਨੂੰ ਦੇ ਦੇ। ਆਪਣੇ ਘਰ ਕਬੂਤਰ ਆਪਣਾ ਇੱਥੇ ਸੀਨੀ ਵਾਲਾ ਦੁੱਸਰ ਜਿੱਤੀ ਸੀਗੀ, ਮੋਰ ਆਪਣੇ ਘਰ ਰਿਹਾ ਸੀਗਾ, ਕਹਿੰਦਾ ਕਬੂਤਰ ਆਪਾਂ ਨੂੰ ਦੇ ਦੇ, ਕਹਿੰਦਾ ਜਿਹੜਾ ਮਰਜ਼ੀ ਹੱਥ ਲੱਗ ਮੈਂ ਜੋੜਾ ਚੱਕ ਲਿਆ। ਅਤੇ ਇਹ ਕਬੂਤਰ ਆਪਣਾ ਉਸੇ ਕਬੂਤਰੀ ਦਾ ਬੱਚਾ ਗਾ, ਇਹਨੂੰ ਕਿੰਨੇ ਕੁ ਟਾਈਮ ਦਾ ਕਬੂਤਰ ਹੈ ਆਪਣੇ ਕੋਲੇ? ਇਹ ਕਬੂਤਰ ਹੋ ਗਏ ਆਪਣੇ ਕੋਲੇ 5-6 ਸਾਲ। ਉਹ ਜਿਹੜਾ ਆਪਣਾ ਜੱਗੇ ਦਾ ਕਿਲਾ ਰਾਏਪੁਰ ਵੱਲ ਦਾ ਜਿੱਤਿਆ ਸੀ ਕਬੂਤਰ, ਪਿੰਡ 'ਚ ਸੀਗਾ ਆਪਣੇ ਮਿੱਤਰ ਕੋਲ, ਅਤੇ ਉਹਦੇ ਕਬੂਤਰ ਨਾਲ ਉਹਨੇ ਕਢਵਾਏ ਸੀਗੇ, ਕਹਿੰਦਾ ਉਹਦੇ ਨਾਲ ਹੀ ਹੈਗਾ। ਅਤੇ ਇੱਕ ਆਪਾਂ ਨੂੰ ਉਹਨੇ ਬੱਚਾ ਦਿੱਤਾ ਸੀਗਾ, ਬਾਕੀ ਉਹ ਨਾ ਨਾ ਉਹ ਆਪਣੇ ਤੋਂ ਬੱਚਿਆਂ ਨੂੰ ਲੈ ਗਿਆ ਸੀ, ਆਪਣੇ ਨਾ ਉਦੋਂ ਕਬੂਤਰ ਛੱਡੇ ਹੋਏ ਸੀਗੇ। ਉਹ ਜਿਹੜੀ ਕਬੂਤਰੀ ਸੀਗੀ ਘਰੋਂ ਕਿਤੇ ਬਾਜੀ ਜਿੱਤਣ ਤੋਂ ਬਾਅਦ, ਉਦੋਂ ਬਾਅਦ ਦੇ ਵਿੱਚ ਨਾ ਅੱਥਣੇ ਜੇ ਕਿਤੇ ਇਹੋ ਜਿਹੇ ਟਾਈਮ ਉੱਡ ਗਈ, ਇਹੋ ਜਿਹੇ ਟਾਈਮ ਜਦੋਂ ਉੱਡ ਗਈ ਉਹ ਕਬੂਤਰੀ ਪਿੰਡ 'ਚ ਫੜਦੀ ਸੀ ਕਿਸੇ ਨੇ, ਸਾਨੂੰ ਪਹਿਲਾਂ ਤਾਂ 2 ਸਾਲ ਪਤਾ ਨਾ ਲੱਗਿਆ ਮੇਰੇ ਕਬੂਤਰ ਮੈਂ ਛੱਡਤੇ ਸੀਗੇ। ਜਦੋਂ ਮੈਨੂੰ 2-3-4 ਸਾਲਾਂ ਬਾਅਦ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਕਬੂਤਰੀ ਉੱਥੇ ਬੈਠੀ ਆ, ਮੈਂ ਗਿਆ ਜਾ ਕੇ ਮੈਂ ਦੇਖੀ ਪਛਾਣੀ ਸਾਰਾ ਕੁਛ ਆਪਦਾ ਚੈੱਕ ਕੀਤਾ ਵੀ ਕੀ ਆਪਣੀ ਉਹ 'ਚ ਸੀਗੀਆਂ। ਜਦੋਂ ਮੈਨੂੰ ਪਤਾ ਲੱਗਿਆ ਵੀ ਕਬੂਤਰੀ ਬਾਕੀ ਉਹ ਆ, ਫਿਰ ਮੈਂ ਉੱਥੋਂ ਕਬੂਤਰੀ ਜਦੋਂ ਚੱਕ ਲਿਆ ਅਤੇ ਉਹ ਬੰਦੇ ਨੂੰ ਪਤਾ ਲੱਗ ਗਿਆ, ਕਹਿੰਦਾ ਉਹਨੂੰ ਪਤਾ ਸੀਗਾ ਵੀ ਕਬੂਤਰੀ ਕਿਵੇਂ ਉੱਡੀ ਹੋਈ ਆ ਕਿਵੇਂ ਨਹੀਂ। ਉਹ ਆਪਣੇ ਖੜ੍ਹੇ ਪੈ ਗਿਆ, ਕਹਿੰਦਾ ਯਾਰ ਬਾਈ ਮੈਨੂੰ ਦੇ। ਅਤੇ ਮੈਂ ਯਾਰ ਕੋਈ ਗੱਲ ਨਹੀਂ ਯਾਰ ਆਪਾਂ ਕਿਹੜਾ ਉਹ ਕਰਨਾ, ਮੈਂ ਯਾਰ ਬੱਚੇ ਤੂੰ ਲੈ ਲਾ ਯਾਰ ਕੋਈ ਗੱਲ ਨਹੀਂ। ਅਤੇ ਚਲੋ ਉਦੋਂ ਬਾਅਦ ਦੇ ਵਿੱਚ ਚਲੋ ਹੁਣ ਮੈਂ ਕਿਹਾ ਯਾਰ ਮੈਂ ਯਾਰ ਕਬੂਤਰੀ ਮੋੜ ਦੇ, ਕਹਿੰਦਾ ਯਾਰ ਮੈਂ ਆਹ ਕਬੂਤਰ ਨਾਲ ਲੈਣੇ ਆ ਯਾਰ ਇਹਦੇ ਨਾਲ ਲੈਣੇ ਆ ਯਾਰ ਮੈਂ ਇਹਦੇ ਨਾਲ ਲੈਣੇ ਨੇ। ਉਹਨੇ ਜਦੋਂ ਕਹੀ ਗਿਆ ਯਾਰ ਕਹਿੰਦਾ ਮੈਂ ਯਾਰ ਦੇਣੀ ਨਹੀਂ ਕਬੂਤਰੀ, ਕਹਿੰਦਾ ਯਾਰ ਮੈਂ ਬੱਚੇ ਲੈ ਕੇ ਦੂੰਗਾ ਸਾਰੇ ਕਬੂਤਰਾਂ ਨਾਲ ਜਿੰਨੇ ਵੀ ਹੈਗੇ ਆ, ਮੈਂ ਚੱਲ ਕੋਈ ਗੱਲ ਨਹੀਂ ਲੈ ਲਾ। ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦਾ ਯਾਰ ਮਰ ਗਈ ਕਬੂਤਰੀ, ਹੁਣ ਬਾਕੀ ਰੱਬ ਜਾਣਦਾ। ਇੱਕ ਸਾਨੂੰ ਦਿੱਤਾ ਸੀ ਉਹਨੇ, ਇੱਕ ਆਹ ਬੱਚਾ ਦੇ ਦਿੱਤਾ ਸੀ ਅਤੇ ਇੱਕ ਆਪਣੇ ਕੋਲ ਉੱਧਰ ਪੱਠੀ ਬੈਠੀ ਆ ਉਹਦੀ,
ਆਪਣੇ ਯਾਰਾਂ ਮਿੱਤਰਾਂ ਕੋਲ, ਅਤੇ ਉਹ ਵੀ ਇੰਨੇ ਨਜਾਇਜ਼ ਚੰਗੇ ਨੇ ਵੀ ਰੱਬ ਦੇ ਵਿੱਚੋਂ ਟੁੱਟਦੇ ਨਹੀਂ। ਕਾਂ ਕਬੂਤਰਾ ਬਾਈ ਜੀ ਇਹ ਵੀ ਆਇਆ ਸੀਗਾ ਬਾਜੀ ਦੇ ਵਿੱਚੋਂ, ਅਤੇ ਇਹ ਫੜਿਆ ਸੀਗਾ 6:30 PM। ਇਹਦੇ ਵੀ ਬੱਚੇ ਘਰ ਬਹੁਤ ਉਹ ਕਰਦੇ ਹੁੰਦੇ ਲਾਉਂਦੇ ਨੇ। ਕਿਹੜੀ ਬਾਜੀ ਤੋਂ ਫੜਿਆ ਜੀ? ਇਹ ਆਇਆ ਸੀਗਾ ਸੀਨੀ ਵਾਲੋਂ। ਅੱਛਾ, ਪੁਰਾਣੀ ਆ ਵੀ। ਅਤੇ ਆਹ ਹੁਣ ਆਪਾਂ ਫਰਮਾਇਸ਼ ਦੀ ਪੱਟੀਆਂ ਨੇ, ਨਹੀਂ ਤਾਂ ਇਹ ਆਪਣੀਆਂ ਬੱਚਿਆਂ 'ਚ ਹੀ ਪਾਈਆਂ ਗਈਆਂ ਸੀਗੀਆਂ। ਜਿਹੜੀ ਹੁਣ ਤੁਹਾਨੂੰ ਗੱਲ ਦੱਸੀ ਆ ਵੀ ਬੱਚਿਆਂ 'ਚੋਂ ਵੀ ਬਾਅਦ ਦੇ ਵਿੱਚ ਕਿਵੇਂ ਕਬੂਤਰ ਉਡਾਉਣਾ ਗਾ, ਉਹ ਵੀ ਆਪਾਂ ਹੁਣ ਕਰਕੇ ਦਿਖਾਵਾਂਗੇ। ਟੀਰੀ ਆ ਇਹ ਆਪਣੇ ਅਮੀਰ ਆਬਾਂ 'ਚੋਂ, ਇਹ ਕਬੂਤਰ ਆਇਆ ਸੀਗਾ ਆਪਣੇ ਮਾਮੇ ਦੇ ਮੁੰਡੇ ਤੋਂ। ਹਾਂ ਹਾਂ ਬਾਜੀ ਛੱਡਣੀ, ਹੁਣ ਪੱਟੀ ਵੀ ਆ ਬਾਈ। ਪਹਿਲਾਂ ਬੱਚੇ ਕੱਢੇ ਹੋਏ? ਹਾਂ ਹਾਂ, ਬੱਚੇ ਨੂੰ 2 ਸਾਲ ਹੋ ਗਏ ਬੱਚਿਆਂ 'ਚ ਪਾਈ ਹੋਈ ਸੀਗੀ, ਉਦੋਂ ਪਹਿਲਾਂ ਹੀ ਆਪਣੇ ਘਰੇ ਉੜਦੀ ਸੀਗੀ। ਅੱਛਾ, ਅਤੇ ਘਰੇ ਉੜਾ ਵਧੀਆ ਜਾਂਦੀ ਸੀਗੀ ਲੋ ਦੇ ਵਿੱਚ 3-4 ਨੂੰ, ਅਤੇ ਹੁਣ ਵੀ ਇਹਨੂੰ ਉਸ ਫਰਮਾਇਸ਼ ਦੀ ਪੱਟੀ ਆ ਹੁਣ ਇਹ ਵੀ। ਬਾਈ ਕਹਿੰਦੇ ਯਾਰ 3-4 ਕਬੂਤਰ ਵੱਡੇ ਛੱਡ। ਤਰੀਕਾ ਕੋਈ ਅੱਡ ਹੈ? ਹਾਂ, ਕਬੂਤਰ ਸੀਗਾ ਆਪਣਾ ਮੌੜ ਨਾਭੇ ਉੱਡਿਆ ਸੀਗਾ, ਮੌੜ ਨਾਭੇ ਬੈਠਾ ਸੀ 8:15, 60 ਕਬੂਤਰਾਂ 'ਚ ਸੀਗਾ। ਇਹ ਥੋੜ੍ਹਾ ਜਿਹਾ ਲਾਸਟ ਦੇ ਵਿੱਚ ਆ ਕੇ ਬੰਦੇ ਨੇ ਆਪਣੇ ਨਾਲ ਥੋੜ੍ਹੀ ਜਿਹੀ ਹੇਰ ਫੇਰ ਕਰ ਗਿਆ ਹੈਗਾ, ਯਾਰ ਮਿੱਤਰੀ ਸੀਗਾ ਕਾਪੀ 'ਤੇ, ਉਹਨੂੰ ਐਂ ਹੋ ਗਿਆ ਵੀ ਇਹਨੇ ਪਹਿਲਾ ਕਬੂਤਰ ਹੀ ਹੁਣ ਬਾਜੀ 'ਤੇ ਛੱਡਿਆਂ ਤੋਂ ਬਾਅਦ ਨਾ, ਮੈਂ ਘਰੇ ਕਬੂਤਰ ਸੀਗੇ ਚਲੋ। ਅਤੇ ਉਹ ਬੰਦੇ ਦੇ ਮਨ 'ਚ ਇਹ ਆ ਗਈ ਵੀ ਆਪਾਂ ਨੂੰ ਤਾਂ 20 ਕਬੂਤਰ ਆਪਾਂ ਪਿਛਲੀ ਵਾਰ ਬਾਜੀਆਂ ਛੱਡ ਲਿਆ, ਆਪਣਾ ਤਾਂ ਕੋਈ ਜਿੱਤਿਆ ਨਹੀਂ ਹੈਗਾ ਨੇ, ਪਹਿਲਾ ਕਬੂਤਰ ਹੀ ਛੱਡਿਆ ਵੀ ਪਹਿਲਾਂ ਹੀ ਇਹਦਾ ਬਾਜੀ ਦੇ ਉੱਪਰ ਹੀ ਰਹਿ ਗਿਆ। ਕਾਰਨ ਕੀ ਸੀਗਾ? ਇਹ ਬੰਦੇ ਨੂੰ ਉਹ ਬੰਦੇ ਨੇ ਕਬੂਤਰ ਦਿੱਤੇ, ਸਾਡਾ ਬੰਦਾ ਗਿਆ ਸੀ ਬਾਹਰ। ਅੱਛਾ, ਇਹ ਜਦੋਂ ਆਇਆ ਬਾਹਰੋਂ ਮੈਂ ਉਹਨੂੰ ਇਹਨੂੰ ਕਿਹਾ, ਮਹਾਂ ਬੱਗੀ ਵੀ ਤੂੰ ਕਬੂਤਰ ਨਾ ਲਿਆਈ ਕਿਸੇ ਕੋਲੋਂ, ਵੀ ਆਪਣੇ ਸਾਰੇ ਪੁਰਾਣੇ ਕਬੂਤਰ ਹੈਗੇ ਨੇ ਵੀ ਆਪਾਂ ਉਹ ਛੱਡਾਂਗੇ। ਇਹ ਕਹਿੰਦਾ ਨਹੀਂ ਜੀ, ਤਾਂ ਆਪਾਂ ਯਾਰ ਆਹ ਖਿਡਾਰੀ ਤੋਂ ਲਿਆਵਾਂਗੇ, ਉਹ ਖਿਡਾਰੀ ਤੋਂ ਲਿਆਵਾਂਗੇ, ਇਹ ਤੋਂ ਕਰਾਂਗੇ, ਐਂ ਕਰਾਂਗੇ। ਕਹਿੰਦਾ ਮੈਂ ਤਾਂ ਉਧਰ ਉਹਨਾਂ ਵਾਲੇ ਡਾਉਣੇ ਨੇ। ਮੈਂ ਚੱਲ ਡਾਲਾ ਭਾਈ, ਮੈਂ ਇਕੱਲਾ ਹੋਣ ਦੇ ਕਰਕੇ ਫਿਰ ਮੈਂ ਛੱਡਦਾ ਨਹੀਂ ਸੀ ਬਾਜੀਆਂ, ਮੇਰੇ ਘਰੇ ਕਬੂਤਰ ਨੂੰ ਛਤਰੀਆਂ 'ਤੇ ਉੱਡੀ ਜਾਣੇ ਜਾਂ ਬਾਈ ਘਰੇ ਵਿਹੜੇ 'ਚ ਫਿਰਦੇ ਰਹਿਣੇ, ਮੈਂ ਐਂ ਛੱਡ ਦਿੰਦਾ ਸੀਗਾ। ਆਹ ਕਿਹੜਾ ਕਬੂਤਰ ਆ ਬਾਈ? ਇਹ ਆਪਣੀ ਘਰ ਦੀ ਪੱਠੀ ਆ ਵੀਰੇ, ਇਹ ਜਿਹੜੀ ਉਹ ਹੁਣ ਪਹਿਲਾਂ ਕਬੂਤਰੀ ਦਿਖਾਈ ਆ ਜਿਹੜੀ ਬਾਜੀ ਛੱਡਣੀ ਆ, ਉਹਦੀ ਭੈਣ ਆ ਇਹ। ਇਹ ਆਪਣਾ ਸੇਠੀ ਤੋਂ ਕਬੂਤਰੀ ਲੈਤੀ ਸੀ, ਅਤੇ ਜਿਹੜਾ ਮੀਰਾ ਵਾਲਾ ਕਬੂਤਰ ਆਪਣੇ ਮਾਮੇ ਦੇ ਮੁੰਡੇ ਤੋਂ ਆਇਆ ਸੀਗਾ, ਉਹਦੀ ਪੱਟੀ ਆ ਇਹ। ਇਹ ਵੀ ਘਰੇ 3-4 ਵਜੇ ਨੂੰ ਗਈ ਆ, ਇਹ ਦੋਵੇਂ ਉਦੋਂ ਇਹ ਕੱਟ ਲਈਆਂ ਸੀਗੀਆਂ ਇਹ। ਅੱਧੀ ਖੱਟੀ ਆ, ਅੱਧੀ ਕਾਲੀ ਅੱਖ ਆ ਜੀ ਇਹਦੀ, ਮੇਨ ਜਿਹੜੀ ਇਹਦੀ ਨਿਸ਼ਾਨੀ। ਅਤੇ ਉਦੋਂ ਬਾਅਦ ਦੇ ਵਿੱਚ ਇਹਨੂੰ ਕਹਿੰਦਾ ਯਾਰ ਇਹਨਾਂ ਨੇ ਜਦੋਂ ਛੱਡੇ, ਮਸਲਾ ਕੀ ਹੁੰਦਾ ਨਾ, ਇੱਕ ਹੋਰ ਮੈਂ ਕਬੂਤਰ ਬਾਜਣ ਨੂੰ ਬੇਨਤੀ ਕਰਦਾ, ਯਾਰ ਮਿੱਤਰ ਬਹੁਤ ਜੁੜਦੇ ਨੇ, ਬੰਦਾ ਬੰਦਾ ਪਰਖੋ, ਬੰਦਾ ਪਰਖਣੇ ਗੱਲ ਕੀ ਆ ਕਿ ਖਾਣ ਨੂੰ ਤੱਥ ਨੇ ਬਾਈ ਮੇਰੇ ਕੋਲ ਇੱਥੇ 50 ਆ ਜਾਣਗੇ, ਕੋਈ ਚੰਗੀ ਗੱਲ ਕਰਨ ਵਾਲਾ ਕੋਈ ਬੰਦਾ ਨਹੀਂ ਮਿਲਦਾ ਇੱਥੇ, ਅੱਜ ਕਹਿ ਦੇਣਗੇ ਲਿਆ ਜੀ ਤੇ ਬੋਤਲ, ਪੈੱਗ ਵੀ ਲਾਉਣਗੇ ਇੱਥੇ ਨੇ। ਜਿਹੜੀ ਗੱਲ ਆ ਕੋਈ ਨਸਲ ਦੇਣ ਵਾਲਾ ਜਾਂ ਉਹ ਆ ਕੋਈ, ਉਹ ਟਾਵਾਂ ਬੰਦਾ ਹੀ ਹੁੰਦਾ ਜਿਹੜਾ ਕੋਈ ਖਾਸ ਹੋਵੇ, ਊਂ ਤਾਂ ਤੁਹਾਨੂੰ ਦੱਸਿਆ ਵੀ ਕਬੂਤਰ ਬਾਜ ਕੇ ਸ਼ੁਰੂ ਕਰਦਾ ਨਹੀਂ ਮੈਂ ਜਦੋਂ ਕਿਹਾ, ਕਹਿੰਦਾ ਨਾ ਤੇਰੇ ਲਾਉਣੇ। ਚੱਲ ਮੈਂ ਜੀ, ਮੈਂ ਤੂੜੀ ਵਾਲੀ ਮਸ਼ੀਨ ਆਪਣੇ ਕੋਲ, ਉੱਥੇ ਮੈਂ ਉਹ ਕਰਾਂ, ਮੈਂ ਤੂੜੀ ਬਣਾਈ ਜਾਵਾਂ। ਇਹਨੂੰ ਪਤਾ ਸੀਗਾ ਜਦੋਂ ਮੈਂ ਘਰੇ ਸਵੇਰੀ ਛੱਡ ਕੇ ਤੁਰ ਜਾ ਕਰਦਾ ਜਾਂ 4:30-5 ਵਜੇ ਰਗੜੇ ਕਬੂਤਰ ਆਪਣੇ ਮਾਰਦੇ ਫਿਰਿਆ ਕਰਦਾ, ਇਹ ਕਹਿੰਦਾ ਯਾਰ ਬਾਜੀ ਛੱਡਣਾ ਗਾ। ਮੈਂ ਯਾਰ ਕਿਹੜਾ ਛੱਡਣਾ, ਮੈਂ ਯਾਰ ਬੱਗੇ ਉਹ ਤਾਂ ਆਪਾਂ ਛੱਡਣੇ ਨਹੀਂ ਹੈਗੇ, ਮੈਂ ਤੂੰ ਉਹਨਾਂ ਨਾਲ ਹੀ ਲਿਆ। ਕਹਿੰਦਾ ਨਹੀਂ ਯਾਰ, ਉਹਨਾਂ ਨਾਲ ਤਾਂ ਮੈਂ ਬਹੁਤ ਦੇਖ ਲਏ। ਮੈਂ ਕਿਉਂ? ਕਹਿੰਦਾ ਮੈਂ ਘਰੇ ਹੁੰਦਾ, ਕਹਿੰਦਾ ਬਾਜੀ ਤੋਂ ਕਹਿੰਦਾ ਕਬੂਤਰ ਬਹਿ ਜਾਂਦਾ 10 ਵਜੇ। ਕਹਿੰਦਾ ਮੈਨੂੰ ਕਹਿੰਦਾ ਬਾਈ ਦੂਜੇ ਪਿੰਡ ਜਾ ਕੇ ਬੜਾ ਜ਼ੋਰ ਲਾਇਆ। ਅੱਛਾ, ਉਹ ਕਾਰਨ ਕੀ? ਖਾਣ ਦੇ ਮਾਰੇ ਵੀ ਜਾ ਹੁਣ ਕਰਾਂਗੇ ਉਹ ਕਰਾਂਗੇ।
ਅਤੇ ਫਿਰ ਇਹ ਕਹਿੰਦਾ ਯਾਰ ਅਜੀਤ ਹੁਣ ਆਪਾਂ, ਮੈਂ ਕਿਹਾ ਯਾਰ ਜੇ ਤੂੰ ਆਪਣਾ ਛੱਡਣਾ, ਮੈਂ ਕਿਹਾ ਬਾਈ ਉਹਨਾਂ ਵਾਲੇ ਸਾਰੇ ਚੁਕਾ ਦੇ। ਅਤੇ ਫਿਰ ਮੈਂ ਕਿਹਾ ਜਾਂ ਆਪਣੇ ਦੋ ਕਬੂਤਰ ਉੱਡਦੇ ਹੁੰਦੇ ਸੀਗੇ, ਅਤੇ ਮੈਂ ਕਿਹਾ ਇੱਕ ਛੱਡ ਲਾ ਜਿਹੜਾ ਤੈਨੂੰ ਚੰਗਾ ਲੱਗਦਾ ਹੈਗਾ। ਅਤੇ ਇਹਦੀ ਕਬੂਤਰ ਦੀ ਇਹ ਆਇਆ ਹੋਇਆ ਆਪਣਾ ਮੋਰ ਹੁਣੀਆਂ ਤੋਂ ਬਾਈ। ਅੱਛਾ, ਇਹ ਕਬੂਤਰ ਉਹਨਾਂ ਵਾਲੀ ਆਪਦੀ ਨਸਲ ਤਾਂ ਹੈ ਨਹੀਂ ਗੀ, ਇਹ ਹੈਗੀ ਤਾਂ ਬਾਹਰੋਂ ਆ, ਪਰ ਇਹਦਾ ਰਿਜ਼ਲਟ ਇਹ ਹੈਗਾ ਇਹਦੇ ਬੱਚੇ ਹੁਣ ਆਪਣੇ ਕੋਲ ਚਾਰ ਨੇ ਘਰ ਵੀ, ਚਾਰ ਚਾਰ ਪੰਜ ਪੰਜ ਵਜੇ ਨੂੰ ਜਾਂਦੇ ਨੇ। ਇਹ ਕਿਹੜੀ ਕਬੂਤਰੀ ਦਾ ਲਾਇਆ? ਇਹ ਕਬੂਤਰੀ ਆਪਣੀ ਉੱਥੇ ਬੈਠੀ ਹੈ ਫਿਰ ਕਾਲਸਰੀ, ਉਹ ਬੈਠੀ ਆ, ਉਹ ਦਿਖਾਉਂਦੇ ਹਾਂ ਕਿ ਤੁਹਾਨੂੰ। ਆਹ ਕਬੂਤਰ ਉੱਡਦਾ ਹੁੰਦੇ ਅਤੇ ਉਹ ਉੱਡਦਾ ਹੁੰਦਾ ਸੀ। ਆਹ ਦਿਖਾਈ ਇੱਧਰ ਕੈਮਰਾ, ਹੱਥ ਦਿਖਾਈ ਕਬੂਤਰ। ਦੇਖਣ ਨੂੰ ਤਾਂ ਅਗਲਾ ਕਹੂਗਾ ਨਾਸਾਂ ਤਾਂ ਇਹਦੀਆਂ ਲੱਠਾਂ ਵਰਗੀਆਂ ਨੇ। ਇਹ ਕਿੰਨੇ ਵਜੇ ਤੱਕ ਉੱਡਦਾ ਜੀ? ਇਹ 5:30 ਸੀ, ਜਿੰਨਾ ਮਰਜ਼ੀ ਡਾਲੇ ਛਤਰੀ ਛੱਡਦੇ ਦਿਨ ਵੀ ਲਾ ਦਿੰਦਾ, ਲੋਚ ਪੂਰੀ ਲੋਚ ਦਿਨ ਵੀ ਲਾ ਦਿੰਦਾ ਗਾ। ਫਿਰ ਇਹਨੂੰ ਮੈਂ ਕਿਹਾ ਯਾਰ ਇਹਨੂੰ ਆਪਾਂ ਰੱਖਾਂਗੇ, ਇਹਦੀ ਡਾਈ ਵਾਲੀ ਸੈੱਟ ਆ, ਜਿਹੜਾ ਕਬੂਤਰ ਜਿਵੇਂ ਬਾਹਲਾ ਉੱਚਾ ਵੀ ਨਹੀਂ ਜਾਂਦਾ ਹੈਗਾ, ਧਕਾਰੇ ਰਹਿੰਦਾ, ਨਾਲ ਨੀਵਾਂ ਆ ਗਿਆ, ਗੋਲ ਕਬੂਤਰ ਘੁੰਮਦਾ ਅਤੇ ਹੱਥ ਨੂੰ ਮੱਚ ਕੇ ਬਹਿੰਦਾ। ਮੈਂ ਯਾਰ ਇਹ ਰੱਖਾਂਗੇ, ਮੈਂ ਤੂੰ ਆਹ ਛੱਡ ਲਾ, ਇਹਨੇ ਚਲੋ ਆਹ ਛੱਡਿਆ। ਉੱਥੇ ਉਹ ਬੰਦੇ ਨੂੰ ਛੱਡਣਾ ਕੀਤਾ ਕਿ ਆਪਦਾ ਬੰਦੇ ਚੱਲ ਕਾਪੀ 'ਤੇ, ਜਦੋਂ ਮੈਂ ਉਹਨੂੰ 6:15 ਕਬੂਤਰ ਦਿਖਾਤਾ, ਚੈੱਕ ਕਰਾਤਾ ਅਤੇ 20 ਮਿੰਟ 'ਤੇ ਫਿਰ ਮੈਨੂੰ 5 ਮਿੰਟਾਂ ਬਾਅਦ ਕਹਿੰਦਾ ਜੀ ਚੈੱਕ ਕਰਾ। ਕਾਰਨ ਕੀ ਸੀ? ਇਹ ਕਬੂਤਰ ਨਾ ਆਪਣਾ ਨੀਵਾਂ ਨਹੀਂ ਆਉਂਦਾ ਸੀਗਾ, ਉਹ ਜਿਹੜਾ ਲਾਲ ਚੀਨਾ ਸੀ, ਤਾਂ ਹੀ ਇਹ ਤਿੰਨ ਚਾਰ ਘੰਟੇ ਤਾਂ ਹੀ ਰਹਿੰਦਾ ਸੀ। ਉਹਨੂੰ ਮੌਕਾ ਮਿਲ ਗਿਆ ਵੀ ਇਹਨੇ ਹੁਣ 3 ਘੰਟੇ ਹੁਣ ਤਾਹਾਂ ਗਿਆ ਹੋਇਆ ਗਾ ਵੀ ਹੁਣ ਮੁੜਨਾ ਨਹੀਂ, 5 ਮਿੰਟਾਂ ਬਾਅਦ ਮੈਨੂੰ 10 ਮਿੰਟਾਂ ਦਾ ਕਹਿੰਦਾ ਟਾਈਮ ਅਜੀਤ। ਮੈਂ ਬਈ ਲਾ ਦੇ ਹੁਣ ਤਾਂ ਆਉਣਾ ਨਹੀਂ ਹੈਗਾ, ਉਹਨੇ 2 ਘੰਟੇ ਨਹੀਂ ਆਉਣਾ। ਅਤੇ ਉਹਨੇ ਜਦੋਂ ਟਾਈਮ ਲਾਇਆ 6:30 ਆਪਣਾ ਕੱਟਤਾ, ਅਤੇ 6:45 ਕਬੂਤਰ, ਪੌਣੇ 7 ਵਜੇ ਕਬੂਤਰ ਤਾਹਾਂ ਖੜਾ ਰੱਬ 'ਚ। ਮੈਂ ਕਿਹਾ ਹੋ ਫਿਰਦਾ ਸੰਦੀਪ ਇਹ ਗੱਲ ਆ ਕਿ ਕੋਈ, ਅਤੇ ਕਹਿੰਦਾ ਹੁਣ ਤਾਂ ਬਾਈ ਕੱਟਿਆ ਗਿਆ। ਅਤੇ ਮੈਂ ਚੱਲ ਕੱਟਿਆ ਗਿਆ ਯਾਰ ਕੋਈ ਗੱਲ ਨਹੀਂ ਹੈਗੀ, ਐਡੀ ਗੱਡੀ ਗੱਲ ਹੈਗੀ, ਚੱਲ ਆਪਾਂ ਕਿਹੜਾ ਕੋਈ ਆਪਾਂ ਪੈਸੇ ਨੂੰ ਸੌਂਕ ਹੈਗਾ, ਆਪਾਂ ਨੂੰ ਕਬੂਤਰ ਫੇਰੇ ਕਬੂਤਰ ਆਪਾਂ ਨੂੰ ਮਿਲਿਆ 5ਵੇਂ ਦਿਨ ਜਾ ਕੇ। ਆਹ ਕਬੂਤਰੀ ਆਪਣੀ ਉਹਦੇ ਨਾਲ ਲੱਗੀ ਹੋਈ ਹੈ, ਇਹ ਲਾਲ ਸਰੇ ਨਾਲ, ਇਹ ਵੀ ਕਬੂਤਰੀ ਆਪਣੇ ਘਰੇ 4:00-5:00 ਵਜਾਏ ਹੋਏ ਨੇ ਵੀ। ਇਹ ਆਪਾਂ ਬਈ ਪਰਖ ਕੇ ਕਬੂਤਰ ਜਿਹੜੇ ਆਪਦੇ ਘਰੇ ਡਾ ਕੇ ਆਪਦੇ ਹੱਥੀ ਡਾ ਕੇ ਦੇਖਿਆ, ਨਾ ਇਹ ਆਪਣੇ ਕੋਲ ਚੀਜ਼ ਕੋਈ ਨਹੀਂ ਵੀ ਹੈਗੀ ਵੀ ਆ ਜਾਣਾ ਇਹਦਾ ਗਾ ਜਾਂ ਉਹਦਾ ਗਾ, ਆਪਾਂ ਆਪਦੇ ਆਪ ਪਰਖ ਕੇ ਆਪ ਤਸੱਲੀ ਕਰਕੇ ਫਿਰ ਆਪਣੇ ਕੋਲ ਕਬੂਤਰ ਕੱਟੇ ਹੋਏ ਆ, ਨਹੀਂ ਆਪਾਂ ਤੀਜਾ ਕਬੂਤਰ ਜਾਨਵਰ ਆਪਦੇ ਖੁੱਡੇ 'ਚ ਨਹੀਂ ਵਾੜਦੇ ਹੈਗੇ। ਇਹ ਕਬੂਤਰ ਆਇਆ ਸੀਗਾ ਬਾਈ ਸੀਨੀਆਲ ਬਾਜੀ ਤੋਂ, ਇਹ ਵੀ ਕਬੂਤਰ ਇਹਦੇ 4 ਮੋਹਰਾਂ ਲੱਗੀਆਂ ਹੋਈਆਂ ਸੀਗੀਆਂ, ਇਹ ਹੈਗਾ ਉਹਨਾਂ ਵਿੱਚੋਂ ਮੱਝੂ ਗਲੇ 'ਚੋਂ। ਹੁਣ ਇਹਦੇ ਬੱਚੇ ਲੈਤੇ ਹੈਗੇ, ਦੇਖਦੇ ਇਹਦਾ ਰਿਜ਼ਲਟ ਕੀ ਹੈਗਾ, ਕਬੂਤਰ ਨੂੰ ਦੇਖਣੀ ਪਰਖਣੀ ਤਾਂ ਬਹੁਤ ਚੰਗਾ। ਇਹ ਕਬੂਤਰੀ ਹੈਗੀ ਆਪਣੀ ਅੰਦਰ ਬੈਠੀ ਹੈ ਮੰਗਣਾ, ਹਾਂ ਅੰਦਰ ਬੈਠੀ ਹੈ ਉਹ ਖੁੱਡੇ 'ਚ, ਸਾਹ ਕੀ ਲੈਣ ਚੱਕ ਕੇ ਉੱਥੋਂ ਕਾਲਜਰੀ। ਇਹ ਜਿਹੜੇ ਉਹਨਾਂ ਦੇ ਆਪਣੇ ਡੱਬਲ ਨਹੀਂ ਹੈਗੇ ਕਬੂਤਰ ਆਪਣੇ ਕਿਹੜੇ ਬਾਬੇ ਦੇ ਵੱਜਦੇ ਨੇ ਨਿੰਗਦੇ ਆ ਉਹ ਗਲੀ ਹੈ ਨਾ, ਨਿੰਗਦੇ ਡੱਬੂ ਜਿਹੜੇ ਸਾਖੇ, ਇਹਦੇ ਪਹਿਲਾਂ ਇੱਥੇ ਸਾਰਾ ਡੱਬ ਸੀਗਾ, ਹੁਣ ਥੋੜ੍ਹਾ ਥੋੜ੍ਹਾ ਘੱਟ ਗਿਆ ਇਹ। ਇਹ ਕਬੂਤਰ ਵੀ ਆਪਣੇ ਘਰੇ ਉੱਡਿਆ ਸੀ, ਇਹਨੂੰ ਛਤਰੀ ਲਾ ਕੇ, ਜੇ ਛਤਰੀ ਲੱਗੀ ਹੈਗੀ ਫਿਰ ਤਾਂ ਚਾਹੇ 9 ਵਜੇ ਬਹਿ ਜੇ, ਛਤਰੀ ਲਾ ਕੇ ਇਹਨੂੰ ਮੈਂ 6 ਵਜੇ ਤੱਕ ਆਪਦਾ ਘਰੇ ਪਰਖਿਆ ਹੋਇਆ, ਨੀਵਾਂ ਕੋਠਿਆਂ 'ਚ ਹੀ ਵੱਜੀ ਜਾਊਗਾ ਪਰ ਬਹਿੰਦਾ ਨਹੀਂ ਕਿਤੇ, ਪੈਰ ਨਹੀਂ ਲਾਊਗਾ। ਇਹ ਵੀ ਆਪਾਂ ਤਾਂ ਹੀ ਰੱਖ ਲਏ ਸਾਰੇ ਜਿਹੜੇ ਵੀ ਆਪਣੇ ਨੇ ਗਾਹਾਂ ਦੀ ਗਾਂ ਸਾਰੇ, ਫਿਰ ਉਦੋਂ ਬਾਅਦ ਦੇ ਵਿੱਚ ਪੱਠੇ ਕੱਟ ਲਏ ਸੀਗੇ, ਇਹ ਆਪਾਂ ਨੂੰ ਯਾਰ ਮਿੱਤਰ ਨੇ ਗਿਫਟ ਕੀਤਾ ਸੀਗਾ ਵੀ ਇਹਨੂੰ ਦੇਖੀ ਪਰਖ ਕੇ।
ਉਹ ਲਾਲਸ ਲਾਲਚੀ ਨੇ ਕਬੂਤਰ ਨਾ ਆਪਣੀ ਕਬੂਤਰੀ ਲੱਗੀ ਹੋਈ ਆ ਲਿਸੜ ਜੇ ਬੜੇ ਭੜੇ ਹੁੰਦੇ ਨੇ ਕਬੂਤਰ ਇਹਦੀ ਹਿਸਟਰੀ ਬਾਈ ਕੀ ਆ ਇਹ ਹਿਸਟਰੀ ਬਾਈ ਜੀ ਆਪਾਂ ਉਹਦੀ ਗੁਰੂ ਤਾਂ ਹੈ ਨਹੀਂ ਗੇ ਆਪਾਂ ਨੂੰ ਕੋਈ ਯਾਰ ਮਿੱਤਰ ਹੀ ਨਾ ਕੋਈ ਸਲੂਨ 'ਚ ਮਿਲਿਆ ਸੀਗਾ ਸਲੂਨ 'ਚ ਆਪਣੀ ਜਿਵੇਂ ਕਬੂਤਰੀ ਦੀ ਲਾਲ ਪੱਲੇ ਵਾਲੀਆਂ ਗੱਲਾਂ ਚੱਲ ਪਈ ਉਹਨੂੰ ਪਤਾ ਸੀਗਾ ਵੀ ਇਹ ਬੰਦਾ ਉਹ ਕਬੂਤਰੀ ਐਂ ਉੱਡੀ ਸੀਗੀ ਉਹ ਬੰਦੇ ਨੇ ਮੈਨੂੰ ਕਹਿੰਦਾ ਬਾਈ ਮੈਂ ਤੈਨੂੰ ਹੀ ਗੁਰੂ ਮੰਨਣਾ ਗਾ ਮੈਂ ਯਾਰ ਮੇਰੇ 'ਚ ਤੂੰ ਕੀ ਦੇਖ ਲਿਆ ਕਹਿੰਦਾ ਬਾਈ ਮੈਨੂੰ ਨਹੀਂ ਪਤਾ ਹੈਗਾ ਜਿਵੇਂ ਮਰਜ਼ੀ ਕਰ ਮੈਂ ਤੇਰੇ ਤੋਂ ਕਬੂਤਰ ਲੈ ਕੇ ਆਉਣਾ ਮੈਂ ਕਿਹਾ ਬਾਈ ਗੱਲ ਸੁਣ ਮੈਂ ਤਾਂ ਨਾ ਪਹਿਲੀ ਗੱਲ ਆ ਗੁਰੂ ਬਣਾ ਤੇ ਕਬੂਤਰ ਜਿਹੜਾ ਤੈਨੂੰ ਦੇਊਂਗਾ ਕਹਿ ਕੇ ਖਿਲਾਫ ਮੈਂ ਇਹ ਚੀਜ਼ ਦੇ ਪਹਿਲਾਂ ਖਿਲਾਫ ਹਾਂ ਮੈਂ ਜਿਹੜਾ ਕਬੂਤਰ ਦਊਂ ਬਾਈ ਤੈਨੂੰ ਦਿਲੋਂ ਦਊਂਗਾ ਠੀਕ ਆ ਅਤੇ ਉਹ ਚੱਲ ਆਪਣੇ ਨਾਲ ਲਿਹਾਜ਼ ਪੈਂਦੀ ਪੈਂਦੀ ਅੱਜ ਬਹੁਤ ਵਧੀਆ ਹੈਗੀ ਸਾਡੀ ਮਿੱਤਰਤਾ ਬਹੁਤ ਬਣੀ ਹੋਈ ਹੈਗੀ ਉਹਦੇ ਕੋਲੋਂ ਲਿਆਤੀ ਸੀ ਉਹਦੇ ਕੋਲ ਇਹ ਪੁਰਾਣੀ ਕਬੂਤਰੀ ਆ ਇਸੇ ਕਬੂਤਰੀ ਤਾਂ ਉਹਦੇ ਕੋਲ ਉੱਡਦੇ ਸੀਗੇ ਉਹ ਮੈਨੂੰ ਕਹਿੰਦਾ ਯਾਰ ਬਾਈ ਕਹਿੰਦਾ 50-60,000 ਰੁਪਇਆ ਮੈਂ ਖੁੱਡਿਆਂ 'ਤੇ ਲਾਈ ਬੈਠਾ ਕਹਿੰਦਾ ਯਾਰ ਕੋਈ ਚੰਗਾ ਕਬੂਤਰ ਨਹੀਂ ਦਿੰਦਾ ਮੈਂ ਕਿਹਾ ਬਾਈ ਉਹ ਤਾਂ ਸਾਨੂੰ ਵੀ ਪਤਾ ਕੋਈ ਨਹੀਂ ਦਿੰਦਾ ਹੈਗਾ ਅਤੇ ਮੈਂ ਕਿਹਾ ਤੂੰ ਐਂ ਕਰੀ ਆਪਣੇ ਕੋਲ ਆ ਜਾਈ ਤੈਨੂੰ ਪਹਿਲਾਂ ਦਊਂਗਾ ਦੂਜੇ ਕਬੂਤਰ ਜਿਹੜੇ ਆਪਣੇ ਦੋ ਨੰਬਰ 'ਤੇ ਹੁੰਦੇ ਇੱਕ ਤਾਂ ਜਮ੍ਹਾਂ ਆਪਣੇ ਮੇਨ ਆ ਗਏ ਮੈਂ ਕਿਹਾ ਤੂੰ ਪਹਿਲਾਂ ਉਹ ਉਡਾ ਕੇ ਦੇਖੀ ਅੱਜ ਦੇ ਟਾਈਮ ਆਪਣੇ ਉਹਦੇ ਕੋਲ 4 ਜੋੜੇ ਨੇ 4 ਜੋੜਿਆਂ ਦੇ ਬੱਚਿਆਂ ਨੇ ਦਿੰਦਾ ਤੇ ਬਾਈ ਕਹਿੰਦਾ ਯਾਰ ਮੈਂ ਤਾਂ ਕਹਿੰਦਾ ਐਂ ਨੂੰ ਬਿਪਤਾ ਪੈ ਜਾਂਦੀ ਆ ਵੀ ਉੱਡ ਕਿਵੇਂ ਗਿਆ ਤੈਨੂੰ ਬਿਠਾਉਣਾ ਕਿਵੇਂ ਆ ਅਤੇ ਮੈਂ ਯਾਰ ਤੈਨੂੰ ਹਜੇ 2 ਨੰਬਰ ਹੀ ਦਿੱਤੇ ਆ ਫਿਰ ਉਦੋਂ ਬਾਅਦ ਦੇ ਵਿੱਚ ਇਸੇ ਕਬੂਤਰ ਦਾ ਮੈਂ ਬੱਚਾ ਦੇਤਾ ਜਿਹੜਾ ਆਪਣਾ 7 ਪਿੰਡ ਘੁੰਮ ਕੇ ਆਇਆ ਸੀ ਕਿਉਂਕਿ ਇਹ ਵੀ ਆਪਣੀ ਮੇਨ ਬਲੱਡ ਲੈਣ ਆ ਗਈ ਅਤੇ ਉਹਨਾਂ ਦੇ ਚੱਲ ਹਜੇ ਬੱਚੇ ਆਪਣੇ ਕੋਲ 2-3 ਉੱਧਰ ਲਾਏ ਹੋਏ ਨੇ ਇਹਨਾਂ ਦੇ ਹੋਰ ਹੁਣ ਕਢਾਵਾਂਗੇ ਇਹ ਪਹਿਲਾਂ ਜੋੜੇ ਹੀ ਲਾਏ ਨਹੀਂ ਸੀਗੇ ਇਹ ਕਬੂਤਰੀ ਉਹ ਤੋਂ ਲਿਆਤੀ ਸੀ ਮੈਂ ਬੰਦੇ ਤੋਂ ਹੁਣ ਇਹਦਾ ਬੱਚੇ ਨੇ ਆਪਣੇ ਘਰ ਇਹਦਾ ਬੱਚਾ ਉੱਡ ਗਿਆ ਸੀਗਾ ਪਹਿਲੇ ਹੀ ਉਡਾਈ ਵੀ 3-4 ਘੰਟੇ ਨਿਕਾਹ ਜੇ ਅੱਡਾ ਕੀ ਐਂ ਲੱਗਦਾ ਸੀ ਜਿਵੇਂ ਬਾਜ਼ ਉੱਡਦਾ ਹੁੰਦਾ ਬਹੁਤ ਜ਼ਿਆਦਾ ਚੰਗਾ ਉੱਡਿਆ ਬਾਕੀ ਹੁਣ ਗਾਹਾਂ ਦੇਖਦੇ ਹਾਂ ਰਿਜ਼ਲਟ ਗਰਮੀ 'ਚ ਕੀ ਕਹਿੰਦਾ ਗਾ ਇਹ ਸਾਰੀ ਉਹਦੀ ਮੇਨ ਕਬੂਤਰੀ ਹੈ ਇਹ ਉਹ ਵੀ ਲੈ ਲਾਲ ਸਰੀ ਚੱਕ ਕੇ ਨਾ ਦੂਜੀ ਲਾਲ ਸਰੀ ਕੰਦਰ ਬੈਠੀ ਆ ਆਹ ਵੀ ਆਪਣਾ ਇਹ ਕਬੂਤਰੀ ਅਗਲਾ ਕਹਿੰਦਾ ਜਿਵੇਂ ਲੁੱਟਰ ਕਬੂਤਰ ਆ ਨਾ ਜਮ੍ਹਾਂ ਡੱਗ ਕਬੂਤਰੀ ਸੀ ਕਿਸੇ ਬੰਦੇ ਨੇ ਡੱਗ ਕਹਿ ਕੇ ਦਿੱਤੀ ਸੀ ਇਹ ਕਬੂਤਰੀ ਦੇ ਬੱਚੇ ਅੱਜ ਦੇ ਟਾਈਮ ਤੁਹਾਨੂੰ ਮੂਹਰੇ ਰਿਜ਼ਲਟ ਦੱਸਾਂਗੇ ਤਾਂ ਇਹ ਆਪਣੀ ਆਹ ਕਬੂਤਰ ਨਾਲ ਲਾਈ ਹੋਈ ਜਿਹੜਾ ਮੇਨ ਹੈਗਾ ਖੱਟੀਆਂ ਵਾਲਾ ਇਹ ਸੀ ਕਬੂਤਰ ਨਾਲ ਲਾਈ ਹੋਈ ਆ ਬੱਚੇ ਇਹਦੇ ਘਰੇ ਰਗੜੇ ਮਾਰ ਲੋ ਦੇ ਵਿੱਚ ਕਹਿਰ ਕਰਦੇ ਨੇ ਹਜੇ ਬਾਕੀ ਗੱਲ ਕੀ ਹੈ ਨਾ ਬਾਈ ਬਾਜ਼ੀਆਂ ਸਾਡੇ ਤੋਂ ਹੀ ਪਤਾ ਲੱਗਣਾ ਅਸਲ ਦੇ ਵਿੱਚ ਜਿਹੜਾ ਘਰੇ ਆਪਾਂ ਰਿਜ਼ਲਟ ਕੱਢ ਲਿਆ ਘਰ ਦੀ ਗੱਲ ਹੋਰ ਆ ਬਾਹਰ ਦੀ ਗੱਲ ਹੋਰ ਹੈਗੀ ਹੈ ਨਾ ਬਾਕੀ ਬਾਹਰ ਜਾ ਕੇ ਆਪਾਂ ਨੂੰ 100% ਆਪਾਂ ਨੂੰ ਉਮੀਦ ਆ ਜਿੰਨਾ ਕੁ ਆਪਣਾ ਆਪਦਾ ਤਜਰਬਾ ਗਾ ਵੀ ਇਹਨਾਂ ਦੇ ਬੱਚੇ ਬਹੁਤ ਵਧੀਆ ਰਿਜ਼ਲਟ ਸਾਨੂੰ ਦੇਣਗੇ ਅਤੇ ਬਾਈ ਜਿਵੇਂ ਆਪਾਂ ਦੇਖਿਆ ਬਾਈ ਦੇ ਨਾਲ ਗੱਲਬਾਤ ਕਰੀ ਆ ਅਤੇ ਬਾਈ ਨੇ ਕਬੂਤਰ ਵੀ ਦਿਖਾਏ ਆ ਅਤੇ ਬਾਕੀ ਮੈਨੂੰ ਲੱਗਦਾ ਵੀ 100% ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਣਾ ਗਾ ਖਾਸ ਕਰਕੇ ਜਿਹੜੇ ਨਵੇਂ ਕਬੂਤਰਬਾਜ਼ ਆ ਕਿਉਂਕਿ ਪੁਰਾਣੇ ਬੰਦਿਆਂ ਦੇ ਕੋਲ ਆਪਾਂ ਪਹਿਲਾਂ ਜਾਂਦੇ ਰਹਿੰਦੇ ਹਾਂ ਪੁਰਾਣਿਆਂ ਤੋਂ ਉਹਨਾਂ ਦੀਆਂ ਵੀ ਗੱਲਾਂ ਸੁਣਦੇ ਹਾਂ ਅਤੇ ਨਵਿਆਂ ਦਾ ਵੀ ਜ਼ਰੂਰੀ ਸੀਗਾ ਤਾਂ ਕਰਕੇ ਆਪਾਂ ਨਵੇਂ ਬੰਦਿਆਂ ਨੂੰ ਅੱਗੇ ਲੈ ਕੇ ਆ ਰਹੇ ਹਾਂ ਅਤੇ ਅਗਲੀਆਂ ਵੀਡੀਓ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਸੀਂ ਵੀ ਕੋਈ ਜਿਹਦੇ ਬੰਦੇ ਦੇ ਕੋਲ ਕੋਈ ਖਾਸ ਤਜਰਬਾ ਗਾ ਆਪਣਾ ਸ਼ੇਅਰ ਕਰਨਾ ਚਾਹੁੰਦਾ ਲੋਕਾਂ ਦੇ ਨਾਲ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਵੀ ਹੈਗਾ ਗਾ ਫੋਨ ਕਰ ਸਕਦਾ ਗਾ ਆਪਾਂ ਵੀਡੀਓ ਬਣਾਵਾਂਗੇ ਜ਼ਰੂਰ ਆ ਕੇ ਤੁਹਾਡੇ ਕੋਲ ਗੱਲਬਾਤ ਕਰਾਂਗੇ ਅਤੇ ਅਗਲੀਆਂ ਵੀਡੀਓ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ ਅਤੇ ਤਦ ਤੱਕ ਦੇ ਲਈ ਸਾਡੇ ਚੈਨਲ ਦੇ ਨਾਲ ਬਣੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਧੰਨਵਾਦ ਜੀ ਕਾ ਆਪਣਾ ਕਬੂਤਰ ਸੀ ਬੱਚਾ ਹੈਗਾ ਇਹ ਆਪਣੇ ਉਹ ਵੱਡੇ ਕਬੂਤਰ ਦੀ ਕੱਟਿਆ ਹੋਇਆ ਹੈਗਾ ਇਹ ਵੀ ਤਾਂ ਹੀ ਕੱਟ ਲਿਆ ਸੀਗਾ ਵੀ ਕਈ ਵਾਰ ਕੋਈ ਨਰ ਨੂੰ ਉਹ ਹੋ ਜੇ ਇਹ ਵੀ ਘਰੇ ਆਪਣਾ 3-3.5-4 ਪੂਰਾ ਸਿਰਾ ਕਰਕੇ ਬਹਿੰਦਾ ਸੀ ਇੱਕ ਇਹਦੀ ਖਾਸੀਅਤ ਇਹ ਹੈਗੀ ਇਹਨਾਂ ਦੇ ਕਬੂਤਰਾਂ ਦੀ ਖੰਭ ਖੜਾ ਲੈਂਦੇ ਨੇ ਤਾਂ ਜਾ ਕੇ 5-5-10-10 ਮਿੰਟ ਖੰਭ ਮਾਰਦੀ ਨੇ ਬਾਜ਼ ਵਾਂਗੂ ਹੀ ਖੜ੍ਹੇ ਰਹਿੰਦੇ ਆ ਬਸ ਜਿਵੇਂ ਲਾਗੜ ਉੱਡਦਾ ਹੁੰਦਾ
ਇਹ ਜਿਹੜੀ ਆਪਣੀ ਇਹ ਕਬੂਤਰੀ ਹੈਗੀ, ਇਹ ਆਈ ਹੋਈ ਹੈਗੀ ਸੇਠੀ ਨਹੀਂ ਚੰਦਨ ਵਾਲਾ, ਚੌਕਲੇਟੀ ਕਬੂਤਰ ਆ ਉਹਦੇ ਕੋਲ, ਅਤੇ ਉਹਨਾਂ 'ਚੋਂ ਆਈ ਸੀਗੀ ਇਹ ਬਾਗੀ ਸੀ, ਝਾਣ ਕੇ ਆਪਣੇ ਯਾਰ ਮਿੱਤਰ ਕੋਲ ਸੀਗੀ, ਉਹ ਤੋਂ ਲੈ ਲਈ ਸੀਗੀ। ਇਹਦੇ ਵੀ ਬੱਚੇ ਕੈਰੀ ਕਰਦੇ ਨੇ, ਸੇਠੀ ਨੇ ਸਾਰੇ ਆਪਦੇ ਕਬੂਤਰ ਛੱਡ ਕੇ ਇਹਨਾਂ ਦੀ ਨਸਲ ਪਾ ਲਈ ਆ ਹੁਣ ਇਹ ਕਬੂਤਰਾਂ ਦੀ, ਬਾਕੀ ਸਭ ਕੱਢਤੇ, ਸਭ ਕੱਢੀ ਤੁਰਿਆ ਜਾਂਦਾ, ਸਾਰੇ ਕਹਿੰਦਾ ਚੌਕਲੇਟੀ। ਹੁਣ ਸੇਠੀ ਇਸੇ ਕਰਕੇ ਨਹੀਂ ਛੱਡਦਾ, ਉਹਦੀ ਨਸਲ ਬਣਾਉਣ ਲੱਗਿਆ ਹੋਇਆ ਆਹੀ। ਠੀਕ ਆ ਦੋਸਤੋ, ਅਗਲੀ ਵਾਰ ਆਪਾਂ ਵੀਡੀਓ ਦੇ ਵਿੱਚ ਹਾਜ਼ਰ ਹੁੰਦੇ ਹਾਂ, ਤਦ ਤੱਕ ਦੇ ਲਈ ਚੈਨਲ ਦੀਆਂ ਜਿਹੜੀਆਂ ਅਗਲੀਆਂ ਪਹਿਲਾਂ ਵਾਲੀਆਂ ਵੀਡੀਓ ਨੇ ਉਹਨਾਂ ਨੂੰ ਦੇਖਦੇ ਰਹੋ, ਇੰਜੋਏ ਕਰੋ। ਧੰਨਵਾਦ ਜੀ।